ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੀਰ ਬਾਬਾ ਮੀਰਾਂ ਜੀ ਅਤੇ ਮਾਤਾ ਮੀਰਾਂ ਜੀ ਦੇ। ਇਸ ਮੇਲੇ 'ਤੇ ਦੂਰੋਂ ਨੇੜੇ ਪਹੁੰਚੇ ਬਜ਼ੁਰਗ ਹਮ ਉਮਰ ਸਾਥੀਓ, ਮੇਰੀਆਂ ਭੈਣਾਂ ਬੱਚੇ, ਜਿੰਨੇ ਵੀ ਤੁਸੀਂ ਪਹੁੰਚੇ ਹੋ, ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ। ਜੋ ਵੀ ਤੁਸੀਂ ਮਨੋਕਾਮਨਾ ਆਪਣੇ ਦਿਲ ਦੇ ਵਿੱਚ ਲੈ ਕੇ ਆਇਓ, ਬਾਬਾ ਜੀ ਤੁਹਾਡੀਆਂ ਪੂਰੀਆਂ ਕਰਨ ਔਰ ਸਿਹਤ ਜਾਬੀਆਂ ਅਤੇ ਕਾਮਯਾਬੀਆਂ ਬਖਸ਼ਣ। ਬਾਬਾ ਜੀ ਨਾਲ ਇੱਕ ਤਾੜੀ ਮਾਰ ਦਿਓ ਮੇਰੇ ਵੀਰ ਸਾਰਿਆਂ ਨੇ ਖੁੱਲ੍ਹ ਕੇ। ਬੜੇ ਸ਼ੁਕਰਗੁਜ਼ਾਰ ਹਾਂ ਸਰਦਾਰ ਜੀਤ ਸਿੰਘ ਜੀ ਖੱਖ ਸਾਹਿਬ ਜੋਕੇ ਵਾਲੇ, ਜਿਨ੍ਹਾਂ ਦੇ ਹੁਕਮ ਸਦਕਾ ਸਾਨੂੰ ਤੁਹਾਡੀਆਂ ਰੱਬ ਰੂਹਾਂ ਨੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਰਦਾਰ ਕਰਨੈਲ ਸਿੰਘ ਜੀ ਘੁੰਮਣ, ਤਰਲੋਕ ਸਿੰਘ ਜੀ ਸਰਪੰਚ ਸਾਹਿਬ, ਰਘਵੀਰ ਸਿੰਘ ਜੀ, ਤਰਸੇਮ ਸਿੰਘ ਜੀ ਖੱਖ, ਹਰਪ੍ਰੀਤ ਸਿੰਘ ਜੀ ਘੁੰਮਣ, ਬਲਜੀਤ ਸਿੰਘ, ਸਵਰਨ ਸਿੰਘ ਮੈਂਬਰ, ਗੁਰਚਰਨ ਸਿੰਘ ਜੀ ਫੌਜੀ, ਸੁਰਿੰਦਰ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ, ਉਹਨਾਂ ਦੇ ਹੁਕਮ ਸਦਕਾ ਸਾਰਿਆਂ ਦੇ ਸਾਨੂੰ ਤੁਹਾਡੀਆਂ ਰੱਬ ਰੂਹਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਮਾਲਵਾ ਟੀਵੀ ਸਾਡਾ ਆਪਣਾ ਚੈਨਲ, ਜਿਹਨਾਂ ਦੇ ਜ਼ਰੀਏ ਅੱਜ ਇਹ ਪਿਕਚਰਾਈ ਹੋ ਕੇ ਪੂਰਾ ਪ੍ਰੋਗਰਾਮ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਦੇਖਿਆ ਜਾ ਰਿਹਾ, ਪਿੰਡ ਘੁੱਗ ਬੇੜ ਦਾ ਪ੍ਰੋਗਰਾਮ। ਸੋ ਵਿੱਕੀ ਸਾਊਂਡ ਸਾਡੀ ਆਪਣੀ ਸਾਊਂਡ ਅੰਮ੍ਰਿਤਸਰ ਤੋਂ, ਜਿਹਨਾਂ ਦੇ ਜ਼ਰੀਏ ਸਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਦੀ ਹੈ। ਇੱਕ ਵਿੱਕੀ ਸਾਊਂਡ ਦੇ ਨਾਂ 'ਤੇ ਵੀ ਤਾੜੀ ਮਾਰ ਦਿਓ ਮੇਰੇ ਵੀਰ, ਔਰ ਇੱਕ ਮਾਲਵਾ ਟੀਵੀ ਦੇ ਨਾਂ 'ਤੇ ਬੜੀ ਅੱਛੀ ਕੁਆਲਿਟੀ, ਸਾਡੇ ਆਪਣਾ ਚੈਨਲ ਹੈ, ਜਿੱਥੇ ਮਾਲਵਾ ਟੀਵੀ ਹੋਵੇ ਅਤੇ ਉੱਥੇ ਕੁਆਲਿਟੀ ਕਿਉਂ ਨਾ ਹੋਵੇ। ਸੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਮਾਲਵਾ ਟੀਵੀ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ ਜੀ। ਸੋ ਜਿਸ ਦੁਗਾਣਾ ਜੋੜੀ ਨੂੰ ਤੁਸੀਂ ਬੜੇ ਲੰਬੇ ਅਰਸੇ ਤੋਂ ਬੜਾ ਪਿਆਰ ਕਰਦੇ ਆ ਰਹੇ ਹੋ, ਜਿਨ੍ਹਾਂ ਦੇ ਗਾਣਿਆਂ ਨੂੰ ਬੱਸਾਂ, ਕਾਰਾਂ, ਮੋਟਰਾਂ, ਟਰੈਕਟਰਾਂ, ਮੋਬਾਈਲ ਫੋਨ 'ਤੇ ਤੁਸੀਂ ਦੇਖਦੇ ਸੁਣਦੇ ਹੋ, ਜਿਨ੍ਹਾਂ ਨੇ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਦੁਗਾਣਾ ਗਾਇਕੀ ਨੇ ਆਪਣਾ ਲੋਹਾ ਮਨਵਾਇਆ, ਮੇਰੀ ਮਰਾ ਜਨਾਬ ਬਲਕਾਰ ਨਖੀਰਾ ਮਨਜਿੰਦਰ ਗੁਲਸ਼ਨ ਜੀ, ਮਾਰੋ ਤਾੜੀ ਫਿਰ ਆਪਾਂ ਆਵਾਜ਼ ਦੇਈਏ ਉਹਨਾਂ ਨੂੰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ। ਜਨਾਬ ਬਲਕਾਰ ਅਨਖੀਲਾ ਮਨਜਿੰਦਰ ਗੁਲਸ਼ਨ। ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ, ਮੈਂ ਗਲੀਆਂ ਦਾ ਕੂੜਾ ਤੇ ਮੈਨੂੰ ਤਖ਼ਤ ਬਿਠਾਇਆ ਸਾਈਆਂ। ਸੋ ਅੱਜ ਦੇ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਿਆਣੇ ਕਹਿੰਦੇ ਨੇ ਕੋਈ ਵੀ ਕੰਮ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਕਹੀਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਜ਼ਰੂਰੀ ਹੈ ਜਿਹਨੇ ਇਹ ਪੂਰੀ ਸ੍ਰਿਸ਼ਟੀ ਸਾਜੀ। ਜਿਹੜੇ ਮੇਰੇ ਵੀਰ ਖੜ੍ਹੇ ਆਰਾਮ ਨਾਲ ਬੈਠ ਜਾਓ, ਆਪ ਦੇਖੋ ਤੁਹਾਡੇ ਲਈ ਬੜਾ ਵਧੀਆ ਮੈਟ ਵਿਛਿਆ ਹੋਇਆ, ਆਰਾਮ ਨਾਲ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋ। ਆਪਣੇ ਸ਼ਿੰਦਾ ਸ਼ਿੰਦੇ ਚੇਅਰ ਲੈ ਕੇ ਆ ਬੇਟਾ, ਆ ਬੱਚਾ ਤੂੰ ਛੁਡਵਾ, ਆ ਬੱਚਾ ਤੂੰ ਛੁਡਵਾ ਲਾ। ਹਾਂਜੀ, ਸੋ ਤਾੜੀ ਮਾਰ ਕੇ ਦਿਓ ਇਜਾਜ਼ਤ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ। ਮਾਰ ਦਿਓ ਬਾਬਾ ਜੀ ਨਾਲ ਤੱਕ ਤਾੜੀ, ਠੀਕ ਹੈ, ਥੈਂਕ ਯੂ ਸੋ ਮਚ। ਸੋ ਸਟੇਜ ਦਾ ਆਗਾਜ਼ ਕਰ ਲੱਗੇ ਧਾਰਮਿਕ ਗੀਤ ਦੇ ਨਾਲ, ਧਾਰਮਿਕ ਗੀਤ ਲੈ ਕੇ ਹਾਜ਼ਰ ਨੇ ਮਨਜਿੰਦਰ ਗੁਲਸ਼ਨ ਜੀ।
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ। ਧੰਨ ਧੰਨ ਪੀਰ ਬਾਬਾ ਮੀਰਾਂ ਜੀ, ਮਾਤਾ ਮੀਰਾਂ ਜੀ। ਸੋ ਇਸ ਮੇਲੇ ਨੂੰ ਚਾਰ ਚੰਨ ਲਾ ਰਹੇ ਸਾਡੇ ਰੱਬਾ ਵਰਗੇ ਸਰੋਤੇ, ਸਾਰਿਆਂ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ ਜੀ। ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ ਅਤੇ ਸਾਡੀਆਂ ਭੈਣਾਂ ਨੂੰ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਇਸ ਪ੍ਰਬੰਧਕ ਕਮੇਟੀ ਨੂੰ, ਇਸ ਪਿੰਡ ਨੂੰ, ਇਸ ਇਲਾਕੇ ਨੂੰ ਬਹੁਤ ਬਹੁਤ ਮੁਬਾਰਕਾਂ। ਦੁਆ ਕਰਦੇ ਬਾਬਾ ਜੀ ਦੇ ਚਰਨਾਂ 'ਚ ਕਿ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ। ਇਸੇ ਤਰ੍ਹਾਂ ਤੁਸੀਂ ਖੁਸ਼ੀਆਂ ਦੇ ਮੇਲੇ ਲਵਾਉਂਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ, ਇਹ ਸਾਡੀ ਦੁਆ ਹੈ। ਸੋ ਸਾਡੇ ਤੋਂ ਪਹਿਲਾਂ ਜਿੰਨੇ ਵੀ ਸਿੰਗਰ ਗਾ ਕੇ ਗਏ ਨੇ ਉਹਨਾਂ ਲਈ ਵੀ ਸਾਡੀ ਦੁਆ ਹੈ ਕਿ ਬਾਬਾ ਜੀ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ ਉਹਨਾਂ ਨੂੰ। ਸੋ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾਇਆ ਹੈ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਬਾਬਾ ਜੀ ਹਮੇਸ਼ਾ ਖੁਸ਼ ਰੱਖਣ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਸੋ ਮਾਲਵਾ ਲਾਈਵ ਸਾਡੇ ਵੀਰ ਨੇ ਵੀ, ਸੋ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਬਹੁਤ ਅੱਛਾ ਪ੍ਰੋਗਰਾਮ ਲਿਖਦੇ ਨੇ। ਸਾਡੀ ਆਪਣੀ ਟੀਮ ਹੈ ਹੁਣ ਤਾਂ, ਸਾਨੂੰ ਐਂ ਲੱਗਦਾ ਕਿ ਸਾਡੀ ਸਾਰੀ ਟੀਮ ਇੱਕ ਆ ਕਿਉਂਕਿ ਸਾਡੇ ਵੀਰ ਤਕਰੀਬਨ ਸਾਡੇ ਨਾਲ ਹੁੰਦੇ ਨੇ। ਸੋ ਬਾਬਾ ਜੀ ਇਹਨਾਂ ਨੂੰ ਵੀ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ। ਇਹ ਸਾਡੀ ਦਵਾ ਹੈ ਉਸ ਪਰਮਾਤਮਾ ਦਾ, ਉਸ ਰੱਬ ਦਾ ਨਾਮ ਲੈ ਲੱਗੇ ਹਾਂ। ਇੱਕ ਅਰਦਾਸ, ਇੱਕ ਬੇਨਤੀ ਕਰਨ ਲੱਗੇ ਹਾਂ। ਉਸ ਤੋਂ ਪਹਿਲਾਂ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਾ ਪੂਰਾ ਹੋਣ ਵਾਲਾ ਘਾਟਾ ਪੂਰੇ ਪੰਜਾਬ ਨੂੰ ਪਿਆ ਹੈ। ਸੋ ਕੋਈ ਲਫ਼ਜ਼ ਨਹੀਂ ਹੈਗੇ ਕਹਿਣ ਵਾਸਤੇ। ਉਹਦੇ ਮਨ ਭਰ ਆਉਂਦਾ ਹੈ ਜਦੋਂ ਸਿੱਧੂ ਵੀਰੇ ਦੀ ਗੱਲ ਕਰਦੇ ਹਾਂ। ਤੁਸੀਂ ਸਾਰੇ ਜਾਣਦੇ ਹੋ ਸਿੱਧੂ ਮੂਸੇ ਵਾਲੇ ਦੀ ਗੱਲ ਕਰਨ ਲੱਗੇ ਹਾਂ। ਸੋ ਸਾਡੇ ਵੱਲੋਂ ਇਹੀ ਅਰਦਾਸ, ਇਹੀ ਸ਼ਰਧਾਂਜਲੀ ਹੋਊਗੀ ਕਿ ਇੱਕ ਤਾੜੀ ਮਾਰ ਦਿਓ ਸਿੱਧੂ ਮੂਸੇ ਵਾਲੇ ਦੇ ਨਾਮ 'ਤੇ, ਪਲੀਜ਼। ਸੋ ਅਸੀਂ ਦੁਆ ਕਰਦੇ ਹਾਂ ਉਸ ਪਰਮਾਤਮਾ ਦੇ ਚਰਨਾਂ 'ਚ ਕਿ ਬਾਬਾ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਉਹਨਾਂ ਦੇ ਪੂਰੇ ਪਰਿਵਾਰ ਨੂੰ, ਉਹਨਾਂ ਦੇ ਮੰਮੀ ਡੈਡੀ ਨੂੰ, ਉਹਨਾਂ ਦੇ ਚਾਹੁਣ ਵਾਲਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਸੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਇੱਕ ਅਰਦਾਸ, ਇੱਕ ਬੇਨਤੀ ਕਰਨ ਲੱਗੇ ਹਾਂ ਜੀ, ਪੂਰੇ ਸੰਸਾਰ ਲਈ, ਤੁਹਾਡੇ ਲਈ, ਆਪਣੇ ਲਈ। ਉਸ ਤੋਂ ਬਾਅਦ ਜਿਵੇਂ ਵੀ ਸਾਨੂੰ ਹੁਕਮ ਹੋਊਗਾ ਅਸੀਂ ਹਾਜ਼ਰ ਹੈ। ਅਰਦਾਸ, ਬੇਨਤੀ, ਗੌਰ ਫਰਮਾਓ। ਸੋ ਭੈਣਾਂ ਨੂੰ ਬੇਨਤੀ ਹੈ ਕਿ ਪਲੀਜ਼ ਬੈਠ ਜਾਓ, ਛਾਂ ਵੀ ਹੈ ਅਤੇ ਮੈਟ ਵੀ ਹੈ, ਬੈਠ ਜਾਓ। ਛੋਟੇ ਛੋਟੇ ਬੱਚੇ ਹੈ ਤੁਹਾਡੇ ਕੋਲ, ਬੈਠ ਜਾਓ ਪਲੀਜ਼। ਜਿੰਨੀ ਦੇਰ ਤੁਸੀਂ ਸਾਨੂੰ ਪਿਆਰ ਨਾਲ ਬੈਠ ਕੇ ਸੁਣੋਗੇ, ਜਿੰਨੀ ਦੇਰ ਸਾਨੂੰ ਪ੍ਰਬੰਧਕਾਂ ਦਾ ਹੁਕਮ ਹੈ ਅਸੀਂ ਉਨੀ ਦੇਰ ਹਾਜ਼ਰ ਹਾਂ ਜੀ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਬਾਬਾ ਜੀ। ਤੁਹਾਡੇ ਮਨ ਦੀ ਹਰ ਇੱਕ ਮਨੋਕਾਮਨਾ ਪੂਰੀ ਕਰੇ ਜੀ, ਇਹ ਸਾਡੀ ਦੁਆ ਹੈ। ਪਲੀਜ਼ ਜਿੱਥੋਂ ਤੱਕ ਵੀ ਛਾਂ ਹੈ, ਮੈਟ ਹੈ, ਬੈਠ ਸਕਦੇ ਹੋ ਤੁਸੀਂ। ਥੈਂਕ ਯੂ। ਨਮਾਣਿਆ ਦੀ ਹੋਰ ਦਾਸ ਮੇਰੇ ਮਾਲਕਾ, ਕਿਸੇ ਨੂੰ ਵੀ ਕਰੀ ਨਾ ਉਦਾਸ ਮੇਰੇ ਮਾਲਕਾ, ਹਰ ਨਗਰੇ ਖੇੜੇ ਚ ਦੇਵੀ ਖੁਸ਼ੀਆਂ, ਭੁੱਖਾ ਸੋਵੇ ਨਾ ਕੋਈ ਇਸ ਸੰਸਾਰ ਤੇ, ਕਹਿੰਦੇ
ਹਰ ਨਗਰ ਖੇੜੇ ਚ ਦੇਵੀ ਖੁਸ਼ੀਆਂ ਭੁੱਖਾ ਸੋਵੇ ਨਾ ਕੋਈ ਇਸ ਸੰਸਾਰ ਤੇ ਅੱਗੇ ਕੀ ਲਿਖਿਆ ਸੁਖ ਰੱਖੀ ਮੇਰੇ ਬਾਬਾ ਨਾਨਕਾ ਮੇਰੇ ਬਾਬਾ ਨਾਨਕਾ ਹੋ ਮੇਰ ਕਰੀ ਹਰ ਪਰਿਵਾਰ ਤੇ ਮੇਰ ਕਰੀ ਹਰ ਪਰਿਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ, ਪੰਜਾਬ ਦੀ ਧਰਤੀ ਕਰਮਾਂ ਵਾਲੀ, ਜਿਹਦੇ ਚੋਬਰ ਸ਼ੈਲ ਛਬੀਲੇ, ਕਲੀਆਂ ਲਾਉਂਦੇ ਸੋਹਲੇ ਗਾਉਂਦੇ ਬਾਲੇ ਰੰਗ ਰੰਗੀਲੇ, ਜਿਹਦੀ ਮਿੱਟੀ ਵਿੱਚੋਂ ਮਹਿਕ ਆਉਂਦੀ ਆ ਫੁੱਲ ਗੁਲਾਬ ਜਿਹੀ, ਸਵਰਗਾਂ ਵਿੱਚ ਵੀ ਥਾਂ ਨਹੀਂ ਹੋਣੀ ਮੇਰੇ ਪੰਜਾਬ ਜਿਹੀ, ਮੇਰੇ ਪੰਜਾਬ ਜਿਹੀ। ਹੁਣ ਉਹਨਾਂ ਸ਼ਹੀਦਾਂ ਦੇ ਨਾਲ ਦੇਸ਼ ਪਿਆਰ ਦਾ ਗੀਤ ਲੈ ਕੇ ਹਾਜ਼ਰ ਨੇ ਜਨਾਬ ਬਲਕਾਰ ਅਨਖਿਲ ਸਿੰਘ। ਸਤਿਕਾਰਯੋਗ ਬਾਬਾ ਜੀ ਦੇ ਮੇਲੇ ਨੂੰ ਚਾਰ ਚੰਨ ਲਾ ਰਹੇ ਪਿੰਡ ਦੇ ਵਿਦਵੰਤੇ, ਇਲਾਕਾ ਵਾਸੀ ਸਾਰਿਆਂ ਨੂੰ ਜੀ ਆਇਆਂ। ਧੰਨ ਧੰਨ ਬਾਬਾ ਮੀਰਾ ਜੀ, ਮਾਈ ਮੀਰਾ ਜੀ, ਜਿਨ੍ਹਾਂ ਦੇ ਮੇਲੇ ਦੀ ਰੌਣਕ ਵਧਾਈ ਹੈ ਤੁਸੀਂ ਸਾਰਿਆਂ ਨੇ, ਵੱਡੇ ਛੋਟੇ ਹਾਣੇ ਬਜ਼ੁਰਗ ਬੱਚੇ, ਮੇਰੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਜੀ। ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਇੱਜ਼ਤ ਮਾਨ ਸਲੂਕ ਅਤੇ ਬਾਬਾ ਕ੍ਰਿਸ਼ਨ, ਕੋਟ ਕੋਟ ਧੰਨਵਾਦ ਮੇਲਾ ਕਮੇਟੀ ਦਾ ਜੀ, ਨਗਰ ਦੇ ਨਗਰ ਪੰਚਾਇਤ ਦੇ, ਜਿਨ੍ਹਾਂ ਨੇ ਸਾਨੂੰ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ, ਤੁਹਾਡੇ ਚਰਨਾਂ ਦੇ ਧੂੜ ਵਰਗੀ ਸਨਮਾਨੀ ਜੀ ਟੀਮ ਨੂੰ, ਸਾਡੇ ਤੋਂ ਪਹਿਲਾਂ ਜਿਹਨੇ ਵੀ ਕਲਾਕਾਰ ਗਾ ਕੇ ਗਏ ਨੇ, ਗੁਰਦਿਆਲ ਰਮਾਣੇ ਚੱਕੀਆ, ਕੁਆਲ ਵੀਰ, ਸਾਰਿਆਂ ਦੀ ਬਾਬਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਚੜ੍ਹਦੀਆਂ ਕਲਾ ਵਿੱਚ ਰੱਖੇ। ਉਸ ਵਾਹਿਗੁਰੂ ਰਹਿਬਰ ਦਾ ਨਾਂ ਗੁਲਸ਼ਨੀਆਂ ਨੇ ਅਰਦਾਸ ਕਰੀਏ, ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇੱਕ ਦੇਸ਼ ਪਿਆਰ ਦਾ ਗੀਤ ਲੈ ਕੇ ਹਾਜ਼ਰ ਹੋਣ ਲੱਗੇ, ਲਾਈਵ ਦੇਖ ਰਹੇ ਹੋ ਤੁਸੀਂ ਮਾਲਵਾ ਚੈਨਲ ਤੋਂ, ਇਹ ਸਾਡੀ ਆਪਣੀ ਟੀਮ ਹੈ ਜੀ, ਬਹੁਤ ਵਧੀਆ ਰਿਜ਼ਲਟ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਭਰਾ, ਜਿੱਥੋਂ ਤੱਕ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾੜੀ ਮਾਰ ਕੇ ਬਾਬਾ ਜੀ ਦੇ ਨਾਂ ਦੇ ਤੋਂ, ਛੋਟੀ ਜਿਹੀ ਉਮਰ ਵਿੱਚ ਜੱਲਿਆਂ ਵਾਲੇ ਬਾਗ ਦਾ ਹਾਲ ਵੇਖਿਆ ਊਧਮ ਸਿੰਘ ਨੇ, ਸੈਂਕੜੇ ਜਾਨਾਂ ਕਤਲ ਕਰ ਦਿੱਤੀਆਂ ਜ਼ਾਲਮਾਂ ਨੇ, ਖੂਹ ਲਾਸ਼ਾਂ ਨਾਲ ਭਰਿਆ ਦੇਖਿਆ, ਧਰਤੀ ਖੂਨ ਨਾਲ ਲੱਤ ਪੱਤ ਦੇਖੀ, ਕਸਮ ਖਾ ਲਈ ਕਿ ਜ਼ਿੰਦਗੀ ਰਹੀ ਤਾਂ ਬਦਲਾ ਜ਼ਰੂਰ ਲਊ। 21 ਸਾਲ ਬਾਅਦ ਗੱਭਰੂ ਹੋ ਕੇ 7 ਸਮੁੰਦਰਾਂ ਤੋਂ ਪਾਰ ਜਾ ਕੇ ਜੱਲਿਆਂ ਵਾਲੇ ਬਾਗ ਦਾ ਬਦਲਾ ਜਨਰਲ ਡਾਇਰ ਤੋਂ ਊਧਮ ਸਿੰਘ ਨੇ ਕਿਵੇਂ ਲਿਆ ਹੈ, ਉਸ ਵੇਲੇ ਦੀ ਵਾਰ ਪੇਸ਼ ਕਰਨ ਲੱਗੇ ਆਗਿਆ ਚਾਹੁੰਦਾ ਵੱਡੇ ਛੋਟੇ ਵੀਰਾਂ ਤੋਂ, ਵਾਰ ਸ਼ਹੀਦ ਊਧਮ ਸਿੰਘ ਦੀ।
ਜ਼ਿੰਦਗੀ ਪਹਿਲਾਂ ਰੱਖੀ ਚਾਰ ਦਿਨ ਜ਼ਿੰਦਗੀ ਤੈਨੂੰ ਮਿਲੂ ਵੈਰੀ ਆਇਆ ਮੱਥਾ ਟੇਕ ਕੇ ਗੁਰੂ ਗ੍ਰੰਥ ਨੂੰ ਕੋਈ ਦਿਨ ਬੀਤੇ ਬੱਗੇ ਸ਼ੇਰ ਨੂੰ ਮੌਕਾ ਹੱਥ ਗਿਆ ਸੀ ਕਿਹਦੇ ਮੀਟਿੰਗ ਕਰਨੀ ਗੋਰਿਆ ਕਹਿੰਦੇ ਮੀਟਿੰਗ ਕਰਨੀ ਗੋਰਿਆ ਉਹਨਾਂ ਦਿੱਤੇ ਢੋਲ ਵਜਾਏ ਉਹਦਾ ਹੱਸਿਆ ਨੱਚਿਆ ਤੇ ਟੱਪਿਆ ਚੱਪਿਆ ਤੇ ਚੜ ਗਿਆ ਸੂਰੇ ਨੂੰ ਜਾ ਭਰ ਕੇ ਪਿਸਤਲ ਦੇ ਵਿੱਚ ਗੋਲੀਆਂ ਉਹ ਭਰ ਕੇ ਪਿਸਤਲ ਦੇ ਵਿੱਚ ਗੋਲੀਆਂ ਲਿਆ ਵਿੱਚ ਕਿਤਾਬ ਲਗਾ ਉਹਦਾ ਮੀਟਿੰਗ ਹਾਲ ਨੂੰ ਤੁਰ ਪਿਆ ਬੀਬਾ ਗੁਲਸ਼ਨ ਜੀ ਆ ਜੀ
ਕਿਹੜਾ ਗੀਤ ਸੁਣਨਾ ਸਾਰਿਆਂ ਤੋਂ ਪਹਿਲਾਂ ਮੇਰੇ ਵੀਰੇ ਨੇ, ਜਿੱਦਣ ਜੱਟ ਬਾਹਰ ਆ ਗਿਆ 302 ਲੱਗੂਗੀ, ਠੀਕ ਹੈ, ਮਾਰੀਏ ਤਾੜੀ ਬਾਬਾ ਜੀ ਨਾਂ ਦੀ। ਹਾਜ਼ਰੇ ਮੇਰੇ ਨਾਲ ਇਹਨਾਂ ਗੀਤਾਂ ਦੇ ਰਚੇਤਾ ਬੱਬੂ ਘੜਿਆੜਾ ਸਾਹਿਬ, ਬੱਬੂ ਬਰਾੜ ਜੀ, ਜਿਹਨਾਂ ਦੀ ਕਲਮ ਨੂੰ ਮੋਹ ਮੁਹੱਬਤ ਪਿਆਰ ਬਖਸ਼ਦੇ ਹੋ, ਉਹ ਵੀ ਮੇਰੇ ਨਾਲ ਨੇ। ਤੋ ਹਾਜ਼ਰੇ ਸੁਪਨੇ ਦੀ ਗੱਲ, ਮਟਿਆਰ ਨੂੰ ਸੁਪਨਾ ਆਉਂਦਾ ਹੈ, ਜੋ ਸੁਪਨੇ ਵਿੱਚ ਮਟਿਆਰ ਨੇ ਮਹਿਸੂਸ ਕੀਤਾ ਦੇਖਿਆ, ਪਿਆਰ ਕਰਨ ਵਾਲੇ ਗੱਭਰੂ ਨੂੰ ਅਗਾਹ ਕਰਦੀ ਹੈ, ਸੁਚੇਤ ਕਰਦੀ ਹੈ ਕੀ ਕਹਿੰਦੀ ਗੱਭਰੂ ਨੂੰ, ਤਾਂ ਗੱਭਰੂ ਕੀ ਜਵਾਬ ਦਿੰਦਾ, ਤੋ ਜਦੋਂ 302 ਲੋਕ ਆ ਗਏ ਸੈਲਫੀ ਵੇ ਤੇਰੀ ਮੇਰੀ
ਤਰਸੇਮ ਸਿੰਘ ਜੀ ਖੱਖ, ਬਿਕਰਮ ਸਿੰਘ ਜੀ ਖੱਖ, ਰਾਜਾ ਖੱਖ, 2100 ਰੁਪਏ ਦਾ ਇਨਾਮ ਸਪੈਸ਼ਲ ਭੇਜਦੇ ਨੇ। ਬਾਬਾ ਦਿਲ ਦੀਆਂ ਜਾਣਦਾ ਹੈ, ਮਨੋਕਾਮਨਾ ਪੂਰੀਆਂ ਕਰੇ, ਚੜ੍ਹਦੀਆਂ ਕਲਾ ਵਿੱਚ ਰੱਖੇ ਮੇਰੇ ਵੀਰਾਂ ਨੂੰ। ਤੋ ਹਾਜ਼ਰ ਹੈ, ਇਹ ਮਜ਼ਾਕਿਆ ਗੀਤ ਹੈ, ਬਰਾੜ ਸਾਹਿਬ ਦਾ ਲਿਖਿਆ ਹੋਇਆ ਦੀਵਾਨਾ। ਘਰ ਵਾਲੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ। ਬਰਾੜ ਸਾਹਿਬ ਘਰ ਵਾਲੀ ਤੇ ਘਰ ਵਾਲੇ ਦਾ ਮਿੱਠਾ ਜਿਹਾ ਝਗੜਾ ਪੇਸ਼ ਕਰਨ ਲੱਗੇ। ਮੈਂ ਫੋਟੋ ਲਵਾ ਲਵਾਂ, ਇੱਕ ਵੀਰ ਮੇਰਾ ਬੜੇ ਚਿਰ ਦਾ ਉਡੀਕ 'ਚ ਹੈ। ਕਰੋ ਜੀ ਗੁਲਸ਼ਨ, ਆਓ ਜੀ। ਓਕੇ ਓਕੇ
ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੇ ਆ, ਸਿਆਣੇ ਦੀ ਕਹਾਵਤ ਹੈ ਵੀ ਭਾਂਡੇ ਦੋ ਜਿੱਥੇ ਦੋ ਹੋਣ ਖੜਕਦੇ ਰਹਿੰਦੇ, ਤੇ ਜੇ ਕਿਤੇ ਖੜਕਣੇ ਵੀ ਚਾਹੀਦੇ ਆ ਰਸੋਈ ਦੇ ਵਿੱਚ ਹੀ ਰਹਿਣ, ਗਲੀ ਚ ਆਏ ਮਾੜੇ ਵੀ ਭਾਂਡੇ ਗਲੀ ਚ ਨਾ ਹੋਣ, ਅੰਦਰ ਅੰਦਰ ਖੜਕਦੇ ਰਹਿਣ, ਕੋਈ ਗੱਲ ਨੀ। ਇਹ ਮੀਆਂ ਬੀਬੀ ਦਾ ਮਿੱਠਾ ਜਿਹਾ ਝਗੜਾ। ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਸੱਸ ਮੇਰੀ ਮੰਜੇ ਨਾਲ ਜੁੜਦੀ ਜਾਂਦੀ ਹੈ, ਸਹੁਰਾ ਸਾਹਿਬ ਜਿਮ ਜਾਣ ਲੱਗ ਗਏ। ਲਓ ਮੁੰਡਾ ਆਪਣੇ ਬਾਪੂ ਵੱਲ ਦਾ, ਘਰ ਵਾਲੀ ਕੀ ਕਹਿੰਦੀ ਤਾਂ ਗੱਭਰੂ ਕੀ ਕਹਿੰਦਾ ਹੈ। ਪਿਛਲੀ ਉਮਰ ਇੱਕ ਕੰਮ ਫੜਿਆ, ਇਹਦੇ ਬਿਨਾਂ ਬਾਪੂ ਤੱਕ ਗੱਡਾ ਖੜਿਆ। ਪਿਛਲੀ ਉਮਰ ਇੱਕ ਕੰਮ ਫੜਿਆ, ਕਸੇ ਇਹਦੇ ਬਿਨਾਂ ਬਾਪੂ ਤੱਕ ਗੱਡਾ ਖੜਿਆ। ਕਸਲੇ ਦਾ ਬੂਟ ਵੇ ਟਰੈਕ ਸੂਟ ਪਾ ਕੇ ਸੱਟ ਫੇਟ ਕਾਲੂ ਲੱਡੀ ਅੱਖਾਂ ਦੀ ਅੱਡੇ ਮਾ ਬੇਬੇ ਤੇਰੀ ਸੱਸ ਮੇਰੀ ਬੇਬੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਤੇਰਾ ਬਾਪੂ ਜਾਂਦਾ ਜੇਬ ਬੇਬੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਤੇਰਾ ਬਾਪੂ ਜਾਂਦਾ ਜੇਬ। ਲੋ ਸੁਣਿਆ ਕਹਿੰਦੀ ਪਿਛਲੀ ਉਮਰ ਆ ਕੀ ਕੰਮ ਫੜਿਆ, ਇਹਦੇ ਬਿਨਾਂ ਬਾਪੂ ਦਾ ਕੀ ਗੱਡਾ ਖੜਿਆ। ਸੱਸ ਲੈਂਦਾ ਬੂਟ ਵੇ ਟਰੈਕ ਸੂਟ ਪਾ ਕੇ ਮੈਂ ਸੱਟ ਫਿਟ ਖਾਲੂ ਲਾਈਟ ਅੱਖਾਂ ਦੀਆਂ ਡਿੰਮ, ਸੱਸ ਮੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਮੇਰਾ ਸਹੁਰਾ ਜਾਂਦਾ ਜਿੰਮ, ਤੇ ਮੁੰਡਾ ਬਾਪੂ ਵੱਲਦਾ ਉਹ ਕੀ ਕਹਿੰਦਾ ਸੁਣਨ ਜਰਾ। ਉਹ ਜਿੰਮ ਦੀਆਂ ਵੀਡੀਓ ਸੀ ਵੇਖਦਾ ਮੋਬਾਈਲ ਤੇ, ਫਿਦਾ ਹੋਇਆ ਫਿਰੇ ਸਲਮਾਨ ਦੇ ਸਟਾਈਲ ਤੇ। ਜਿੰਮ ਦੀਆਂ ਵੀਡੀਓ ਸੀ ਵੇਖਦਾ ਮੋਬਾਈਲ ਤੇ, ਫਿਦਾ ਹੋਇਆ ਫਿਰੇ ਸਲਮਾਨ ਦੇ ਸਟਾਈਲ ਤੇ। ਪਤਾ ਨੀ ਪਤੰਦਰ ਨੂੰ ਹੋ ਗਿਆ ਏ ਕੀ, ਥੋੜਿਆ ਦਿਨਾਂ ਦਾ ਫਿਰੇ ਉੱਡਿਆ ਜ਼ਮਾਨੀ। ਖੌਰੇ ਕਿਹੜੀ ਉਹ ਖੌਰੇ ਕਿਹੜੀ ਖੌਰੇ ਕਿਹੜੀ ਸਾਈਡ ਉਤੋਂ ਡਾਊਨ ਲੋਡ ਕਰ ਲਈ ਨੀ ਬਾਪੂ ਨੇ ਜਵਾਨੀ। ਖੌਰੇ ਕਿਹੜੀ ਸਾਈਡ ਉਤੋਂ ਡਾਊਨ ਲੋਡ ਕਰ ਲਈ ਨੀ ਬਾਪੂ ਨੇ ਜਵਾਨੀ। ਬੜਾ ਖਿਆਲ ਰੱਖਦੀ ਆ ਬਾਪੂ ਦਾ, ਤੇ ਮੈਂ ਵੀ ਤੇਰੇ ਪੇਕਿਆਂ ਦੇ ਪਿੰਡ ਗਿਆ ਸੀ। ਹਾਏ ਮੇਰੇ ਪੇਕੇ ਸੱਚੀ ਮੁੱਚੀ, ਫੇਰ ਕੀ ਦੇਖਿਆ। ਆ ਲੈ ਸੁਣ ਲੈ ਸੁਣ ਸੁਣ, ਉਹ ਮੈਂ ਵੀ ਤੇਰੇ ਪੇਕੇ ਗਿਆ, ਮੈਂ ਵੀ ਕੱਲ ਸੋਰੀ ਗਿਆ, ਮੈਂ ਵੀ ਤੇਰੇ ਪੇਕੇ ਗਿਆ। ਕੋਕੇ ਚੜੀ ਜਾਂਦੀ ਸੀ ਤੇਰੇ ਵਾਲੀ ਬੇਬੇ ਵੀ ਤਾਂ ਜੋਗਾ ਕਰੀ ਜਾਂਦੀ ਸੀ, ਕੱਲ ਸੋਰੀ ਗਿਆ ਕੋਕੇ ਚੜੀ ਜਾਂਦੀ ਸੀ ਤੇਰੇ ਵਾਲੀ ਬੇਬੇ ਵੀ ਤਾਂ ਜੋਗਾ ਕਰੀ ਜਾਂਦੀ ਸੀ। ਟੀਵੀ ਉੱਤੇ ਕਹਿੰਦੀ ਬਾਬਾ ਰਾਮਦੇਵ ਦੱਸੇ, ਟੀਵੀ ਉੱਤੇ ਕਹਿੰਦੀ ਬਾਬਾ ਰਾਮਦੇਵ ਦੱਸੇ, ਜੋਗਾ ਨਾਲ ਦੂਰ ਹੁੰਦੀ ਸਾਰੀ ਪਰੇਸ਼ਾਨੀ। ਖੌਰੇ ਕਿਹੜੀ ਨੀ ਖੌਰੇ ਕਿਹੜੀ ਖੌਰੇ ਕਿਹੜੀ ਸਾਈਡ ਉਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ। ਖੌਰੇ ਕਿਹੜੀ ਸਾਈਡ ਉਤੋਂ ਡਾਊਨਲੋਡ ਕਰੀ ਤੇਰੇ ਸਹੁਰੇ ਨੇ ਜਵਾਨੀ।
ਜਿਵੇਂ ਰਾਤ ਨੂੰ ਚਾਰੀ ਦਾ ਨਹੀਂ ਪੀਂਦਾ ਕਰੇ ਰੱਟੀਓ ਲੱਤ ਲੱਗਦਾ ਕਰੇ ਨਾ ਚੁੱਟੂ ਜਾਣ ਕੇ ਉਹਨੇ ਮਾਂ ਬੇਬੇ ਤੇਰੀ ਸੱਸ ਮੇਰੀ ਬੇਬੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਤੇਰਾ ਬਾਪੂ ਜਾਂਦਾ ਜੇਬ ਬੇਬੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਤੇਰਾ ਬਾਪੂ ਜਾਂਦਾ ਜੇਬ ਹੋ ਜਾਣ ਫਾਰਮਾਂ ਟਰੈਕ ਜਿੰਨੀ ਨੀ ਜਾਣ ਬੁੜੇ ਜੇ ਟਰੱਕ ਜਿੰਨੀ ਹੋ ਜਾਣ ਬਾਪੂ ਜੇ ਟਰੱਕ ਜਿੰਨੀ ਪੂਰਾ ਇਹ ਚੜਾਈ ਦੇ ਇਹਦੇ ਜਿੰਨੇ ਹਾਣੀ ਸਾਰੇ ਚੱਲਦੇ ਦਵਾਈ ਦੇ ਹੋ ਜਾਣ ਬਾਪੂ ਜੇ ਟਰੱਕ ਜਿੰਨੀ ਪੂਰਾ ਇਹ ਚੜਾਈ ਦੇ ਇਹਦੇ ਜਿੰਨੇ ਹਾਣੀ ਸਾਰੇ ਚੱਲਦੇ ਦਵਾਈ ਦੇ ਪੁੱਛਲਾ ਬੇਸ਼ੱਕ ਬੱਬੂ ਘੜਿਆਣੇ ਕੋਲੋਂ ਪੁੱਛਲਾ ਬੇਸ਼ੱਕ ਬੱਬੂ ਘੜਿਆਣੇ ਕੋਲੋਂ ਉਹਨੇ ਆਪਣੇ ਸਮੇਂ 'ਚ ਪੂਰੀ ਕੀਤੀ ਭਲਵਾਨੀ ਖੌਰੇ ਕਿਹੜੀ ਉਹ ਖੌਰੇ ਕਿਹੜੀ ਖੌਰੇ ਕਿਹੜੀ ਸਾਈਡ ਨੂੰ ਤੂੰ ਲਾਉਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ ਖੌਰੇ ਕਿਹੜੀ ਸਾਈਡ ਨੂੰ ਤੂੰ ਲਾਉਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ ਮੈਂ ਕਿਹਾ ਖੌਰੇ ਕਿਹੜੀ ਸਾਈਡ ਨੂੰ ਤੂੰ ਲਾਉਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ ਸੁੱਖ ਮੰਗਦੀ ਮੈਂ ਤੇਰੀ ਤੂੰ ਜ਼ਿੰਦਗੀ ਹੈ ਮੇਰੀ ਕਾਨਪੁਰੀਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ 300 ਤੋਂ ਬਾਅਦ ਡਾਂਗ ਟੂ ਤੇ ਉਸ ਤੋਂ ਬਾਅਦ ਆਇਆ ਸਾਡਾ ਗਾਣਾ ਕਾਨਪੁਰੀਆ ਲੈ ਕੇ ਹਾਜ਼ਰ ਹੈ ਆ ਗਿਆ ਆ ਗਿਆ ਵੀ ਆ ਗਿਆ ਲਓ ਹਾਜ਼ਰ ਹੈ ਕਾਨਪੁਰੀਆ ਯਾਰ ਸੁੱਖ ਮੰਗਦੀ ਮੈਂ ਤੇਰੀ ਮੈਂ ਵੀ ਤੁਹਾਡੀਆਂ ਹੀ ਸੁੱਖ ਮੰਗਦਾ ਜੀ ਵੇ ਤੂੰ ਜ਼ਿੰਦਗੀ ਹੈ ਮੇਰੀ ਕਰੋ ਲੱਲੀ ਛੱਲੀ ਰੱਖ ਦਿਲ ਚ ਤਸੱਲੀ ਕਰੋ ਲੱਲੀ ਛੱਲੀ ਰੱਖ ਦਿਲ ਚ ਤਸੱਲੀ ਹੱਥ ਜੁੜੇ ਤਾਂ ਵਿਖਾ ਦੋ ਭੰਬੂ ਤਾਰੇ ਐਵੇਂ ਨਾ ਜਾਣੀ ਪੁੱਤ ਜੱਟ ਦਾ ਕਾਨਪੁਰੀਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ ਕਾਨਪੁਰੀਆ ਯਾਰ ਮਟਿਆਰੇ ਮੈਂ 24 ਘੰਟੇ ਕੋਲ ਰੱਖਦਾ ਸਾਰਾ
ਕੰਬਲੀ ਲਗਾਉਣ ਐਵੇਂ ਫਿਰੇ ਇਸ਼ਾਰਾ ਮਾਰਦੀ ਚੰਬਲੀ ਲਗਾਉਣ ਐਵੇਂ ਫਿਰੇ ਛਾਲਾ ਮਾਰਦੀ ਵੇਖੇ ਭੱਜਦੇ ਮੈਂ ਬੜੇ ਨਾ ਕੋ ਪੈਂਦੀਆਂ ਚ ਖੜੇ ਵੇਖੇ ਭੱਜਦੇ ਮੈਂ ਬੜੇ ਨਾ ਕੋ ਪੈਂਦੀਆਂ ਚ ਖੜੇ ਜਿਹੜਾ ਫੁਕਰਾ ਲਊਗਾ ਵੱਧ ਫੀਲਗਾ ਕੱਸ ਦੂੰਗਾ ਡੱਟ ਮੱਤ ਦਾ ਕੌਣ ਪੁਰੀਆ ਯਾਰ ਮਟਿਆਰੇ ਮੈਂ ਚੌਵੀ ਘੰਟੇ ਕੋਲ ਰੱਖਦਾ ਕੌਣ ਪੁਰੀਆ ਯਾਰ ਮਟਿਆਰੇ ਮੈਂ ਚੌਵੀ ਘੰਟੇ ਕੋਲ ਰੱਖਦਾ ਮਾਪਿਆਂ ਦੀ ਗੋਦੀ ਦਾ ਸ਼ਬਦ ਬੇਟਾ ਖੜਕਾ ਨਾ ਕਰੇ ਉਹਦੇ ਕੰਨ ਬਹੁਤ ਨਾਜ਼ੁਕ ਹੈ ਖੜਕਾ ਬਹੁਤ ਹੋ ਰਿਹਾ ਸੀਰਤ ਦੇ ਨਾਂ ਤੋਂ ਪੂਰੇ ਪਰਿਵਾਰ ਨੇ ਬਹੁਤ ਸਾਰਾ ਮਾਣ ਕਰਿਆ ਮਾਂ ਪੁਰਸ਼ਾਂ ਵੱਲੋਂ ਦਿੱਤਾ ਇੱਕ ਤਾੜੀ ਹੋ ਜਾਏ ਜ਼ੋਰਦਾਰ ਸੀਰਤ ਜੀ ਦੇ ਨਾਂ ਤੋਂ ਮਾਪਿਆਂ ਦੀ ਗੋਦੀ ਦਾ ਸ਼ਿੰਗਾਰ ਸਾਡੀ ਦੁਆ ਹੈ ਕਿ ਹਮੇਸ਼ਾ ਆਪਣੇ ਮਾਪਿਆਂ ਦੀ ਗੋਦੀ ਦਾ ਸ਼ਿੰਗਾਰ ਬਣਿਆ ਰਹੇ ਬੁਰੀਆਂ ਨਜ਼ਰਾਂ ਤੋਂ ਬਾਬਾ ਜੀ ਬਚਾ ਕੇ ਰੱਖਣ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਦੇਸ਼ ਦਾ ਨਾਂ ਰੋਸ਼ਨ ਕਰੇ ਇਹ ਛੋਟਾ ਜਿਹਾ ਸਾਹਿਬਜ਼ਾਦਾ ਸੀਰਤ ਮਾਪਿਆਂ ਨੂੰ ਵੀ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਸਾਰਾ ਮਾਨ ਆ ਜੀ ਹਰ ਮਨ ਕਾਲੋ ਲੋਕ ਬੜੇ ਚਾਲ ਬਾਜਵੇ ਮੌਕਾ ਮਿਲ ਜਾਵੇ ਨਹੀਂ ਉਹ ਕਰਦੇ ਲਿਹਾਜਵੇ ਮੌਕਾ ਮਿਲ ਜਾਵੇ ਨਹੀਂ ਉਹ ਕਰਦੇ ਲਿਹਾਜਵੇ ਤੇਰੇ ਨਾਲ ਦੇ ਵੇ ਕਈ ਬਣੇ ਉਹਨਾਂ ਦੇ ਮਦਈ ਤੇਰੇ ਨਾਲ ਦੇ ਵੇ ਕਈ ਬਣੇ ਉਹਨਾਂ ਦੇ ਮਦਈ ਬਾਤੇ ਕਰਦੇ ਥੋੜੇ ਕ ਦਿਨ ਮਿਲਣਾ ਤੂੰ ਮਨ ਜਾੜੇ ਬਵਾਲੇ ਲੱਗੇ ਚੁੱਪ ਨਾਲ ਕਾਣ ਨਾਲ ਯਾਰੀ ਤੂੰ ਸਾਰਾ ਪਿੰਡ ਵੈਰ ਮਾਲਿਆ ਸਾਰਾ ਪਿੰਡ ਵੈਰ ਮਾਲਿਆ ਉਹ ਭਾਗੋ ਵਾਲੀਏ ਦਾ ਪੰਗਾ ਮਿਲੋ ਜਿੱਥੇ ਵੀ ਆਸ਼ੜਦਾ ਚਲਾਰੂਆਂ ਦਾ ਗੱਭਰੂ ਪਵਾਉਂਦਾ ਬੜਾ ਖਿੜਦਾ ਭਾਗੋ ਵਾਲੀਏ ਦਾ ਪੰਗਾ ਬਿਲੋ ਜਿੱਥੇ ਵੀ ਆਸ਼ੜਦਾ ਚਲਾਰੂਆਂ ਦਾ ਗੱਭਰੂ ਪਵਾਉਂਦਾ ਬੜਾ ਖਿੜਦਾ ਰੱਖ ਭਾੜ ਜਿੱਡਾ ਜੇਰਾ ਰੋਬ ਜੱਟ ਦਾ ਬਥੇਰਾ ਰੱਖ ਭਾੜ ਜਿੱਡਾ ਜੇਰਾ ਰੋਬ ਜੱਟ ਦਾ ਬਥੇਰਾ ਇੱਕ ਠੋਕ ਕੇ ਨਭਾਈ ਚੱਲ ਜੱਟੀਏ ਮੈਂ ਉਮਰ ਵਾਲੀ ਤੇਰੇ ਪੱਖ ਦਾ ਕੌਣ ਪੁਰੀਆ ਯਾਰ ਮੰਡਿਆਰੇ ਮੈਂ ਚੌਵੀ ਘੰਟੇ ਕੋਲ ਰੱਖਦਾ ਕੌਣ ਪੁਰੀਆ ਯਾਰ ਮੰਡਿਆਰੇ ਮੈਂ ਚੌਵੀ ਘੰਟੇ ਕੋਲ ਰੱਖਦਾ ਇਸ ਤੋਂ ਪਹਿਲਾਂ ਫਰਮਾਇਸ਼ ਥਾਪੀਆਂ ਸਿੱਧੂ ਮੂਸੇ ਵਾਲਾ ਮੇਰਾ ਛੋਟਾ ਵੀਰ ਜੋ ਅੱਜ ਇਸ ਦੁਨੀਆਂ ਵਿੱਚ ਨਹੀਂ ਹੈ ਬੜੇ
ਹੌਕੇ ਨਾਲ ਇਹ ਗੱਲ ਸਾਡੇ ਵਾਂਗੂ ਨਿਕਲਦੀ ਹੈ ਕਿ ਅੱਜ ਇਸ ਦੁਨੀਆਂ ਵਿੱਚ ਨਹੀਂ ਸਾਡੇ ਨਾਲ ਉਹਦਾ ਪਰਿਵਾਰਕ ਪਿਆਰ ਵੱਡੇ ਭਰਾਵਾਂ ਵਾਂਗੂ ਮੈਨੂੰ ਪਿਆਰ ਕਰਦਾ ਸੀ ਗੁਲਸ਼ਨੀਆਂ ਨੂੰ ਭੈਣ ਜੀ ਤੋਂ ਸਵਾ ਭੈਣੇ ਕਹਿ ਕੇ ਬੁਲਾਉਣਾ ਬਰਾੜ ਜੀਆਂ ਨੂੰ ਬੱਬੂ ਬਾਈ ਕਹਿ ਕੇ ਬੁਲਾਉਣਾ ਆਪਣੀ ਫਿਲਮ ਦੇ ਵਿੱਚ ਸਾਨੂੰ ਸਪੈਸ਼ਲ ਸੱਦ ਕੇ ਬਰਾੜ ਸਾਹਿਬ ਤੋਂ ਗਾਣਾ ਲਿਖਵਾ ਕੇ ਸਾਡਾ ਅਖਾੜਾ ਮੂਸਾ ਜੱਟ ਫਿਲਮ ਵਿੱਚ ਲਵਾਇਆ ਇੱਕ ਤਾੜੀ ਮੇਰੇ ਵੀਰ ਦੇ ਨਾਂ ਦੀ ਮਾਰ ਦਿਓ ਸਾਡੀ ਸਾਰਿਆਂ ਦੀ ਇਹ ਅਰਦਾਸ ਹੈ ਦੁਆ ਹੈ ਕਿ ਬਾਬਾ ਉਹਨੂੰ ਵਾਪਸ ਮੋੜ ਕੇ ਲਿਆਵੇ ਉਸ ਮਾਂ ਬਾਪ ਕੋਲੇ ਜਿਨ੍ਹਾਂ ਦਾ ਅੱਜ ਕੋਈ ਵੀ ਸਾਰਾ ਨਹੀਂ ਇਸ ਦੁਨੀਆਂ 'ਤੇ ਇੱਕੋ ਇੱਕ ਸਾਹਿਬਜ਼ਾਦਾ ਸਿੱਧੂ ਮੂਸੇਵਾਲਾ ਸੀ ਉਹ ਵੀ ਇਸ ਦੁਨੀਆਂ 'ਤੇ ਨਹੀਂ ਰਿਹਾ ਬੁਰੀਆਂ ਨਜ਼ਰਾਂ ਲੱਗ ਗਈਆਂ ਚਲੋ ਇਹ ਅਰਦਾਸ ਹੈ ਦੁਆ ਹੈ ਕਿਉਂਕਿ ਮਰਨਾ ਸੱਚ ਅਤੇ ਜਿਉਣਾ ਝੂਠ ਹੈ ਕਿਸੇ ਨੇ ਜਦੋਂ ਵੀ ਕਿਸੇ ਦੀ ਵਾਰੀ ਆਉਂਦੀ ਹੈ ਉਸ ਦੁਨੀਆਂ ਤੋਂ ਕੂਚ ਕਰ ਜਾਂਦੇ ਪਰ ਉਹ ਚਾਹੇ ਤਾਂ ਸਭ ਕੁਛ ਹੋ ਸਕਦਾ ਇਹ ਸਭ ਕੁਛ ਉਹਦਾ ਰਚਿਆ ਹੋਇਆ ਹੈ ਜਿਹਨੇ ਪੈਦਾ ਕਰਿਆ ਜਿਹਨੇ ਦਿੱਤਾ ਹੈ ਉਹਦਾ ਹੀ ਸਭ ਕੁਛ ਆਪਣਾ ਕੁਝ ਨਹੀਂ ਉਹਨਾਂ ਦੀ ਫਿਲਮ ਦਾ ਗੀਤ ਮੂਸਾ ਜੱਟ ਫਿਲਮ ਦਾ ਗੀਤ ਥਾਪੀਆਂ ਸੱਤ ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਲੋ ਗੀਤ ਲੈ ਕੇ ਹਾਜ਼ਰ ਮੈਂ ਕੁਛ ਸੂਰਜ ਉਠਾਰਦਾ ਉਹ ਜੱਟ ਅਣਖੀਆ ਵੈਰੀ ਨੂੰ ਵੰਗਾਰਦਾ ਗੁੱਸਾ ਕਪਰੂ ਦਾ ਸੂਰਜ ਨੂੰ ਉਠਾਰਦਾ ਨੀ ਜੱਟ ਅਣਖੀਆ ਵੈਰੀ ਨੂੰ ਵੰਗਾਰਦਾ ਵੈਰੀ ਬਾਹੋ ਤਾਈ ਹੁੰਦੇ ਨਾ ਕੇ ਲੁਕ ਗਏ ਨੇ ਗੁੰਡੇ ਵੈਰੀ ਬਾਹੋ ਤਾਈ ਹੁੰਦੇ ਨਾ ਕੇ ਲੁਕ ਗਏ ਨੇ ਗੁੰਡੇ ਉਹ ਡਰਦਾ ਨਾ ਕੋਈ ਬਾਹਰ ਨਿਕਲੇ ਮਨਜੂਰ ਰਾਣਾ ਇਹ ਸਾਡੇ ਭੈਣ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਕੋਟ ਕੋਟ ਧੰਨਵਾਦ ਪੀਰਾਂ ਅੱਗੇ ਦੁਆ ਕਰਦੇ ਅਰਦਾਸ ਕਰਦੇ ਸਾਡੀ ਭੈਣ ਜੀਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਇਸ ਤੋਂ ਵੀ ਜ਼ਿਆਦਾ ਬੁਲੰਦੀਆਂ ਨੂੰ ਛੂਹਣ ਸਾਡੀ ਭੈਣ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਬਾਬਾ ਜੀ ਦੇ ਮੇਲੇ ਵਾਸਤੇ ਟਾਈਮ ਕੱਢਿਆ ਅਤੇ ਸਪੈਸ਼ਲ ਚੱਲ ਕੇ ਆਏ ਨੇ ਉਹਨਾਂ ਦਾ ਸਨਮਾਨ ਤਾਂ ਮੇਲਾ ਕਮੇਟੀ ਵੱਲੋਂ ਸਾਡੇ ਸ਼ੁਭਦੀਪ ਸਿੱਧੂ ਮੂਸੇਵਾਲਾ ਜੀ ਦੇ ਨਾਂ ਤੋਂ ਜਿਹਨਾਂ ਨੂੰ ਸਮਰਪਿਤ ਇਹ ਸਨਮਾਨਤ ਹੈ ਕਮੇਟੀ ਵੱਲੋਂ ਬਈ ਕੋਟ ਕੋਟ ਧੰਨਵਾਦ ਕਮੇਟੀ ਦਾ ਪੂਰੇ ਨਗਰ ਦਾ ਬਾਬਾ ਜੀ ਦੇ ਮੇਲੇ ਦੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਛੋਟੇ ਵੀਰ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਨਾਂ 'ਤੇ ਇਹ ਸਾਰਾ ਸਮਾਗਮ ਰੱਖਿਆ ਓਕੇ ਜੀ ਬੱਬੂ ਬਰਾੜ ਜੀ ਦਾ ਵੀ ਸਨਮਾਨਤ ਹੈ ਅਤੇ ਨਿਮਾਣੀ ਜੀ ਜੁੜਦੇ ਭੈਣ ਜੀ ਆ ਜਾਓ ਉੱਪਰ ਆ ਜਾਓ ਇੱਥੇ ਆ ਕੇ ਸਨਮਾਨਿਤ ਕਰਾ ਲਓ ਇਹ ਤਾਂ ਇਹ ਚਲਾ ਹੀ ਰੱਖਣਾ ਹੈ ਹਨੇਰੇ ਤੱਕ ਜਦੋਂ ਤੱਕ ਤੁਸੀਂ ਉਹਨੂੰ ਦਿਸਦੇ ਰਹੇ ਉਦੋਂ ਤੱਕ ਹਾਜ਼ਰ ਹੈ ਕਿਉਂਕਿ ਜ਼ਰੂਰੀ ਕੰਮ ਤੁਸੀਂ ਵੀ ਚੱਲ ਕੇ ਆਏ ਹੋ ਜੀ ਆਇਆਂ ਨੂੰ ਸਾਡੇ ਵੱਲ ਜੀ ਆਇਆਂ ਨੂੰ ਸਾਡੇ ਪੈਂਚ ਤੋਂ ਸਨਮਾਨਿਤ ਰਾੜ ਸਾਹਿਬ ਅੱਜ ਮੈਂ ਮੈਡਮ ਮੰਜੂ ਰਾਣਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪੀਰ ਬਾਬਾ ਜੀ ਦੇ ਸ਼ਰਨ ਚ ਆਈ ਸੰਗਤਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹਾਂ ਤੇ ਪੀਰਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੀ ਹਾਂ ਕਿ ਇਸ ਭੁੱਖ ਪਿੰਡ ਦੇ ਵਾਸੀਆਂ ਨੂੰ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿਓ
ਇੰਨੀ ਕੁ ਖੁਸ਼ੀ ਦਿਓ ਕਿ ਹਰ ਮਹੀਨੇ ਹੀ ਤੁਹਾਡਾ ਵਧੀਆ ਜਿਹਾ ਏਦਾਂ ਦਾ ਮੇਲਾ ਮਨਾਉਣ, ਹਰ ਘਰ ਦੇ ਵਿੱਚ ਹਰ ਦਿਨ ਦੀਵਾਲੀ ਦੀ ਤਰ੍ਹਾਂ ਹੋਵੇ। ਮੇਰੇ ਘੁੱਗਵਾਸੀ ਪਿੰਡ ਦੇ ਵੀਰ ਭੈਣਾਂ ਤੇ ਬੱਚੇ ਦਿਨੋ ਦਿਨ ਤਰੱਕੀਆਂ ਕਰਨ, ਮਾਵਾਂ ਦੀਆਂ ਜ਼ਿੰਦਗੀਆਂ 'ਚ ਖੁਸ਼ੀਆਂ ਆਉਣ, ਪਿੰਡ 'ਚੋਂ ਨਸ਼ਾ ਖਤਮ ਹੋ ਜਾਵੇ, ਬੱਚਿਆਂ ਨੂੰ ਰੁਜ਼ਗਾਰ ਮਿਲੇ, ਮੇਰੇ ਪਿੰਡ ਦੀਆਂ ਧੀਆਂ ਸੁਖੀ ਹੋ ਜਾਣ। ਮੈਂ ਪੀਰਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੀ ਹਾਂ ਕਿ ਮੈਂ ਤੁਹਾਡੇ ਕੋਲੋਂ ਆਪਣੇ ਪਿੰਡ ਵਾਸੀਆਂ ਵਾਸਤੇ ਝੋਲੀ ਫੁਲਾ ਕੇ ਦੁਆ ਮੰਗਦੀ ਹਾਂ। ਮੇਰੇ ਕੁੱਕ ਪਿੰਡ ਦੇ ਵਾਸੀਆਂ ਨੂੰ ਤੇ ਮੇਰੇ ਆਸੇ ਪਾਸੇ ਦੇ ਪਿੰਡ ਵਾਸੀਆਂ ਨੂੰ ਬਹੁਤ ਸੁਖੀ ਕਰ ਦਿਓ, ਕਿਉਂਕਿ ਪੀਰਾਂ ਦੇ ਚਰਨਾਂ 'ਚ ਬਹੁਤ ਖੁਸ਼ੀਆਂ ਹੁੰਦੀਆਂ ਨੇ। ਚਾਂਦ ਤੇ ਦਿਨ ਨੂੰ ਰਾਤ ਕਰ ਦਿੰਦੇ ਆ, ਰਾਤ ਨੂੰ ਦਿਨ ਕਰ ਦਿੰਦੇ ਹੈਗੇ ਆ। ਲੇਕਿਨ ਮੈਂ ਇਹੀ ਬੇਨਤੀ ਕਰਾਂਗੀ ਕਿ ਸਭ ਦੇ ਖਜ਼ਾਨੇ ਭਰੇ ਰਹਿਣ, ਸਭ ਦੇ ਘਰ ਜਿਹੜਾ ਰੋਜ਼ੀ ਰੋਟੀ ਹੈ ਉਹਦੇ ਭੰਡਾਰ ਭਰੇ ਰਹਿਣ, ਸਾਰੀਆਂ ਵੀਰਾਂ ਸਾਰੇ ਭੈਣ ਅਤਿ ਖੁਸ਼ ਰਹਿਣ, ਉਹਨਾਂ ਦੀਆਂ ਮਨੋਕਾਮਨਾ ਮੇਰੇ ਪੀਰ ਪੂਰੀਆਂ ਕਰਨ ਤੇ ਬੱਚੇ ਮੇਰੇ ਇਸ ਪਿੰਡ ਦੇ ਮੌਜਾਂ ਮਾਰਨ, ਨਸ਼ਿਆਂ ਤੋਂ ਦੂਰ ਹੋ ਜਾਣ ਤੇ ਰੱਜ ਕੇ ਖੁਸ਼ੀਆਂ ਵਾਲੀ ਜ਼ਿੰਦਗੀ ਜੀਣ। ਤੇ ਇਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਆਮ ਆਦਮੀ ਪਾਰਟੀ ਵੱਲੋਂ, ਔਰ ਕੋਸ਼ਿਸ਼ ਕਰਾਂਗੇ ਕਿ ਹਲੇ ਸਾਨੂੰ ਪਾਵਰ ਚਾਹੇ ਥੋੜ੍ਹਾ ਟਾਈਮ ਹੀ ਹੋਇਆ ਹੈਗਾ, ਜਿੱਦਾਂ ਜਿੱਦਾਂ ਥੋੜ੍ਹਾ ਸਮਾਂ ਮਿਲੇਗਾ ਅਸੀਂ, ਜਿੱਦਾਂ ਮੇਰੇ ਵੀਰ ਫੋਰਨ ਤੋਂ ਆਏ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਮੈਡਮ ਜੀ ਇੱਕ ਤਾਂ ਆਪਾਂ ਇਹ ਪਿੰਡ ਦੀ ਸੜਕ ਬਣਾਉਣੀ ਹੈਗੀ ਆ ਡੇਰੇ ਤੱਕ, ਇਹ ਮੇਰਾ ਪ੍ਰੋਮਿਸ ਆਪਣੇ ਵੀਰ ਛੋਟੇ ਨਾਲ ਕਿ ਜਿੱਦਾਂ ਹੀ ਪਿੰਡ ਦਾ ਪੈਸਾ ਆਉਂਦਾ ਵਾ ਉਹ ਪਿੰਡ ਦੇ ਵਿਕਾਸ ਤੇ ਲੱਗੂਗਾ, ਇੱਕ ਇੱਕ ਰੁਪਈਆ ਲੱਗੂਗਾ ਪਿੰਡ ਦੇ ਵਿਕਾਸ ਦੇ ਉੱਤੇ। ਔਰ ਪਿੰਡ ਦੇ ਵਿੱਚ ਜਿੰਨੇ ਮੋਤਵਾਰ ਹੈਗੇ ਆ ਉਹਨਾਂ ਨੂੰ ਵੀਡੀਓ ਨੂੰ ਤੇ DDPO ਨੂੰ ਕਹਾਂਗੀ ਕਿ ਲਿਸਟਾਂ ਦਿਓ ਕਿਹੜਾ ਪੈਸਾ ਆਇਆ ਤੇ ਕਿੱਥੇ ਲੱਗੇ, ਤਾਂ ਕਿ ਪਿੰਡ ਵਾਸੀਆਂ ਦੀ ਸੁਪਰਵਿਜ਼ਨ ਦੇ ਵਿੱਚ ਪੈਸਾ ਲੱਗੇ। ਔਰ ਮੈਂ ਇੱਥੇ ਤੱਕ ਕਿਹਾ ਹੈਗਾ BDPO DDPO ਕਿ ਜਿਹੜੀ ਵੀ ਇੰਟਰਲੋਕ ਟਾਇਲ ਲੱਗਣੀ ਆ ਉਹ ਵਧੀਆ ਲੱਗੇ, ਪਿੱਲੀ ਇੱਟ ਨਹੀਂ ਮੇਰੇ ਕਿਸੇ ਪਿੰਡ 'ਚ ਲੱਗਣੀ ਚਾਹੀਦੀ ਹੈਗੀ, ਵਧੀਆ ਰੇਤਾ ਵਧੀਆ ਸੀਮਟ ਹਰ ਚੀਜ਼ ਵਧੀਆ ਹੋਵੇ, ਤਾਂ ਕਿ ਪਿੰਡ ਸਾਨੂੰ ਫੋਰਨ ਜਾਣ ਦੀ ਜ਼ਰੂਰਤ ਨਾ ਪਵੇ। ਇੱਕ ਇੱਦਾਂ ਦੀ ਜ਼ਿੰਦਗੀ ਜਿਹੜਾ ਕਿ ਸਾਡਾ ਭਗਵੰਤ ਮਾਨ ਜੀ ਦਾ ਸੁਪਨਾ ਹੈਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਉਹ ਅਸਲੀਅਤ 'ਚ ਰੰਗਲਾ ਪੰਜਾਬ ਬਣਾ ਦਈਏ, ਤਾਂ ਕਿ ਮਾਵਾਂ ਦੇ ਪੁੱਤ ਮਾਵਾਂ ਕੋਲ ਰਹਿਣ, ਤਾਂ ਕਿ ਮਾਵਾਂ ਉਹਨਾਂ ਨੂੰ ਉਡੀਕਦੀਆਂ ਵੀ ਸਵੇਰ ਦੇ ਗਏ ਆ ਤੇ ਰਾਤੀ ਆਉਣਗੇ ਤੇ ਰੋਟੀ ਖਾਣਗੇ। ਜੇ ਫੋਰਨ ਜਾਂਦੇ ਤੇ ਮਾਵਾਂ ਨੂੰ ਸਾਲ ਸਾਲ ਦੋ ਦੋ ਸਾਲ ਉਡੀਕਣਾ ਪੈਂਦਾ। ਔਰ ਮੇਰੀ ਇਹੀ ਤਮੰਨਾ ਹੋਊਗੀ ਕਿ ਇਹਨਾਂ ਪੰਜਾਂ ਸਾਲਾਂ ਦੇ ਵਿੱਚ ਮੇਰੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਮੇਰੀਆਂ ਭੈਣਾਂ ਨੂੰ ਆਪਣੇ ਪੁੱਤ ਬਾਹਰ ਨਾ ਭੇਜਣੇ ਪੈਣ, ਇਹੀ ਲੰਡਨ ਬਣ ਜਾਵੇ, ਇਹੀ ਕੈਨੇਡਾ ਬਣ ਜਾਵੇ, ਇਹੀ ਆਸਟ੍ਰੇਲੀਆ ਬਣ ਜਾਵੇ, ਤੇ ਹਰ ਮਾਂ ਖੁਸ਼ੀ ਦੇ ਨਾਲ ਜਦੋਂ ਦਾ ਬੱਚਾ ਆਵੇ ਖੁਸ਼ੀਆਂ ਭਰਿਆ ਦਿਨ ਤੇ ਖੁਸ਼ੀਆਂ ਭਰੀਆਂ ਰਾਤ ਜੀਵੇ। ਔਰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਣਾ ਪੰਜਾਬ ਨਸ਼ਾ ਮੁਕਤ ਕੀਤਾ ਜਾਵੇ, ਉਹਨੂੰ ਸਮੇਂ ਲੱਗੇਗਾ, ਪਰ ਜਦੋਂ ਅਸੀਂ ਇਕੱਠੇ ਹੋ ਜਾਵਾਂਗੇ ਸਾਰੇ, ਮੇਰੀਆਂ ਭੈਣਾਂ ਮੇਰੇ ਵੀਰ ਤੇ ਬੱਚੇ ਸਾਥ ਦੇਣਗੇ, ਉਹ ਦਿਨ ਦੂਰ ਨਹੀਂ ਹੈਗਾ ਜਿੱਦਣ ਨਸ਼ਾ ਵੀ ਖਤਮ ਹੋਊਗਾ, ਰੁਜ਼ਗਾਰ ਵੀ ਆਊਗਾ ਤੇ ਸਾਡਾ ਪੰਜਾਬ ਰੰਗਲਾ ਪੰਜਾਬ ਮੁੜ ਤੋਂ ਬਣ ਜਾਊਗਾ। ਬਹੁਤ ਬਹੁਤ ਧੰਨਵਾਦ। ਸ੍ਰੀ ਮੰਜੂ ਰਾਣਾ ਜੀ, ਸ੍ਰੀ ਮੰਜੂ ਰਾਣਾ ਜੀ,
ਆਮ ਪਾਰਟੀ ਬੜੇ ਸਾਨਿਹਾਲ ਬੜੇ ਭਾਗਾਂ ਵਾਲੇ ਆਪਾਂ ਕਪੂਰਥਲਾ ਹਲਕਾ ਦੇ ਵਿੱਚ ਆਪਾਂ ਬਹੁਤ ਸਤਿਕਾਰਯੋਗ ਜਿਹੜੇ ਕਿ ਆਪਾਂ ਨੂੰ ਸਾਬਕਾ ਜੱਜ ਸਾਹਿਬ, ਜੱਜ ਦੇ ਰੱਬ 'ਚ ਕੋਈ ਫਰਕ ਨਹੀਂ ਹੁੰਦਾ, ਪਰਮਾਤਮਾ ਦੀ ਪੂਰੀ ਕਿਰਪਾ, ਇਹਨਾਂ ਨੇ ਆਪਣੇ ਹਲਕੇ ਕਪੂਰਥਲੇ ਵਿੱਚ ਡਿਊਟੀ ਕੀਤੀ। ਜਦੋਂ ਕਿ ਸਬਜ਼ੀ ਵਾਲੇ ਰਾਹ ਜਿੰਨੇ ਸਫਾਈਆਂ ਹੋ ਗਈਆਂ, ਪਰ ਬੜੇ ਲੋਕੀ ਤੰਗ ਹਨ ਜਿਹੜੇ ਸਾਡੇ ਵਰਗੇ ਚੋਰ ਹਨ ਨਾ, ਜਿਹਨਾਂ ਦਾ ਕੰਮ ਨਹੀਂ ਚੱਲਦਾ, ਉਹ ਬੜੇ ਤੰਗ ਹੁੰਦੇ ਸੀ ਯਾਰ ਇਹ ਸਿਆਪਾ ਪਾ ਲਿਆ, ਜੱਜ ਸਾਹਿਬ ਕਿੱਥੋਂ ਆ ਗਏ ਨੇ। ਅਤੇ ਬੜੀ ਕਿਰਪਾ ਹੈ ਆਪਣੇ ਹਲਕੇ ਦੀ, ਜਿਹੜੇ ਆਪਾਂ ਨੂੰ ਮੰਜੂ ਰਾਣਾ ਜੀ ਮਿਲੇ ਨੇ, ਬੜੇ ਸਾਨਿਹਾਲ, ਬਹੁਤ ਬਹੁਤ ਧੰਨਵਾਦ ਸ਼੍ਰੀ ਮੰਜੂ ਰਾਣਾ ਜੀ ਇੱਥੇ ਪਹੁੰਚਣ 'ਤੇ, ਉਹਨਾਂ ਦੀ ਸਾਰੀ ਟੀਮ ਦੇ ਧੰਨਵਾਦ, ਜਿਹਨਾਂ ਸਾਰੀਆਂ ਸੰਗਤਾਂ ਨੇ ਦਰਸ਼ਨ ਦਿੱਤੇ ਨੇ ਧੰਨਵਾਦ। ਸਾਡੇ ਬਲਕਾਰ ਅਣਖੀਲਾ ਜੀ ਜਿਹਨਾਂ ਨੇ ਪਤਾ ਨਹੀਂ ਪੈਸੇ ਘੱਟ ਲਏ ਕਿ ਪੂਰੇ ਲਏ, ਬਹੁਤ ਬਹੁਤ ਧੰਨਵਾਦ ਇਹਨਾਂ ਵੀ, ਭਾਵੇਂ ਦੋ ਥਾਈ ਟਾਈਮ ਲਾ ਲਿਆ, ਕਹਿੰਦੇ ਪੈਸੇ ਹੀ ਪੂਰੇ ਲੈਂਦੇ ਆ, ਚਲੋ ਕਲਾਕਾਰ ਦਾ ਕੰਮ ਆ, ਕਿਹੜੇ ਰੋਜ਼ ਟਾਈਮ ਆਉਂਦੇ ਨੇ ਟਾਈਮ, ਨਹੀਂ ਜਿਹਨੇ ਤੁਸੀਂ ਦਿੱਤੀ ਉਹਨੇ ਹੀ ਲਏ ਜੀ, ਉਹਨੇ ਹੀ ਲੈ, ਸਾਡੇ ਸਤਿਕਾਰਯੋਗ ਨੇ ਭਾਜੀ ਜਿਹਨਾਂ ਦੇ ਦਰਬਾਰ 'ਤੇ ਘਾਟਾ ਰਹਿਣ ਹੀ ਨਹੀਂ ਦਿੰਦੇ ਜੀ, ਤੁਹਾਡੇ ਵਰਗੇ ਭਰਾ ਮਿਲ ਜਾਣ, ਸਭ ਕੁਛ ਵਿੱਚ ਆ ਜਾਂਦਾ। ਸਤਿ ਸ੍ਰੀ ਅਕਾਲ, ਬਲੇ ਸੋਨਿਹਾਲ, ਬਲੇ ਸੋਨਿਹਾਲ। ਆ ਮੇਰੇ ਵੀਰ ਜੀ ਨਾਲ ਚੜ੍ਹ ਭਾਜੀ, ਇਹਨਾਂ ਦਾ ਸ਼ੁਭ ਨਾਮ ਬਲਜੀਤ ਸੌਰਵ ਜੀ, ਮਹਾਰਾਜ ਚੜ੍ਹ ਜਾਓ ਤੁਸੀਂ, ਬਲੇ ਸੋਨਿਹਾਲ, ਬਲੇ ਸੋਨਿਹਾਲ, ਡਾਕਟਰ ਸਾਹਿਬ, ਡਾਕਟਰ ਧੀਰ ਸਾਹਿਬ, ਡਾਕਟਰ ਧੀਰ ਬਾਅਦ 'ਚ ਵੇਖ ਲਿਓ, ਮਰੀਜ਼ ਸਟੇਜ 'ਤੇ ਆ ਜਾਓ, ਬਹੁਤ ਬਹੁਤ ਧੰਨਵਾਦ, ਡਾਕਟਰ ਵੀ ਪਹੁੰਚੇ ਨੇ, ਆਪਣੇ ਵੱਖਰੇ ਵਿਚਾਰ, ਹੱਸਣਾ ਹਸਾਉਣਾ ਇਹ ਤੁਹਾਡੇ ਕੋਲੋਂ ਮਿਲਿਆ, ਕਿਉਂਕਿ ਤੁਸੀਂ ਵੀ ਕਲਾਕਾਰ ਜੇ, ਬਹੁਤ ਬਹੁਤ ਧੰਨਵਾਦ ਸਰਦਾਰ ਬਗੀਚਾ ਸਿੰਘ ਜੂਕੇ, ਜਿਨ੍ਹਾਂ ਨੇ ਸਾਰੀਆਂ ਰੌਣਕਾਂ ਲਾਈਆਂ ਹਨ। ਅੱਜ ਆਪਾਂ ਨੂੰ 23 ਤਰੀਕ ਨੂੰ ਜੋ ਸੁਭਾਗਾ ਸਾਂ ਮਿਲਿਆ ਹੈ, ਇਹਨਾਂ ਦੇ ਨਾਲ ਨਾਲ ਸਾਰੀ ਟੀਮ, ਜੋ ਸ਼੍ਰੀ ਭਗਵੰਤ ਮਾਨ ਜੀ ਆਮ ਪਾਰਟੀ ਉਹਨਾਂ ਦੇ ਜਿੰਨੀ ਟੀਮ ਹੈ ਸਾਰਿਆਂ ਨੂੰ ਜੀ ਆਇਆ। ਮੈਂ ਬੇਨਤੀ ਕਰਾਂਗਾ ਇੱਕ ਆਪਣੀ, ਉਹ ਗੱਡੀ ਇੱਕ ਖੜੀ ਹੈ ਰਾਹ ਵਿੱਚ, ਮੈਂ ਇੱਥੋਂ ਨੰਬਰ ਤਾਂ ਨਹੀਂ ਦੇਖਦਾ ਵੀ ਕਿੰਨਾ ਆ, ਉਸ ਤਰ੍ਹਾਂ ਕਾਰ ਆ,
ਬੇਟਾ ਕਰਿਓ ਥੋੜੀ ਸਾਈਡ ਤੇ ਕਰਿਓ। ਓਕੇ ਜੀ ਆਇਆਂ ਨੂੰ, ਸਾਡੇ ਐਮਐਲਏ ਸਾਹਿਬ ਜੀ ਨੂੰ, ਸਾਡੀ ਭੈਣ ਜੀ ਨੂੰ, ਜਿੰਨੀ ਉਹਨਾਂ ਦੀ ਟੀਮ ਆਈ ਹੈ ਸਾਰਿਆਂ ਨੂੰ, ਬਾਬਾ ਸਾਡਾ ਭਰਾ ਤੁਹਾਡਾ ਬਾਬਾ ਖੁਸ਼ ਰੱਖੇ ਸਾਰਿਆਂ ਨੂੰ। ਸੁਰਿੰਦਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਸਪੈਸ਼ਲ ਇਨਾਮ ਭੇਜਦੇ ਨੇ ਬਾਬਾ ਜੀ ਨੂੰ, ਤੋਂ ਬਾਬਾ ਜੀ ਤਰੱਕੀਆਂ ਬਖਸ਼ਣ ਦਿਨ ਦੁਗਲੇ ਰਾਤ ਚੌਕ ਨੇ ਤਰੱਕੀ। ਚਲੋ ਹਾਜ਼ਰ ਹੈ ਉਸੇ ਤਰ੍ਹਾਂ ਹੀ ਤੁਹਾਡੇ ਮਨੋਰੰਜਨ ਲਈ, ਮੈਂ ਤੇ ਗੁਲਸ਼ਨ ਜੀ ਰੈਡੀਓ ਕਾਕਾ ਜੀ ਉੱਥੋਂ ਹੀ ਆ ਜਾਓ। ਪੁੱਤ ਜੱਟ ਦਾ ਜਵਾਨ ਹੋ ਗਿਆ, ਸੱਤ ਚ ਖਲੋ ਕੇ ਮਾਰੇ ਥਾਪੀਆਂ। ਸੂਰਜ ਨੂੰ ਠਾਰਦਾ ਉਹ ਜੱਟ ਅਣਖੀਆ ਵੈਰੀ ਨੂੰ ਵੰਗਾਰਦਾ, ਉਸਾ ਕਬਰੂ ਦਾ ਸੂਰਜ ਨੂੰ ਠਾਰਦਾ, ਜੱਟ ਅਣਖੀਆ ਵੈਰੀ ਨੂੰ ਵੰਗਾਰਦਾ। ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁਕ ਗਏ ਨੇ ਕੁੰਡੇ, ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁਕ ਗਏ ਨੇ ਕੁੰਡੇ। ਉਹ ਡਰਦਾ ਨਾ ਕੋਈ ਬਾਹਰ ਨਿਕਲੇ, ਪਿੰਡ ਸੁਨਸਾਨ ਹੋ ਗਿਆ, ਉਹ ਸੱਚ ਚ ਖਲੋ ਕੇ ਮਾਰੇ ਥਾਪੀਆਂ। ਪੁੱਤ ਜੱਟ ਦਾ ਜਵਾਨ ਹੋ ਗਿਆ, ਸੱਚ ਚ ਖਲੋਗੇ ਮਾਰੇ ਥਾਪੀਆਂ, ਪੁੱਤ ਜੱਟ ਦਾ ਜਵਾਨ ਹੋ ਗਿਆ। ਉਹ ਜੇ ਮੈਂ ਲਿਖਾਣਾ ਕਢਾਈਆਂ ਮੈਨੂੰ ਆਖੇ ਹੁਣ ਜੱਟ, ਜੱਗੀ ਜੀ ਨੇ ਜਿਨੇ ਹੱਥ ਸੈੱਟ ਕਰ ਦੂਗਾ ਮੱਤ, ਜੇ ਮੈਂ ਲਿਖਾਣਾ ਕਢਾਈਆਂ ਮੈਨੂੰ ਆਖੇ ਹੁਣ ਜੱਟ। ਬਾਲੇ ਮਾਰਦਾ ਏ ਖੂਨ ਸਿਰ ਚੜਿਆ ਜਨੂਨ, ਬਾਲੇ ਮਾਰਦਾ ਏ ਖੂਨ ਸਿਰ ਚੜਿਆ ਜਨੂਨ। ਉਹ ਆਖਦੇ ਸੀ ਜਿੰਨੂੰ ਕੱਚੀ ਮਿੱਟੀ ਦਾ ਗੱਭਰੂ ਚਟਾਨ ਹੋ ਗਿਆ, ਉਹ ਸੱਚ ਚ ਖਲੋਗੇ ਮਾਰੇ ਥਾਪੀਆਂ, ਪੁੱਤ ਜੱਟ ਦਾ ਜਵਾਨ ਹੋ ਗਿਆ, ਸੱਚ ਚ ਖਲੋਗੇ ਮਾਰੇ ਥਾਪੀਆਂ, ਓਏ ਪੁੱਤ ਜੱਟ ਦਾ ਜਵਾਨ ਹੋ ਗਿਆ। ਸ਼ੇਰ ਵਰਗਾ ਦਲੇਰ ਕੁੱਟੇ ਵੈਰੀ ਘੇਰ ਘੇਰ, ਸ਼ੇਰ ਵਰਗਾ ਦਲੇਰ ਕੁੱਟੇ ਵੈਰੀ ਘੇਰ ਘੇਰ। ਉਹ ਜੜਾ ਤੋਂ ਹੀ ਪੱਟ ਪੱਟ ਸੁੱਟਦਾ ਸੱਚੀ ਉਹ ਚਟਾਨ ਹੋ ਗਿਆ, ਉਹ ਸੱਚ ਚ ਖਲੋਗੇ ਮਾਰੇ ਥਾਪੀਆਂ, ਉੱਥੇ ਜੱਟ ਦਾ ਜਵਾਨ ਹੋ ਗਿਆ, ਸੱਚ ਚ ਖਲੋਗੇ ਮਾਰੇ ਥਾਪੀਆਂ, ਉੱਥੇ ਜੱਟ ਦਾ ਜਵਾਨ ਹੋ ਗਿਆ।
ਮੁੱਢ ਤੋਂ ਹੀ ਸ਼ੌਕ ਪੈਰ ਸੱਪਾਂ ਤੇ ਟਿਕਾਉਣਾ ਚਾਹੁੰਦੇ ਸੀਗੇ ਦਬਕਾਉਣਾ ਮੈਂ ਕਾ ਬਹਿ ਗਿਆ ਮੱਥਾ ਲਾਉਣਾ ਮੈਂ ਕਾ ਮੁੱਢ ਤੋਂ ਹੀ ਸ਼ੌਕ ਪੈਰ ਸੱਪਾਂ ਤੇ ਟਿਕਾਉਣਾ ਸੀਨੇ ਪਾੜੇ ਅੱਖ ਗਹਿਰੀ ਮੁੰਡਾ ਕੋਬਰੇ ਦੇ ਚਿਹਰੀ ਸੀਨੇ ਪਾੜੇ ਅੱਖ ਗਹਿਰੀ ਮੁੰਡਾ ਕੋਬਰੇ ਦੇ ਚਿਹਰੀ ਓ ਬੱਬੂ ਕੜਿਆਣਾ ਸੱਜ ਆਖਦਾ ਮੂਸਾ ਜੱਟ ਪਲਵਾਨ ਹੋ ਗਿਆ ਓ ਸੱਥ ਚ ਖਲੋਗੇ ਮਾਰੇ ਥਾਪੀਆਂ ਉੱਥੇ ਜੱਟ ਦਾ ਜਵਾਨ ਹੋ ਗਿਆ ਓਏ ਸੱਥ ਚ ਖਲੋਗੇ ਮਾਰੇ ਥਾਪੀਆਂ ਉੱਥੇ ਜੱਟ ਦਾ ਜਵਾਨ ਹੋ ਗਿਆ ਰਿਕਾਰਡ ਸਾਡਾ ਗੀਤ ਲੈ ਕੇ ਹਾਜ਼ਰ ਹੈ ਠੰਡੀ ਠੰਡੀ ਪਾਉਣ ਵਾਲੀ ਆ ਜੀ ਬੇਟਾ ਨਜ਼ਰ ਗੋਰੀਏ ਲੱਗੇ ਨਾ ਨਜ਼ਰ ਗੋਰੀਏ ਤੈਨੂੰ ਨੈਣਾ ਵਿੱਚ ਲਵਾਂ ਮੈਂ ਛਪਾ ਹਾਏ ਸੋਹਣੀ ਹਾਏ ਹਾਏ ਸੋਹਣੀ ਹਾਏ ਬੋਤਲੇ ਸ਼ਰਾਬ ਦੀਏ ਪੀਲਾ ਘੁੱਟ ਖੁੱਟਣੀ ਬੋਤਲੇ ਸ਼ਰਾਬ ਦੀਏ ਪੀਲਾ ਘੁੱਟ ਖੁੱਟਣੀ ਬਾਹਾਂ ਵਿੱਚ ਲੈ ਕੇ ਤੈਨੂੰ ਬਾਹਾਂ ਵਿੱਚ ਲੈ ਕੇ ਤੈਨੂੰ ਕਰਾਂ ਪੂਰੇ ਦਿਲ ਵਾਲੇ ਚਾਅ ਆਏ ਸੋਹਣੀਏ ਹਾਏ ਆਏ ਸੋਹਣੀਏ ਹਾਏ
ਜਿਹੜੀ ਪੂਰਨੀ ਲੱਗਦੀ ਪਿਆਰੀ ਬੜੀ ਪੈਂਦੀ ਜਿਹੜੀ ਪੂਰਨੀ ਨਿਜ਼ਾਮਪੁਰੀਏ ਨੂੰ ਜਾਵੇ ਚੜਦਾ ਸਰੂਰ ਨਿਜ਼ਾਮਪੁਰੀਏ ਨੂੰ ਜਾਵੇ ਚੜਦਾ ਸਰੂਰ ਸੱਤ ਪਟਵਾਰੀ ਬਿੱਲੋ ਜਿੰਦ ਦੇ ਮਾਂ ਤੇਰੇ ਨਾਲ ਆਏ ਸੋਹਣੀਏ ਆਏ ਸੋਹਣਿਆ ਆਏ ਸੋਹਣੀਏ ਆਏ ਰਾਜਣਾ ਤੇਰੇ ਨਾਲ ਲੱਗੀ ਸਿਰੇ ਲਾਉਣ ਦੇ ਲਈ ਬਿੱਲੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਫਾ ਨੁਕਸਾਨ ਓਏ ਸ਼ਿਕੇ ਦਾ ਬਿੱਲੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਫਾ ਨੁਕਸਾਨ ਹੋਇਆ ਕੀ ਜੇ ਸੁੱਕ ਗਈ ਆ ਫੁੱਲਾਂ ਵਾਲੀ ਵੇਲ ਹੋਇਆ ਕੀ ਜੇ ਸੁੱਕ ਗਈ ਆ ਫੁੱਲਾਂ ਵਾਲੀ ਵੇਲ ਫਿਰ ਹਥਿਆਰ ਨਵੀਂ ਲਾਉਣ ਦੇ ਲਈ ਅਸਾਂ ਵੀ ਤਲੀ ਤੇ ਰੱਖੀ ਜਾਣ ਬਦਲੋ ਤੇਰੇ ਨਾਲ ਲੱਗੀਆਂ ਨਵਾਉਣ ਦੇ ਲਈ ਤਲੀ ਤੇ ਰੱਖੀ ਜਾਣ ਬਦਲੋ ਤੇਰੇ ਨਾਲ ਲੱਗੀ ਸਿਰੇ ਲਾਉਣ ਦੇ ਲਈ ਆਖਰੀ ਹੈ ਦਿਲ ਦੀ ਤਮੰਨਾ ਸਾਰੀ ਜ਼ਿੰਦਗੀ ਰੱਖੂਗੀ ਸੀਨੇ ਲਾ ਲਾ ਕੇ
ਸਾਰਿਆਂ ਦੇ ਸਾਥ ਜੇ ਨਭਾਉਣੇ ਚਾਹੁੰਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਕਦੇ ਵੱਟਦੇ ਨਾ ਮੂਣ ਉਮਰਾਂ ਦੇ ਸਾਥ ਜੇ ਨਭਾਉਣੇ ਚਾਹੁੰਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਕਦੇ ਵੱਟਦੇ ਨਾ ਮੂਣ ਸੋਚਦੀ ਕਿ ਸੋਚਾ ਮੱਕੀ ਦੱਸ ਦੇ ਤਰੀਕ ਸੋਚਦੀ ਕਿ ਸੋਚਾ ਮੱਕੀ ਦੱਸ ਦੇ ਤਰੀਕ ਆਵੇ ਅਣਖੀਲਾ ਕਦੋਂ ਵਿਆਹੁਣ ਦੇ ਲਈ ਵਿਆਹੁਣ ਦੇ ਲਈ ਅਸਾਂ ਵੀ ਤਲੀ ਤੇ ਰੱਖੀ ਜਾਣ ਬਦਲੋ ਤੇਰੇ ਨਾਲ ਲੱਗੀਆਂ ਨਵਾਉਣ ਦੇ ਲਈ ਤਲੀ ਤੇ ਰੱਖੀ ਜਾਣ ਬਦਲੋ ਤੇਰੇ ਨਾਲ ਲੱਗੀਆਂ ਤੇਰੇ ਨਾਲ ਲੱਗੀਆਂ ਤੇਰੇ ਨਾਲ ਲੱਗੀਆਂ ਨਵਾਉਣ ਦੇ ਲਈ ਆਪਾਂ ਰੁੱਖੀ ਵੀ ਸਿਖਾ ਕੇ ਰੋਟੀ ਕਰੀਏ ਗੁਜ਼ਾਰਾ ਚੰਗਾ ਰੋਟੀ ਪਾਣੀ ਦਿੰਦੀਆਂ ਨੇ ਨੋਹਾ ਸਰਦਾਰਾ ₹500 ਰੁਪਏ ਸਪੈਸ਼ਲ ਇਨਾਮ ਸਾਡੇ ਵੱਡੇ ਵੀਰ ਪੇਜ ਕੇ ਗਏ ਨੇ ਬਾਬਾ ਜੀ ਚੜ੍ਹਦੀਆਂ ਕਲਾ ਵਿੱਚ ਰੱਖਣ ਇੱਜ਼ਤ ਮਾਨ ਬਖਸ਼ਣ ਆ ਗੀਤ ਇਹ ਉਹਨਾਂ ਬੰਦਿਆਂ ਦੀ ਗੱਲ ਕਰਨਗੇ ਉਹਨਾਂ ਬੱਚਿਆਂ ਦੀ ਗੱਲ ਕਰਨਗੇ ਜਿਹੜੇ ਆਪਣੇ ਮਾਂ ਪਿਓ ਦਾ ਕਿਹਾ ਨਹੀਂ ਮੰਨਦੇ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਦਾ ਪੋਸਦਾ ਪੜ੍ਹਾਉਂਦਾ ਲਿਖਾਉਂਦਾ ਵਿਆਹੁੰਦਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪਰ ਜਦੋਂ ਮਾਪਿਆਂ ਦੀ ਵਾਰੀ ਆਉਂਦੀ ਹੈ ਧੀਆਂ ਪੁੱਤਾਂ ਤੋਂ ਸੇਵਾ ਕਰਵਾਉਣ ਦੀ ਫਿਰ ਜਿਹੜੇ ਬੱਚੇ ਮਾਂ ਪਿਓ ਦਾ ਕਿਹਾ ਨਹੀਂ ਮੰਨਦੇ ਬੜੀ ਤਗੜੀ ਮਿਸਾਲ ਦੇ ਕੇ ਗਿਆ ਇਸ ਦੁਨੀਆਂ ਅਤੇ ਪੰਜਾਬ ਨੂੰ ਸਾਡੇ ਨੂੰ ਸਿੱਧੂ ਮੂਸੇਵਾਲਾ ਜਿੱਥੇ ਵੀ ਕਿਤੇ ਪੰਜਾਬੀ ਜ਼ਬਾਨ ਵੱਸਦੀ ਹੈ ਉੱਥੇ ਆਪਣੇ ਮਾਂ ਪਿਓ ਨੂੰ ਉਹਨੇ ਖੁਸ਼ ਰੱਖਿਆ ਮਾਂ ਪਿਓ ਦੀਆਂ ਅੱਖਾਂ ਅੱਗੇ ਰਿਹਾ ਹੈ ਨਹੀਂ ਤਾਂ ਇੰਨੀ ਸ਼ੌਹਰਤ ਦਾ ਮਾਲਕ ਹੋ ਗਏ ਉਹ ਕਿਤੇ ਵੀ ਰਹਿ ਸਕਦਾ ਕਿਤੇ ਵੀ ਵੱਸ ਸਕਦੇ ਸੀ ਪਰ ਆਪਣੀ ਬੇਬੇ ਨੂੰ ਅਤੇ ਆਪਣੇ ਬਾਪੂ ਨੂੰ ਅੱਖਾਂ ਤੋਂ ਦੂਰ ਨਹੀਂ ਕਰਿਆ ਹਰੇਕ ਬੱਚੇ ਦਾ ਹੱਕ ਬਣਦਾ ਆਪਣੇ ਮਾਂ ਪਿਓ ਦੀ ਇੱਜ਼ਤ ਕਰਨ ਦਾ ਕਿਹਾ ਮੰਨਣ ਦਾ ਸੇਵਾ ਕਰਨ ਦਾ ਹੁਣ ਜਿਹੜੇ ਬੱਚੇ ਗਲਤ ਰਸਤੇ ਪੈ ਕੇ ਆਪਣੇ ਮਾਂ ਪਿਓ ਨੇ ਤਾਂ ਬੜੀ ਮਿਹਨਤ ਨਾਲ ਪਾਲ ਕੇ ਪੋਸ ਕੇ ਪੜ੍ਹਾ ਕੇ ਲਿਖਾ ਕੇ ਵਿਆਹੇ ਨਾ ਤਾਂ ਪੁੱਤ ਗੱਲ ਸੁਣਦੇ ਹੈ ਅਤੇ ਨਾ ਨੂੰਹਾਂ ਆਖੇ ਲੱਗਦੀਆਂ ਨਾ ਪੋਤੀਆਂ ਪੋਤੇ ਕਿਹਾ ਮੰਨਦੇ ਆ ਉਹ ਬਜ਼ੁਰਗ ਬੇਬੇ ਤੇ ਬਾਪੂ ਦੁਖੀ ਹਾਲਾਤ ਤੋਂ ਦੋਨੋਂ ਜਣੇ ਬੈਠੇ ਡੇਕ ਥੱਲੇ ਮੰਜਾ ਡਾਹ ਕੇ ਆਪਸੀ ਦੀ ਦੁੱਖ ਸੁੱਖ ਕਰਦੇ ਆ ਤਾਂ ਸੁਣਨਾ ਬੇਬੇ ਤੇ ਬਾਪੂ ਦਾ ਦੁੱਖ ਸੁੱਖ ਰੁੱਖੀ ਮਿਸੀ ਖਾ ਕੇ ਰੋਟੀ ਕਰੀਏ ਗੁਜ਼ਾਰਾ ਚੰਗਾ ਰੋਟੀ ਪਾਣੀ ਦਿੰਦੀਆਂ ਨੇ ਨੋਹਾ ਸਰਦਾਰਾ ਆਪਾਂ ਰੁੱਖੀ ਮਿਸੀ ਖਾ ਕੇ ਰੋਟੀ ਕਰੀਏ ਗੁਜ਼ਾਰਾ ਚੰਗਾ ਰੋਟੀ ਪਾਣੀ ਦਿੰਦੀਆਂ ਨੇ ਨੋਹਾ ਸਰਦਾਰਾ ਹਾਏ ਨੀ ਬੁੱਢੇ ਹੋ ਗਏ ਘਟ ਗਈ ਕਦਰ ਸਾਡੀ ਦੋਵਾਂ ਦੀ ਸਾਡੇ ਘਰ ਅੱਜ ਕੱਲ ਚੱਲੇ ਨੋਹਾ ਦੀ ਆਪਾਂ ਬੁੱਢੇ ਹੋ ਗਏ ਘਟ ਗਈ ਕਦਰ ਸਾਡੀ ਦੋਵਾਂ ਦੀ ਸਾਡੇ ਘਰ ਅੱਜ ਕੱਲ ਚੱਲੇ ਨੋਹਾ ਦੀ ਨੀਏ ਕਹਿੰਦੇ ਬੇਬੇ ਬਾਪੂ ਸਹੁਰੇ ਕਹਿੰਦੇ ਬੇਬੇ ਬਾਪੂ ਇਹ ਕਹਿੰਦੇ ਬੇਬੇ ਬਾਪੂ ਦੋ ਦਿਨਾਂ ਦੇ ਪਰਾਉਣੇ ਆ ਦੋ ਦਿਨਾਂ ਦੇ ਪਰਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਲਟਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਲਟਾਉਣੇ ਆ ਹਾਕਾ ਮਾਰਦੇ ਰਹਿੰਦੇ ਆ ਕੋਈ ਪਾਣੀ ਨਾ ਫੜਾਵੇ ਉਹ ਪੋਤੇ ਪੋਤੀਆਂ ਵੀ ਕਹਿੰਦੇ ਬਾਪੂ ਐਵੇਂ ਬੋਲੀ ਜਾਵੇ ਬਾਜਾ ਮਾਰਦੇ ਰਹਿੰਦੇ ਆ ਕੋਈ ਪਾਣੀ ਨਾ ਫੜਾਵੇ ਨੀ ਪੋਤੇ ਪੋਤੀਆਂ ਵੀ ਕਹਿੰਦੇ ਬੁੜਾ ਐਵੇਂ ਰੌਲਾ ਪਾਵੇ ਕਹੇ ਬਦਲ ਵਿਚਾਰ ਕੋਰੇ ਤਾਂ ਇਹਨਾਂ ਦੇ ਉਹ ਪੈਲੀ ਜਿੱਦੇ ਦੀ ਕਰਾਤੀ ਆਪਾਂ ਨਾ ਇਹਨਾਂ ਦੇ ਕਹੇ ਬਦਲ ਵਿਚਾਰ ਕੋਰੇ ਤਾਂ ਇਹਨਾਂ ਦੇ ਨੀ ਪੈਲੀ ਜਿੱਦੇ ਦੀ ਕਰਾਤੀ ਆਪਾਂ ਨਾ ਇਹਨਾਂ
ਰਹਿੰਦੇ ਆਪਾਂ ਚੰਗੇ ਰਹਿੰਦੇ ਆਪਾਂ ਚੰਗੇ ਰਹਿੰਦੇ ਪੁੱਤਾਂ ਨਾਲੋਂ ਹੁੰਦੀ ਜੇ ਕੁੜੀ ਐਵੇਂ ਹੁੰਦੀ ਜੇ ਕੁੜੀ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਲ ਢਾਉਣੇ ਆ ਬਿਲਕੁਲ ਸੱਚੀ ਗੱਲ ਹੈ ਸਹੀ ਹੋਈ ਗੰਜਰ ਦੇ ਬਹੂਆਂ ਨੂੰ ਆਪਣੇ ਵਾਲੀ ਦਾਲ 'ਚ ਘਿਓ ਨਹੀਂ ਪਾਉਣ ਦਿੰਦੇ ਮਾੜਾ ਮੋਟਾ ਇਹ ਵੀ ਸੱਚ ਗਿਆ ਤੁਸੀਂ ਤੇ ਗੱਲ ਸੁਣ ਨੂੰਹਾਂ ਤੇਰੀ ਬੜੀ ਤਾਰੀਫ ਕਰਦੀਆਂ ਨੂੰਹਾਂ ਮੇਰੀ ਤਾਰੀਫ ਕਰਦੀਆਂ ਤੈਨੂੰ ਬੜਾ ਚੰਗਾ ਸਮਝਦੀਆਂ ਨੂੰਹਾਂ ਹਾਏ ਹਾਏ ਕੀ ਕਹਿੰਦੀਆਂ ਨਾ ਤੂੰ ਕੀ ਆਖਿਆ ਆਪਾਂ ਚੰਗੇ ਰਹਿੰਦੇ ਪੁੱਤਾਂ ਨਾਲੋਂ ਹੁੰਦੀ ਜੇ ਕੁੜੀ ਐਵੇਂ ਹੁੰਦੀ ਜੇ ਕੁੜੀ ਨੋਵਾ ਕਹਿੰਦੀਆਂ ਨੇ ਗਲੋਂ ਲੱਥੇ ਅੜਗ ਬੁੜੀ ਨੀ ਨੋਵਾ ਕਹਿੰਦੀਆਂ ਲੜਾਕੀ ਬੜੀ ਅੜਗ ਬੁੜੀ ਨੋਵਾ ਕਹਿੰਦੀਆਂ ਨੇ ਮਰੇ ਭਰਾ ਅੜਗ ਬੁੜੀ ਜਦੋਂ ਤਾਈਓ ਸਾਡੇ ਗਲ ਪੈਂਦੇ ਨੀ ਹੁਣ ਸਾਡੇ ਗਲ ਪੈਂਦੇ ਸਹੁਰੇ ਸਾਡੇ ਗਲ ਪੈਂਦੇ ਜੇ ਕੋਈ ਗੱਲ ਸਮਝਾਉਣੇ ਆ ਜੇ ਕੋਈ ਗੱਲ ਖਾਨੇ ਪਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਟਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਟਾਉਣੇ ਆ ਜੇ ਕੋਈ ਸਾਡੇ ਕੋਲ ਸਾਡਾ ਆ ਕੇ ਬਹਿ ਜੇ ਦਰਦੀ ਓ ਵੱਡੀ ਨੋ ਕਹਿੰਦੀ ਬੇਬੇ ਚੁਗਲੀਆਂ ਕਰਦੀ ਜੇ ਕੋਈ ਸਾਡੇ ਕੋਲ ਸਾਡਾ ਆ ਕੇ ਬਹਿ ਜੇ ਦਰਦੀ ਨੀ ਵੱਡੀ ਨੋ ਕਹਿੰਦੀ ਬੇਬੇ ਚੁਗਲੀਆਂ ਕਰਦੀ ਭੁੱਲ ਕੇ ਜੇ ਪੁੱਤ ਸਾਡਾ ਸਾਨੂੰ ਕੋਈ ਬੁਲਾ ਲਵੇ ਹਾਏ ਨੀ ਛੋਟੀ ਬਹੂ ਮੱਥੇ ਤੇ ਤੇ ਓੜੀਆਂ ਪਾ ਛੋਟੀ ਬਹੂ ਮੱਥੇ ਤੇ ਓੜੀਆਂ ਪਾ ਲਵੇ ਫੇਰ ਗੁੱਸੇ ਨਾਲ ਭਾਂਡੇ ਜਾਂਦੇ ਵਿਹੜੇ ਜ਼ਰੂਰੀ ਹਾਏ ਵਿਹੜੇ ਜ਼ਰੂਰੀ ਨੋਵਾ ਕਹਿੰਦੀਆਂ ਨੇ ਗਲੋਂ ਲੱਥੇ ਅੜਬ ਬੁੜੀ ਨੀ ਨੋਵਾ ਕਹਿੰਦੀਆਂ ਲੜਾਕੀ ਵੜੀ ਅੜਬ ਬੁੜੀ ਜਿੱਦਣ ਕੋਈ ਕਾਕਿਆਂ ਦੇ ਸਹੁਰਿਆਂ ਤੋਂ ਆ ਜਾਏ ਸਾਰੇ ਟੱਬਰ ਤਫੇਰ ਚੱਕਿਆ ਨਾ ਜਾ ਜਾਏ ਹਾਏ ਨੀ ਜਿੱਦਣ ਕੋਈ ਵਹੁਟੀਆਂ ਦੇ ਪੇਕਿਆਂ ਤੋਂ ਆ ਜਾਏ ਸਾਰੇ ਟੱਬਰ ਤਫੇਰ ਕੋਈ ਨੀ ਸਾਡੇ ਵਾਲੇ ਦਿਨ ਮੈਂ ਕਿਹਾ ਸਾਡੇ ਵਾਲੇ ਦਿਨ ਕੋਈ ਨੀ ਸਾਡੇ ਵਾਲੇ ਦਿਨ ਕਦੇ ਇਹਨਾਂ ਤੇ ਵੀ ਆਉਣੇ ਆ ਵੀ ਇਹਨਾਂ ਤੇ ਵੀ ਆਉਣੇ ਆ ਅਣਖੀਲਾ ਸਾਹਿਬ ਹਾਂਜੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿਹੜੀ
ਵੀ ਨੋਹਾ ਕਹਿੰਦੀਆਂ ਨੇ ਮਰੇ ਭਰਾ ਅੜਬੁੜੀ ਹਾਂਜੀ ਹਾਂਜੀ ਭੈਣਾਂ ਬਹੁਤ ਖੁਸ਼ ਹੁੰਦੀਆਂ ਨਹੀਂ 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 ਆਪੇ ਦੇਖ ਲਓ ਸਾਰੀਆਂ ਭੈਣਾਂ ਹੱਸੀਆਂ ਹੁੰਦੀਆਂ ਨਹੀਂ 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 ਸਾਰੀਆਂ ਭੈਣਾਂ ਇੱਕੋ ਜਿਹੀਆਂ ਹੁੰਦੀਆਂ ਹੀ ਨਹੀਂ ਇਹ ਵੀ ਸਹੀ ਗੱਲ ਹੈ ਕਈ ਭੈਣਾਂ ਤਾਂ ਬਹੁਤ ਪਿਆਰ ਕਰਦੀਆਂ ਆਪਣੇ ਸੱਸ ਸਹੁਰੇ ਨੂੰ ਕਰਨਾ ਚਾਹੀਦਾ ਭਾਈ ਮਾਂ ਪਿਓ ਜੀ ਨੇ ਇੱਜ਼ਤ ਕਰਦੀਆਂ ਇੱਜ਼ਤ ਕਰਨੀ ਚਾਹੀਦੀ ਹੈ ਕਈ ਭੈਣਾਂ ਉਦੋਂ ਵੀ ਚੰਗੀਆਂ ਹੁੰਦੀਆਂ ਸਹੁਰੀ ਜਾਣ ਤੋਂ ਪਹਿਲਾਂ ਹੀ ਉਹਦੀ ਫੋਟੋ ਹਾਰ ਪਾ ਕੇ ਕੰਧ ਤੇ ਕਿੱਲੀ ਨਾ ਟੰਗੀ ਹੋਵੇ ਬਈ ਆਪ ਵੀ ਮੁੱਕਿਆ ਹੋਵੇ ਨਾ ਲਾਲਣ ਖੀਲਾ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਵੀ ਸਾਡੇ ਵਾਲੇ ਦਿਨ ਕਦੇ ਇਹਨਾਂ ਤੇ ਵੀ ਆਉਣੇ ਆ ਸੋ ਯਾਦ ਰੱਖਣਾ ਚਾਹੀਦਾ ਹੈ ਭੈਣਾਂ ਨੂੰ ਬੇਨਤੀ ਆ ਅੱਜ ਨੋਹਾਂ ਤੇ ਕੱਲ ਨੂੰ ਸੱਸਾਂ ਵੀ ਜ਼ਰੂਰ ਬਣਨਾ ਸੁੱਖ ਨਾਲ ਸੁੱਖ ਨਾਲ ਹਾਂ ਤੇ ਗੱਭਰੂਆਂ ਨੂੰ ਵੀ ਬੇਨਤੀ ਆ ਅੱਜ ਪੁੱਤੋ ਤੇ ਕੱਲ ਨੂੰ ਬਾਪੂ ਵੀ ਜ਼ਰੂਰ ਬਣਨਾ ਬਾਪੂ ਜ਼ਰੂਰ ਬਣਨਾ ਬਾਪੂ ਜ਼ਰੂਰ ਬਣਨਾ ਜੇ ਚਿੱਟੇ ਤੋਂ ਬਚੇ ਰਹੇ ਤਾਂ ਨਹੀਂ ਤਾਂ ਪਹਿਲਾਂ ਹੀ ਬਣਾ ਦਿੰਦਾ ਮਾਰ ਦਿਓ ਤਾੜੀ ਇੱਕ ਚੰਗੀ ਲੱਗੀ ਗੱਲ ਤਾਂ ਕਿਉਂਕਿ ਬੜਾ ਮਾੜਾ ਨਸ਼ਾ ਦੂਰ ਰਹਿਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਨਸ਼ਾ ਕੋਈ ਵੀ ਹੈ ਮਾੜਾ ਨਸ਼ਿਆਂ ਨੂੰ ਛੱਡ ਕੇ ਮਾਂ ਪਿਓ ਦੀ ਸੱਸ ਸਹੁਰੇ ਦੀ ਸੇਵਾ ਕਰੋ ਪਿੰਡ ਦਾ ਇਲਾਕੇ ਦਾ ਨਾਮ ਰੋਸ਼ਨ ਕਰੋ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਟਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਟਾਉਣੇ ਆ ਨੋਹਾਂ ਵੇਦੀਆਂ ਨੇ ਸੀਰੀਅਲ ਏਸੀ ਟੀਵੀ ਚੱਲੇ ਓ ਆਪਾਂ ਘਰ ਬਾਰ ਵਾਲੇ ਹੋ ਗਏ ਬੈਠੇ ਨੇ ਮੱਥਲੇ ਨੋਹਾਂ ਵੇਦੀਆਂ ਨੇ ਸੀਰੀਅਲ ਏਸੀ ਟੀਵੀ ਚੱਲੇ ਨਹੀਂ ਆਪਾਂ ਘਰ ਬਾਰ ਵਾਲੇ ਹੋ ਗਏ ਬੈਠੇ ਨੇ ਮੱਥਲੇ ਜੂਸ ਪੀਂਦੇ ਨੇ ਫਰਿੱਜੋਂ ਕਦੇ ਜਦੋਂ ਘਰੇ ਚਿੱਤੇ ਤੇ ਆਪਾਂ ਚਾਹ ਦੇ ਕੱਪ ਤਾਈ ਬੈਠੇ ਤਰਸੀਏ ਨਿੱਤ ਜੂਸ ਪੀਂਦੇ ਨੇ ਫਰਿੱਜੋਂ ਕਦੇ ਜਦੋਂ ਘਰੇ ਚਿੱਤੇ ਨਹੀਂ ਆਪਾਂ ਠੰਡੇ ਪਾਣੀ ਤਾਈ ਬੈਠੇ ਤਰਸੀਏ ਨਿੱਤ ਹਾਏ ਵੇ ਪੱਪੂ ਕੜਿਆਣੇ ਮੈਂ ਕਿਹਾ ਪੱਪੂ ਕੜਿਆਣੇ ਗੱਲ ਸੱਚੀ ਆ ਜੁੜੀ ਹਾਏ ਵੇ ਸੱਚੀ ਆ ਜੁੜੀ ਨੋਵਾ ਕਹਿੰਦੀਆਂ ਨੇ ਗਲੋਂ ਲੱਥੇ ਅੜਬ ਬੁੜੀ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਲਟਾਉਣੇ ਓ ਨੋਵਾ ਕਹਿੰਦੀਆਂ ਲੜਾਕੀ ਬੜੀ ਅੜਬ ਬੁੜੀ ਮੁੰਡੇ ਆਖਦੇ ਬਾਪੂ ਨੇ ਕਿਹੜਾ ਮਾਲ ਲਟਾਉਣੇ ਐ ਨੋਵਾ ਕਹਿੰਦੀਆਂ ਨੇ ਦਫਾ ਹੋਵੇ ਅੜਬ ਬੁੜੀ ਠਾਰਾਂ ਟਹਿਰਾ ਘੂੜਾ ਤੇਰੇ ਯਾਰ ਦਾ ਫਰਮਾਇਸ਼ ਮੇਰੇ ਵੀਰਾਂ ਦੀ ਲੋ ਪੂਰੀ ਕਰਨ ਲੱਗੇ ਮੇਰਾ ਰਿਕਾਰਡ ਗੀਤ ਵੈਸੇ ਮੈਂ ਨਵਾਂ ਗੀਤ ਗਾਉਣ ਲੱਗਿਆ ਸੀ ਕੱਲ੍ਹ ਪਰਸੋਂ ਲਾਂਚ ਹੋਇਆ ਗੀਤ ਸਾਡਾ ਚਿੱਟਾ ਟੂ ਉਹ ਗੀਤ ਗਾਉਣ ਲੱਗਿਆ ਸੀ ਪਰ ਫਰਮਾਇਸ਼ ਜ਼ਰੂਰੀ ਹੈ ਸੜਕਾਂ 'ਤੇ ਮੇਲ ਦਾ ਫਿਰ ਗੁਲਸ਼ਨ ਜੀ ਯਾਦ ਹੈ ਓਕੇ ਓਕੇ ਲੋ ਸੁਣ ਇੱਕ ਗੱਭਰੂ 18 ਟਹਿਰਾ ਘੋੜਾ ਨਵਾਂ ਕਢਵਾ ਕੇ ਲਿਆਉਂਦਾ ਸਤਪਾਲ ਸਿੰਘ ਜੀ ਕਵਾਇਤ ਪਿੰਡ ਸੈਦੋਵਾਲ ਤੋਂ 500 ਰੁਪਈਆ ਸਪੈਸ਼ਲ ਇਨਾਮ ਦੇ ਕੇ ਗਏ ਨੇ ਬਾਬਾ ਦਿਲ ਦੀਆਂ ਜਾਣਦਾ ਚੜ੍ਹਦੀਆਂ ਕਲਾ ਵਿੱਚ ਰੱਖੇ ਚਲੋ ਮੁਟਿਆਰ ਨੂੰ ਬੜੀ ਖੁਸ਼ੀ ਹੁੰਦੀ ਹੈ ਸਹੇਲੀਆਂ ਨੂੰ ਚਾਹ ਨਾਲ ਦੱਸਦੀ ਕੀ ਕੀ ਤੱਕ ਬਰੂ ਦੱਸਾਂ ਮੈਂ ਸਹੇਲੀ ਹੁਣੀ ਖੁਸ਼ੀ ਵਾਲੀ ਗੱਲ ਦਿਲ ਦੀ ਬਗਾਦੀ ਦੀ ਜਮਾਈ ਗੁਰੂ ਨੇ ਖੱਲ ਦੱਸਾਂ ਮੈਂ ਸਹੇਲੀ ਹੁਣੀ ਖੁਸ਼ੀ ਵਾਲੀ ਗੱਲ ਦਿਲ ਦੀ ਬਗਾਦੀ ਦੀ ਜਮਾਈ ਗੁਰੂ ਨੇ ਖੱਲ ਦਿਲ ਖੁਸ਼ ਹੋ ਗਿਆ ਮੁਟਿਆਰ ਦਾ ਸਾਡੇ ਗਾਦੀ ਨੱਚਦਾ ਫਿਰੂ ਪਟੋਲਿਆ ਤਿਆਰੀ ਤੇਰੇ ਵਾਂਗੂ ਗੱਡੀ ਬੜੀ ਲੱਗਦੀ ਤਿਆਰੀ ਆਜਾ 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 ਝੱਟ ਖਿੱਚ ਕੇ ਪਟੋਲਿਆ ਤਿਆਰੀ ਤੇਰੇ ਵਾਂਗੂ ਗੱਡੀ ਬੜੀ ਲੱਗਦੀ ਤਿਆਰੀ ਉਹ ਮੱਥਾ ਟੇਕ ਕੇ ਪੀਰਾਂ ਦੇ ਦਰ ਆਉਣਾ ਸਾਰਿਆਂ ਤੋਂ ਪਹਿਲਾਂ ਜੱਟੀਏ ਸਾਰਾ ਟੇਰੇ ਵਿੱਚ ਤੈਨੂੰ ਹੀ ਬਿਠਾਉਣਾ ਸਾਰਿਆਂ
Thank you.
ਪਾਈ ਵਿੱਚੋਂ ਖੋਟ ਹੁੰਦਾ ਮਿਥਿਆ ਹੋਰ ਕੀ ਕਮੀਨਿਆਂ ਦੇ ਮੱਥੇ ਹੁੰਦਾ ਲਿਖਿਆ ਹੋਰ ਕੀ ਕਮੀਨਿਆਂ ਦੇ ਮੱਥੇ ਹੁੰਦਾ ਲਿਖਿਆ ਝੂਠਿਆ ਕੇਸਾਂ ਚ ਭਾਵੇਂ ਲੱਖ ਉਲਝਾ ਲਿਆ ਨੀ ਫੇਰ ਕਿਹੜਾ ਜੱਟਣਿਆ ਸਿਰ ਨੂੰ ਨਵਾਲਿਆ ਫੇਰ ਕਿਹੜਾ ਜੱਟਣਿਆ ਸਿਰ ਨੂੰ ਨਵਾਲਿਆ ਡਰਨਾ ਤਾਂ ਜੱਟ ਦੇ ਪਲੱਡ ਵਿੱਚ ਨਹੀਂ ਵੈਰੀਆਂ ਦੇ ਮੂਹਰੇ ਖੜੋ ਇੱਕ ਤਾਣ ਕੇ ਥੋੜਿਆਂ ਦੇ ਨਾਲ ਹੀ ਬਸ ਗੱਲ ਜੱਟੀਏ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਥੋੜਿਆਂ ਦੇ ਨਾਲ ਹੀ ਬਸ ਗੱਲ ਪਤਲੋ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਛੋਟਾ ਵੀਰ ਬੱਬੂ ਕੜਿਆੜਾ ਸਾਹਿਬ ਬੱਬੂ ਬਰਾੜ ਜੀ ਚੰਦ ਮਿੰਟ ਵਾਲੇ ਉਹਨਾਂ ਨੂੰ ਥੋੜੀ ਸੇਵਾ 'ਚ ਹਾਜ਼ਰ ਕਰ ਲਿਆ ਕੁਝ ਉਹਨਾਂ ਨੇ ਗੱਲਾਂ ਖਾਸ ਕਰਨੀਆਂ ਉਸ ਤੋਂ ਬਾਅਦ ਫਿਰ ਮੈਂ ਤੇ ਗੁਲਸ਼ਨ ਹਾਜ਼ਰ ਤਕਰੀਬਨ ਡੇਢ ਘੰਟੇ ਤੋਂ ਦੁਕਾਨਾਂ ਜੋੜੀ ਦੇ ਦੁਕਾਨਾਂ 'ਤੇ ਤੁਸੀਂ ਆਨੰਦ ਮਾਣ ਰਹੇ ਹੋ ਚੰਗਾ ਲੱਗੇ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਖਿੱਚ ਕੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੀਤ ਸਿੰਘ ਜੀ ਯੂਕੇ ਇਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਬਿਕਰਮ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਰਾਜਾ ਵੀਰਾ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਸੁਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਪਰਮਾਤਮਾ ਚੜ੍ਹਦੀ ਕਲਾ 'ਚ ਰੱਖਿਆ ਚੰਦ ਕੁ ਸੱਚੀਆਂ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਜੇ ਚੰਗਾ ਲੱਗੇ ਤਾਂ ਤਾੜੀ ਜ਼ਰੂਰ ਮਾਰਿਓ ਜੀ ਕਹਿੰਦਾ ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੇ ਹੈ ਪਿੰਡ ਕੋਈ ਵੀ ਮਾੜਾ ਨਹੀਂ ਹੁੰਦਾ
ਇੱਕ ਦੋ ਬੰਦਿਆਂ ਕਰਕੇ ਪਿੰਡ ਨੂੰ ਹਰਜਾਨਾ ਭੁਗਤਣਾ ਪੈਂਦਾ, ਕਿਉਂਕਿ ਪਿੰਡ ਨੂੰ ਅੱਲ ਪੈਣ ਲੱਗ ਜਾਂਦੀ ਹੈ। ਕਹਿੰਦਾ ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੇ ਹੈ ਅਤੇ ਕਈ ਪਿੰਡ ਚੰਗੇ ਕੰਮਾਂ ਕਰਕੇ ਮਸ਼ਹੂਰ ਹੁੰਦੇ ਹੈ। ਆਪ ਕੁਛ ਕਰਨਾ ਨਹੀਂ ਅਤੇ ਦੂਜੇ ਨੂੰ ਕਰਨ ਦੇਣਾ ਨਹੀਂ, ਇੱਕ ਦੋ ਤਾਂ ਪਿੰਡ 'ਚ ਜ਼ਰੂਰ ਹੁੰਦੇ ਹੈ, ਇੱਕ ਦੋ ਤਾਂ ਪਿੰਡ 'ਚ ਜ਼ਰੂਰ ਹੁੰਦੇ, ਜੇ ਚੰਗਾ ਲੱਗੇ ਤਾਂ ਮਾਰੋ ਤੜੀ। ਕਹਿੰਦਾ ਜਿਹਦੇ ਨਾਲ ਨਾ ਮਿਲਦੀ ਮੱਤ ਹੋਵੇ, ਜਿਹਦੇ ਨਾਲ ਨਾ ਮਿਲਦੀ ਮੱਤ ਹੋਵੇ ਅਤੇ ਉਹਦੇ ਨਾਲ ਹੱਥ ਮਿਲਾਉਣ ਦਾ ਕੀ ਫਾਇਦਾ, ਅਤੇ ਜਿਹਨੇ ਸੁਬਾਹ ਸਹੁੰ ਪਾ ਕੇ ਸ਼ਾਮ ਨੂੰ ਪੀ ਲੈਣੀ ਦਾਰੂ ਅਤੇ ਉਹਨੂੰ ਕਸਮ ਖਵਾਉਣ ਦਾ ਕੀ ਫਾਇਦਾ। ਉਹ ਜਿਹਦੇ ਮਾਪਿਆਂ ਨੇ ਬੁਢਾਪੇ 'ਚ ਪਕਾ ਕੇ ਰੋਟੀ ਆਪ ਖਾਣੀ ਅਤੇ ਉਹਨਾਂ ਨੂੰ ਪੁੱਤ ਵਿਆਹੁਣ ਦਾ ਕੀ ਫਾਇਦਾ, ਜਿਹੜੀ ਨੂੰਹ ਨੂੰ ਕੱਪੜੇ ਪਾਉਣ ਦਾ ਢੰਗ ਹੈ ਨਹੀਂ ਅਤੇ ਉਹਦੇ ਤੋਂ ਘੁੰਡ ਕਢਾਉਣ ਦਾ ਕੀ ਫਾਇਦਾ, ਜਿਹੜੇ ਕਲਾਕਾਰ ਨੇ ਸਰੋਤਿਆਂ ਦਾ ਦਿਲ ਜਿੱਤਿਆ ਹੀ ਨਹੀਂ ਅਤੇ ਉਹਦਾ ਖਾੜਾ ਲਵਾਉਣ ਦਾ ਕੀ ਫਾਇਦਾ। ਉਹ ਜਿਹੜੇ ਮੱਲ ਨੇ ਖਾੜੇ 'ਚ ਜਾ ਕੇ ਨਿੱਤ ਢਹਿਣਾ ਅਤੇ ਉਹਨੂੰ ਘਿਓ ਖਵਾਉਣ ਦਾ ਕੀ ਫਾਇਦਾ। ਜਿਹੜੇ ਲੀਡਰ ਨੇ ਜਿੱਤ ਕੇ ਕਿਸੇ ਦਾ ਕੁਝ ਸਵਾਰਨਾ ਹੀ ਨਹੀਂ ਅਤੇ ਉਹਨੂੰ ਵੋਟਾਂ ਪਾਉਣ ਦਾ ਕੀ ਫਾਇਦਾ। ਉਹ ਜਿਹੜੇ ਰਿਸ਼ਤੇਦਾਰ ਨੇ ਆ ਕੇ ਨਹੀਂ ਚੱਜ ਦੀ ਗੱਲ ਕਰਨੀ ਅਤੇ ਉਹਦਾ ਮਿਲਣ ਆਉਣ ਦਾ ਕੀ ਫਾਇਦਾ। ਉਹ ਬੱਬੂ ਬਰਾੜ ਦੀਆਂ ਗੱਲਾਂ 'ਤੇ ਜੇ ਨਹੀਂ ਅਮਲ ਕਰਨਾ ਅਤੇ ਫਿਰ ਤਾੜੀਆਂ ਵਜਾਉਣ ਦਾ ਕੀ ਫਾਇਦਾ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਕਹਿੰਦਾ ਹਰ ਪਿੰਡ ਦੇ ਵਿੱਚ ਕਈ ਗੁਰਦੁਆਰੇ ਨੇ ਅਤੇ ਗੱਲਾਂ ਪਿੰਡਾਂ ਦੇ ਵਿੱਚ ਵੱਡੀਆਂ ਹੋਈਆਂ ਨੇ, ਉਹ ਲੰਘੇ ਨੂੰ ਕਿਤੇ ਥਾਂ ਨਹੀਂ ਅਤੇ ਪਹੀਆਂ ਵੀ ਵੱਡੀਆਂ ਹੋਈਆਂ ਨੇ। ਤਾੜੀ ਮਾਰ ਦਿਓ ਜੇ ਸੱਚੀ ਗੱਲ ਆ ਤਾਂ। ਜਿੰਨੇ ਗੁਰਦੁਆਰੇ ਨੇ ਓਨੀਆਂ ਪਾਰਟੀਆਂ ਨੇ ਪਿੰਡਾਂ ਦੇ ਵਿੱਚ ਅਤੇ ਪਹੀਆਂ ਅਤੇ ਲੰਘੇ ਨੂੰ ਥਾਂ ਨਹੀਂ ਦੋਸਤੋ। ਇਹ ਆਪਾਂ ਨੂੰ ਪਹਿਲਾਂ ਸੁਚੇਤ ਹੋਣਾ ਪੈਣਾ, ਉਸ ਤੋਂ ਬਾਅਦ ਸਰਕਾਰਾਂ ਦੀ ਗੱਲ ਹੈ। ਪਹਿਲਾਂ ਆਪਣੇ ਆਪ ਨੂੰ ਆਪਾਂ ਠੀਕ ਕਰੀਏ, ਉਸ ਤੋਂ ਬਾਅਦ ਸਰਕਾਰਾਂ ਤੋਂ ਜੋ ਉਮੀਦਾਂ ਆਪਾਂ ਰੱਖਦੇ ਹਾਂ ਫਿਰ ਹੀ ਹੋਣਗੀਆਂ। ਸੋ ਮੇਰੀਆਂ ਭੈਣਾਂ ਬੈਠੀਆਂ ਨੇ, ਇਹਨਾਂ ਲਈ ਮੈਂ ਕੁਛ ਲਿਖਿਆ ਜਿਹੜੀਆਂ ਆਈਲੈਟਸ ਕਰਕੇ ਬਾਹਰ ਜਾਂਦੀਆਂ ਸਾਡੀਆਂ ਬੱਚੀਆਂ। ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ, ਬਾਹਰ ਜਾਣਾ ਬਹੁਤ ਵਧੀਆ ਗੱਲ ਹੈ। ਦੇਸ਼ ਦੀ ਤਰੱਕੀ ਦੇ ਵਿੱਚ ਆਪਣੇ ਆਪ ਨੂੰ ਇੱਕ ਮਿਸਾਲ ਕਾਇਮ ਕਰਨਾ, ਆਪਣੇ ਆਪ ਨੂੰ ਇੱਕ ਪਲੇਟਫਾਰਮ 'ਤੇ ਖੜਾ ਕਰਨਾ ਬਹੁਤ ਵਧੀਆ ਗੱਲ ਹੈ, ਪਰ ਪੰਜਾਬੀ ਨੂੰ, ਪੰਜਾਬੀ ਮਾਂ ਬੋਲੀ ਨੂੰ, ਪੰਜਾਬੀਅਤ ਨੂੰ ਭੁੱਲ ਜਾਣਾ ਬਹੁਤ ਮਾੜੀ ਗੱਲ ਹੈ। ਔਰ NRI ਵੀਰ ਹੈ ਜਿਹੜੇ ਸਾਡੇ ਭਰਾ ਨੇ, ਜਿਵੇਂ ਮੇਲੇ ਲਵਾਉਂਦੇ ਪਿੰਡਾਂ 'ਚ ਸਰਦਾਰ ਜੀਤ ਸਿੰਘ ਜੀ ਵਰਗੇ, ਬਾਹਰਲੇ ਮੁਲਕਾਂ ਦੇ ਵਿੱਚ ਵੀ ਰਹਿ ਕੇ ਆਪਣੀ ਮਿੱਟੀ ਨਾਲ ਪਿਆਰ ਹੈ, ਆਪਣੇ ਵਤਨ ਨਾਲ ਪਿਆਰ ਹੈ, ਆਪਣੇ ਪਿੰਡ ਨਾਲ ਪਿਆਰ ਹੈ, ਕਿਉਂਕਿ ਇਹ ਪੰਜਾਬੀਆਂ ਦੇ ਖੂਨ 'ਚ ਹੈ। ਪਿੱਛੇ ਜੇ ਆਪਾਂ ਜਿਹੜਾ ਮੋਰਚਾ ਜਿੱਤਿਆ ਕਿਸਾਨੀ ਧਰਨਾ, ਉਹਦੇ ਵਿੱਚ ਵੀ ਮੇਰੇ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜਦੋਂ ਜਦੋਂ ਵੀ ਕਦੋਂ ਕਦੋਂ ਚਾਹੇ ਉਹ ਕੁਦਰਤੀ ਆਫਤ ਆਈਆਂ ਹੋਣ, ਚਾਹੇ ਸਰਕਾਰਾਂ ਵੱਲੋਂ ਕੋਈ ਧੱਕੇਸ਼ਾਹੀ ਹੋਵੇ, ਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ NRI ਵੀਰ ਖੜ੍ਹਦੇ ਆ। ਇੱਕ ਤਾੜੀ ਮਾਰੋ ਮੇਰੇ ਭਰਾਵਾਂ ਦੇ ਨਾਂ 'ਤੇ, ਇਹਨਾਂ ਦੇ ਨਾਂ 'ਤੇ, NRI ਵੀਰਾਂ ਦੇ ਨਾਂ 'ਤੇ, ਜਿਹੜੇ ਮੇਲੇ ਵੀ ਲਵਾਉਂਦੇ ਆ, ਸਾਡੀ ਨਵੀਂ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਵਾਸਤੇ ਖੇਡਾਂ ਵੀ ਕਰਵਾਉਂਦੇ ਆ, ਫੰਡ ਭੇਜਦੇ ਆ। ਸੋ ਪਰਮਾਤਮਾ ਸਾਰੇ NRI ਵੀਰਾਂ ਨੂੰ, ਜਿੱਥੇ ਵੀ ਜਿਰਪ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਵੱਸਦੇ ਆ, ਅਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸੋ ਮੇਰੀਆਂ ਭੈਣਾਂ ਜਿਹੜੀਆਂ ਆਈਲੈਟਸ ਵਰਕ ਕਰਕੇ ਬਾਹਰ ਜਾਂਦੀਆਂ ਨੇ, ਸਾਡੇ ਲੋਕਾਂ ਨੂੰ ਬੜਾ ਵੱਡਾ ਵਹਿਮ ਹੈ, ਤੁਹਾਡਾ ਤਾਂ ਇਲਾਕਾ ਹੀ NRI ਦਾ, ਇਹਨਾਂ ਦਾ ਜੇ ਘਰ ਦੇ ਪੰਜ ਜੀ ਹੈ ਤਾਂ ਪੰਜੇ ਬਾਹਰ ਹੈ। ਪਰ ਕੁਛ ਕੁ ਸਾਡੇ ਪੰਜਾਬ ਦੇ ਲੋਕਾਂ ਨੂੰ ਬੜਾ ਵੱਡਾ ਵਹਿਮ ਹੈ ਕਿ ਬਾਹਰ ਸ਼ਹਿਰ ਦਰੱਖਤਾਂ ਨੂੰ ਡਾਲਰ ਲੱਗਦੇ ਆ, ਦਰੱਖਤਾਂ ਨੂੰ ਡਾਲਰ ਨਹੀਂ ਲੱਗਦੇ, ਦਰੱਖਤਾਂ ਨੂੰ ਬੇਰ ਲੱਗਦੇ ਹੈ, ਜਾਮਣਾ ਲੱਗਦੀਆਂ, ਸਾਰਾ ਕੁਝ ਤੋੜਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਸੋ ਸਾਡੀਆਂ ਬੱਚੀਆਂ ਲਈ ਚੰਦ ਲੈਣਾ। ਕਹਿੰਦਾ ਆਈਲੈਟਸ ਕਰਕੇ ਬਾਹਰ ਜਾਂਦੀ ਉਹ ਕੁੜੀਓ ਨਹੀਂ, ਆਈਲੈਟਸ ਕਰਕੇ ਬਾਹਰ ਜਾਂਦੀ ਉਹ ਕੁੜੀਓ ਨਹੀਂ, ਤੁਹਾਨੂੰ ਹੋਣ ਮੁਬਾਰਕਾਂ, ਤਰੱਕੀਆਂ ਦੇ ਰਾਹ ਵੱਲ ਤੁਰੀਓ ਨਹੀਂ, ਪਰ ਇੱਕ ਬੇਨਤੀ ਆ ਤੁਹਾਨੂੰ, ਪਰ ਇੱਕ ਬੇਨਤੀ ਆ ਤੁਹਾਨੂੰ, ਵੀਰਾਂ ਦਾ ਮਾਣ ਨਾ ਕਰ ਦਿਓ ਸ਼ਮਸ਼ਾਨ, ਭਾਵੇਂ ਸਾਰੀ ਦੁਨੀਆਂ ਨੂੰ ਘੁਮਾਇਓ, ਪਰ ਬਾਬਲ ਦੇ ਸ਼ਮਲੇ ਨੂੰ ਭੈਣ ਬਣ ਕੇ ਦਾਗ ਨਾ ਲਾਇਓ, ਵੀ ਭੈਣ ਬਣ ਕੇ ਦਾਗ ਨਾ ਲਾਇਓ।
ਇਸੇ ਤਰ੍ਹਾਂ ਹੀ ਐਨ ਆਰ ਆਈ ਵੀਰ ਰੋਜ਼ੀ ਰੋਟੀ ਦੀ ਖਾਤਰ ਪੰਜਾਬ ਤੋਂ ਬਾਹਰਲੇ ਮੁਲਕ ਚਲਾ ਜਾਂਦਾ। ਹੁਣ ਭੈਣ ਦੀ ਗੱਲ ਕੀਤੀ, ਹੁਣ ਮੈਂ ਇੱਕ ਭਰਾ ਦੀ ਗੱਲ ਕਰਨ ਲੱਗਿਆ। ਜਦੋਂ ਵੀ ਕੋਈ ਆਪਣਿਆਂ ਤੋਂ ਦੂਰ ਹੁੰਦਾ ਤਾਂ ਉਹਨੂੰ ਦੁੱਗਣੀ ਚੌਗਣੀ ਯਾਦ ਆਉਂਦੀ ਆਪਣੇ ਦੇ। ਆਪਾਂ ਦੋ ਦਿਨ ਵਾਸਤੇ ਰਿਸ਼ਤੇਦਾਰੀ 'ਚ ਚੱਲ ਜਾਈਏ ਤਾਂ ਮਨ ਨਹੀਂ ਲੱਗਦਾ। ਔਰ ਜਿਹੜੇ ਸਾਡੇ ਭਰਾ ਐਨ ਆਰ ਆਈ ਵੀਰ ਜਾਂਦੇ ਨੇ ਪੰਜ ਪੰਜ ਛੇ ਛੇ ਸਾਲ ਗੇੜਾ ਨਹੀਂ ਮਾਰਦੇ, ਉਹਨਾਂ ਦਾ ਕਿਵੇਂ ਦਿਲ ਲੱਗਦਾ ਹੋਊਗਾ? ਇੱਕ ਇਹੋ ਜਿਹਾ ਸੁਪਨਾ ਆਉਂਦਾ ਕਿ ਐਨ ਆਰ ਆਈ ਵੀਰ ਨੂੰ ਕੰਮ ਤੋਂ ਥੱਕਿਆ ਟੁੱਟਿਆ ਆਉਂਦਾ ਕਿ ਅੱਜ ਆਪਣੀ ਨੀਂਦ ਪੂਰੀ ਕਰੂੰਗਾ, ਲੇਕਿਨ ਉਹਨੂੰ ਇੱਕ ਇਹੋ ਜਿਹਾ ਸੁਪਨਾ ਆ ਜਾਂਦਾ ਜਿਹੜਾ ਉਹਦੀ ਨੀਂਦ ਖਰਾਬ ਕਰ ਜਾਂਦਾ। ਤਾਂ ਤੁਹਾਨੂੰ 1990-92 ਦੇ ਪੰਜਾਬ ਦੇ ਵਿੱਚ ਲੈ ਕੇ ਜਾਣ ਲੱਗਿਆ, ਚੰਗਾ ਲੱਗਿਆ ਤਾਂ ਤਾੜੀ ਮਾਰ ਲਿਓ, ਪਹਿਲਾਂ ਸੁਣ ਲਿਓ। ਕਹਿੰਦਾ ਤੜਕੇ ਤੜਕੇ ਸੁਪਨਾ ਆਇਆ, ਪਰਦੇਸੀ ਨੂੰ ਸੁਪਨਾ ਆਉਂਦਾ, ਕਹਿੰਦਾ ਤੜਕੇ ਤੜਕੇ ਸੁਪਨਾ ਆਇਆ, ਸੁਪਨੇ ਨੇ ਮੈਨੂੰ ਆਣ ਜਗਾਇਆ, ਉਹ ਉੱਠਦੇ ਸਾਰ ਹੀ ਆਉਣ ਲੱਗਿਆ ਸੀ ਜਿਵੇਂ ਕੋਈ ਮੇਰੇ ਪਿੰਡ ਤੋਂ ਆਇਆ, ਓਏ ਖੁੱਲ੍ਹਾ ਵਿਹੜਾ ਨਿੰਮ ਵਾਲੀ ਛਾਂ ਚੇਤੇ ਆ ਗਈ, ਮੈਨੂੰ ਰੋਟੀਆਂ ਪਕਾਉਂਦੀ ਮੇਰੀ ਮਾਂ ਚੇਤੇ ਆ ਗਈ, ਓਏ ਰੋਟੀਆਂ ਪਕਾਉਂਦੀ ਮੇਰੀ ਮਾਂ ਚੇਤੇ ਆ ਗਈ। ਫਿਰ ਕਹਿੰਦਾ ਬਾਪੂ ਮੇਰਾ ਪੈਲੀ ਵਾਹੁੰਦਾ, ਬਲਦਾਂ ਦੇ ਗਲ ਟੱਲੀਆਂ, ਓਏ ਮਾਂ ਮੇਰੀ ਨੇ ਰੋਟੀਆਂ ਬੰਨ ਮੇਰੇ ਹੱਥ ਖੇਤ ਨੂੰ ਘੱਲੀਆਂ, ਟੂ ਵੈਲ ਤੇ ਨਹਾਉਣ ਦਾ ਸਵਾਦ ਚੇਤੇ ਆ ਗਿਆ, ਜਿੱਥੋਂ ਚੋਰੀ ਗੰਨੇ ਪੱਟੇ ਸੀ ਕਮਾਦ ਚੇਤੇ ਆ ਗਿਆ। ਕਹਿੰਦਾ ਬਾਂਦਰ ਕਿੱਲਾ ਖੇਡਣ ਵਾਲੇ ਜਾਂ ਨਾ ਯਾਰ ਭੁਲਾਏ, ਲੈ ਵੀ ਹੁਣ ਮੈਂ ਦੇਖਦਾ ਵੀ ਬਾਂਦਰ ਕਿੱਲਾ ਕਿਹਨੇ ਕਿਹਨੇ ਖੇਡਿਆ, ਤਾੜੀ ਮਾਰ ਕੇ ਦੱਸੋ ਵੀ ਬੱਚੋ, ਪਤਾ ਤੁਹਾਨੂੰ ਬਈ ਤੁਸੀਂ ਜੀਸਿਆ ਵਧਾਈ ਦੇ ਪਾਤਰ ਹੋ ਕਿ ਤੁਹਾਡੇ ਬੱਚਿਆਂ ਨੂੰ ਪਤਾ ਹੈ ਸਾਡੀਆਂ ਪੁਰਾਤਨ ਖੇਡਾਂ ਦਾ, ਇਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪਤਾ। ਮੈਂ ਤਾਂ ਸੋਚਿਆ ਸੀਗਾ ਕਿ ਐਨ ਆਰ ਆਈਆਂ ਦਾ ਇਲਾਕਾ ਆ, ਇਹ ਤਾਂ ਮੋਬਾਈਲ ਗੇਮ ਮੋਬਾਈਲ ਦੀਆਂ ਗੇਮਾਂ ਜੋਗੇ ਹੋਣਗੇ, ਪਰ ਵਧੀਆ ਗੱਲ ਹੈ ਤੁਸੀਂ ਵਧਾਈ ਦੇ ਪਾਤਰ ਨੂੰ ਬੱਚਿਆਂ ਨੂੰ ਦੱਸਿਆ ਕਰੋ, ਸਹੀ ਗੱਲ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੀਆਂ ਪੁਰਾਤਨ ਖੇਡਾਂ। ਕਹਿੰਦਾ ਬਾਂਦਰ ਕਿੱਲਾ ਖੇਡਣ ਵਾਲੇ ਜਾਨ ਨਾ ਯਾਰ ਭੁਲਾਏ, ਇੱਕ ਦਿਨ ਸਾਰੇ ਇਕੱਠੇ ਹੋ ਕੇ 20,000 ਲਿਆਏ, ਉਹ ਜਿੱਦੇ ਦਾਦੀ ਮਾਂ ਨੇ ਕੀਤੇ ਕੰਨ ਪੋਲੇ ਚੇਤੇ ਆ ਗਈ, ਜਿਹਦੇ ਪਿੱਛੇ ਕੁੱਟ ਖਾਧੀ ਫਿਲਮ ਛੋਲੇ ਚੇਤੇ ਆ ਗਈ, ਉਹ ਜਿਹਦੇ ਪਿੱਛੇ ਕੁੱਟ ਖਾਧੀ ਛੋਲੇ ਚੇਤੇ ਆ ਗਈ। ਫਿਰ ਕਹਿੰਦਾ ਸਾਡੇ ਪਿੰਡ ਪਿੜਾਂ ਵਿੱਚ ਪਿਪਲੀ, ਉਹ ਜਿੱਥੇ ਲੱਗਦੀਆਂ ਤੀਆਂ, ਸਾਉਣ ਮਹੀਨੇ ਰੌਣਕ ਲਾਉਂਦੀਆਂ ਪਿੰਡ ਦੀਆਂ ਭੈਣਾਂ ਧੀਆਂ, ਮੈਥੋਂ ਛੋਟੀ ਲਾਡੋ ਉਹ ਸ਼ਦੈਣ ਚੇਤੇ ਆ ਗਈ, ਹਏ ਰੱਖੜੀ ਦਾ ਦਿਨ ਮੈਨੂੰ ਭੈਣ ਚੇਤੇ ਆ ਗਈ, ਓਏ ਰੱਖੜੀ ਦਾ ਦਿਨ ਮੈਨੂੰ ਭੈਣ ਚੇਤੇ ਆ ਗਈ। ਐਂਡ ਤੇ ਲਿਖਿਆ ਕਹਿੰਦਾ ਖਾਦ ਵਾਲੇ ਥੈਲੇ ਦਾ ਬਸਤਾ ਭੂਆ ਤੋਂ ਸਲਵਾਇਆ, ਭੂਆ ਤੇ ਭਤੀਜੇ ਦਾ ਬੜਾ ਪਿਆਰ ਹੁੰਦਾ ਕਿਉਂਕਿ ਉਹਨਾਂ ਦੇ ਭਰਾ ਦੀ ਅੰਸ ਹੁੰਦੀ ਹੈ, ਭੂਆ ਦੋ ਤਿੰਨ ਹੋਣ ਕੁਵਾਰੀਆਂ ਹੋਣ ਤਾਂ ਭਤੀਜਾ ਇੱਕ ਗੁਗਲੂ ਮੁਗਲੂ ਛੋਟਾ ਜਿਹਾ ਹੋਵੇ ਤਾਂ ਉਹਨੂੰ ਜਦੋਂ ਸਕੂਲ ਤਿਆਰ ਕਰਨ ਵਾਸਤੇ ਲੜ ਪੈਂਦੀਆਂ, ਕਹਿੰਦੀ ਮੈਂ ਕਰਨਾ ਉਹ ਕਦੀ ਮੈਂ ਕਰਨਾ, ਫਿਰ ਘਰਦੇ ਕੀ ਕਰਦੇ ਆ ਬਜ਼ੁਰਗ ਦਿਨ ਵੰਡ ਦਿੰਦੇ ਆ ਕਿ ਅੱਜ ਛਿੰਦੋ ਤਿਆਰ ਕਰੂਗੀ ਤਾਂ ਮੰਗਲਵਾਰ ਨੂੰ ਮਿੰਦੋ ਤਿਆਰ ਕਰੂਗੀ, ਇਵੇਂ ਹੈ ਜੀ ਤਾੜੀ ਮਾਰ ਦਿਓ ਜੇ ਸੱਚੀ ਗੱਲ ਹੈ ਤਾਂ। ਕਹਿੰਦਾ ਖਾਦ ਵਾਲੇ ਥੈਲੇ ਦਾ ਬਸਤਾ ਭੂਆ ਤੋਂ ਸਲਵਾਇਆ, ਓਏ ਪੜ੍ਹਨ ਜਾਂਦਿਆਂ ਸ਼ਰਤਾਂ ਲਾ ਲਾ ਸਾਈਕਲ ਬਹੁਤ ਵਜਾਇਆ, ਓਏ ਬੱਬੂਆ ਬਰਾੜਾ ਵੇਲੇ ਕਮਜ਼ੋਰ ਚੇਤੇ ਆ ਗਏ, ਸਾਡੇ ਕੱਚੀਆਂ ਕਦੋਲੀਆਂ ਤੇ ਮੋਰ ਚੇਤੇ ਆ ਗਏ, ਸਾਡੇ ਕੱਚੀਆਂ ਕਦੋਲੀਆਂ ਤੇ ਮੋਰ ਚੇਤੇ ਆ ਗਏ। ਹੁਣ ਤੁਹਾਨੂੰ ਦੱਸਦਾ ਵੀ ਹਰ ਇੱਕ ਬੰਦਾ ਕਹਿੰਦਾ ਬਾਹਰ, ਕਹਿੰਦਾ ਵੀ ਮੇਰੀ ਘਰੇ ਬੜੀ ਪੁੱਗਦੀ ਆ, ਚਾਹੇ ਨਾ ਹੀ ਪੁੱਗਦੀ ਹੋਵੇ, ਬਾਹਰ ਫੁਕਰੀ ਮਾਰ ਦਿੰਦਾ ਕਹਿੰਦਾ ਮੇਰੀ ਬੜੀ ਪੁੱਗਦੀ ਆ, ਰਾਜਿਆਂ ਦਾ ਰਾਜ ਸੀਗਾ ਤਾਂ ਕਿਸੇ ਬੰਦੇ ਨੇ ਕਹਿੰਦਾ ਮੇਰੀ ਪੁੱਗਦੀ ਆ, ਰਾਜੇ ਦੇ ਕੰਨ 'ਚ ਗੱਲ ਪੈ ਗਈ ਵੀ ਇਹਦੀ ਕਿਵੇਂ ਪੁੱਗਦੀ ਆ, ਫਿਰ ਇੱਕ ਕਿਸੇ ਦਿਨ ਫਿਰ ਉਹਦੇ ਕੰਨ 'ਚ ਗੱਲ ਪੈ ਗਈ, ਕੋਈ ਬੰਦਾ ਕਹਿੰਦਾ ਮੇਰੀ ਪੁੱਗਦੀ ਆ, ਰਾਜਾ ਕਹਿੰਦਾ ਵੀ ਆਪਾਂ ਸਰਵੇ ਕਰਾਉਣਾ ਵੀ ਕਿਹਦੀ ਘਰੇ ਪੁੱਗਦੀ ਹੈ, ਕੋਈ ਦਿਮਾਗ ਲਾਓ, ਤਾਂ ਰਾਜੇ ਨੇ ਦਿਮਾਗ ਲਾਇਆ, ਇੱਕ ਸੇਬਾਂ ਦਾ ਟਰੱਕ ਮੰਗਾ ਲਿਆ ਅਤੇ ਇੱਕ ਘੋੜਿਆਂ ਦਾ ਟਰੱਕ ਮੰਗਾ ਲਿਆ, ਕਹਿੰਦਾ ਵੀ ਜਿਹਦੀ ਘਰੇ ਪੁੱਗਦੀ ਹੋਊਗੀ ਉਹਨੂੰ ਆਪਾਂ ਘੋੜਾ ਦੇਵਾਂਗੇ ਤਾਂ ਜਿਹਦੀ ਘਰੇ ਨਹੀਂ ਪੁੱਗਦੀ ਹੋਊਗੀ ਉਹਨੂੰ ਆਪਾਂ ਸੇਬ ਦੇਵਾਂਗੇ। ਸਾਰੇ ਪਿੰਡ ਦਾ ਇਕੱਠ ਹੋ ਗਿਆ ਜੀ, ਸਾਰੇ ਪਿੰਡ ਦਾ ਇਕੱਠ ਹੋ ਗਿਆ, ਜੋ ਵੀ ਆਵੇ ਸੇ ਲੈ ਕੇ ਮੁੜ ਜਾਵੇ, ਜੋ ਵੀ ਆਵੇ ਸੇ ਲੈ ਕੇ ਮੁੜ ਜਾਵੇ। ਰਾਜਾ ਬੜਾ ਹੈਰਾਨ ਕਹਿੰਦਾ ਯਾਰ ਇੱਕ ਵੀ ਘੋੜੇ ਵਾਲਾ ਨਹੀਂ ਬੰਦਾ ਆਇਆ,
ਜਦੋਂ ਗਵਾਂਢੀ ਸੇ ਲੈ ਕੇ ਆਇਆ ਤਾਂ ਗਵਾਂਢਾਂ ਨੇ ਆ ਸਾਡੇ ਭਲਵਾਨ ਨੂੰ ਆਖਤਾ, ਕਹਿੰਦੀ ਲੈ ਤੂੰ ਜਾ ਕੇ ਕਹਿੰਦੇ ਨਾ ਰਾਜੇ ਨੂੰ ਵੀ ਮੇਰੀ ਪੁੱਗਦੀ ਹੈ ਤਾਂ ਆਪਾਂ ਨੂੰ ਫ੍ਰੀ 'ਚ ਘੋੜਾ ਮਿਲ ਜੂਗਾ। ਕਹਿੰਦਾ ਵੀ ਠੀਕ ਹੈ। ਜਾ ਕੇ ਰਾਜਾ ਸਾਹਿਬ ਨੂੰ ਕਹਿੰਦਾ ਵੀ ਮੇਰੀ ਪੁੱਗਦੀ ਹੈ ਜੀ। ਰਾਜਾ ਕਹਿੰਦਾ ਦਿਓ ਵੀ ਘੋੜਾ, ਟਰੱਕ 'ਚੋਂ ਲਾਹ ਕੇ ਕਾਲੇ ਰੰਗ ਦਾ ਘੋੜਾ ਦੇ ਤਾ, ਘਰੇ ਲੈ ਕੇ ਚਲਾ ਗਿਆ। ਘਰ ਵਾਲੀ ਕਹਿੰਦੀ ਵੀ ਗੱਲ ਤਾਂ ਬਹੁਤ ਵਧੀਆ ਵੀ ਇਹਨਾਂ ਨੂੰ ਸੇਹ ਮਿਲਿਆ, ਆਪਾਂ ਨੂੰ ਘੋੜਾ ਮਿਲ ਗਿਆ ਲੱਖਾਂ ਰੁਪਈਆਂ ਦਾ, ਪਰ ਜੇ ਕਦੇ ਚਿੱਟਾ ਹੁੰਦਾ ਨਾ ਨਜ਼ਾਰਾ ਹੀ ਆ ਜਾਣਾ ਸੀ, ਵੀ ਤੁਸੀਂ ਜਾਓ ਮੋੜ ਕੇ ਚਿੱਟਾ ਲੈ ਕੇ ਆਓ। ਚਲੋ ਜੀ, ਵਿਚਾਰਾ ਫਿਰ ਆ ਗਿਆ ਦੁਬਾਰਾ। ਰਾਜਾ ਕਹਿੰਦਾ ਵੀ ਕੀ ਹੋ ਗਿਆ? ਕਹਿੰਦਾ ਵੀ ਰਾਜਾ ਸਾਹਿਬ ਘੋੜਾ ਤਾਂ ਬਹੁਤ ਵਧੀਆ ਦਿੱਤਾ ਪਰ ਤੁਸੀਂ ਚਿੱਟਾ ਦੇ ਦਿਓ। ਕਹਿੰਦਾ ਕੀ ਗੱਲ? ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਵੀ ਚਿੱਟਾ ਲਿਆ, ਕਹਿੰਦਾ ਇਹਨੂੰ ਸਿਓ ਦਿਓ, ਉਹਦੇ ਨਾਲੇ ਚਪੇੜੇ ਲਓ ਚਾਰ ਇਹਦੀ ਤਾਂ ਪੁੱਗਦੀ ਨਹੀਂ ਘਰੇ। ਇਹਨਾਂ ਨੂੰ ਕੀ ਹੋਇਆ? ਸੇਬਾਂ ਦਾ ਟਰੱਕ ਲੱਗ ਗਿਆ, ਘੋੜਾ ਇੱਕ ਵੀ ਨਹੀਂ, ਸਾਰਾ ਪਿੰਡ ਹੀ ਸਿਓ ਲੈ ਕੇ ਚਲਾ ਗਿਆ। ਸ਼ਾਮ ਨੂੰ ਰਾਤ ਹੋ ਗਈ ਤਾਂ ਰਾਜਾ ਆਪਣੇ ਮਹਿਲ ਦੇ ਵਿੱਚ ਥੋੜ੍ਹਾ ਜਿਹਾ ਟਹਿਲ ਰਿਹਾ ਸੀਗਾ ਖਾਣਾ ਪਾਣੀ ਖਾ ਕੇ, ਤਾਂ ਵਜ਼ੀਰ ਆਇਆ। ਵਜ਼ੀਰ ਕਹਿੰਦਾ ਵੀ ਰਾਜਾ ਸਾਹਿਬ ਆਪਾਂ ਸਿਓ ਵੰਡਦੇ, ਇਹਦੇ ਨਾਲੋਂ ਚੰਗਾ ਸੀ ਆਪਾਂ ਕਣਕ ਦਾ ਟਰੱਕ ਵੰਡ ਦਿੰਦੇ, ਲੋਕਾਂ ਨੇ ਦੋ ਦੋ ਮਹੀਨੇ ਰੋਟੀ ਪੱਕ ਜਾਣੀ ਸੀ ਘਰੇ ਆਟੇ ਨਾਲ। ਕਹਿੰਦਾ ਯਾਰ ਮੈਂ ਤਾਂ ਇਹੀ ਸੋਚਿਆ ਸੀ, ਪਰ ਰਾਣੀ ਕਹਿੰਦੀ ਸੇ ਦੇਣੇ ਆ। ਕਹਿੰਦਾ ਜੀ ਤੁਹਾਡੇ ਲਈ ਵੀ ਲਿਆਵਾਂ ਸਿਓ ਛਿਲ ਕੇ? ਕਹਿੰਦਾ ਵੀ ਲਿਆ। ਉਹ ਕਹਿੰਦਾ ਮੇਰੀ ਗੱਲ ਸੁਣ ਵਜ਼ੀਰ, ਵੀ ਤੂੰ ਅੱਧੀ ਰਾਤ ਨੂੰ ਆ ਕੇ ਹੁਣ ਮੈਨੂੰ ਇਹੀ ਪੁੱਛਣ ਆਇਆ ਸੀ? ਕਹਿੰਦਾ ਹਾਂ ਜੀ। ਅਤੇ ਕਹਿੰਦਾ ਤੂੰ ਤੜਕੇ ਆ ਜਾਂਦਾ? ਕਹਿੰਦਾ ਜੀ ਆ ਤਾਂ ਮੈਂ ਤੜਕੇ ਜਾਂਦਾ, ਪਰ ਮੇਰੇ ਘਰ ਵਾਲੀ ਕਹਿੰਦੀ ਵੀ ਹੁਣੇ ਪੁੱਛ ਗਿਆ ਰਾਜੇ ਨੂੰ ਸਿਓ ਕਿਉਂ ਵੰਡੇ ਆ, ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਕਿਹਦੀ ਕਿਹਦੇ ਘਰੇ ਪੁੱਗਦੀ ਹੈ, ਕਿਉਂ ਵੀ ਜੀ ਸਿਆਂ ਪੁੱਗਦੀ ਆਪਣੀ ਐਨ ਆਰ ਆਈ ਭਰਾ ਪੁੱਗਦੀ ਹੋਣੀ ਆ। ਔਰ ਚੰਗਾ ਲੱਗਦਾ ਤਾੜੀ ਮਾਰ ਦਿਓ ਯਾਰ, ਤਾੜੀ ਦੇ ਬਹੁਤ ਫਾਇਦੇ ਨੇ, ਤੁਹਾਨੂੰ ਸੁਸਤੀ ਨਹੀਂ ਆਉਂਦੀ, ਸਾਨੂੰ ਐਨਰਜੀ ਮਿਲਦੀ ਹੈ, ਪੋਜ਼ਿਟਿਵਿਟੀ ਮਿਲਦੀ ਹੈ। ਵੈਸੇ ਵੀ ਸਿਆਣੇ ਕਹਿੰਦੇ ਆ ਕਿ ਕਲਾਕਾਰ ਨੂੰ ਤਾੜੀ ਦਾ ਅਤੇ ਭਈਆ ਰਾਣੀ ਨੂੰ ਸਾੜੀ ਦਾ ਬੜਾ ਚਾਅ ਹੁੰਦਾ, ਨਹੀਂ ਤਾਂ ਕਦੇ ਲੱਗੀ ਦੇਖ ਲਓ ਜੀ। ਹੁਣ ਝੋਨਾ ਲਾ ਕੇ ਜਦੋਂ ਆਪਣੇ ਪਿੰਡ ਨੂੰ ਜਾਣਗੇ, ਗੱਠੜੀ ਉਹਦੇ ਸਿਰ 'ਤੇ ਰੱਖੀ ਹੋਊਗੀ, ਤਲੀਆਂ ਨੂੰ ਮਹਿੰਦੀ ਲੱਗੀ ਹੋਊਗੀ, ਠੁੰਮਕ 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 ਲਾਲ ਰੰਗ ਦੀ ਸਾੜੀ ਕਰਦੀ ਜਾਂਦੀ ਆ, ਬੜੀ ਖੁਸ਼ ਹੁੰਦੀ ਆ ਵਿਚਾਰੀ, ਕਿਉਂਕਿ ਕਮਾਈ ਕਰਕੇ ਜਾਂਦੇ ਆ। ਅਤੇ ਕਲਾਕਾਰ ਨੂੰ ਜਦੋਂ ਤੁਸੀਂ ਮੈਕ ਦੇ ਉੱਤੇ ਹੁੰਦਾ ਜੋ ਤਾੜੀ ਮਾਰਦੇ ਨੇ, ਉਦੋਂ ਤਾਂ ਖੂਨ ਦੂਣਾ ਹੋ ਜਾਂਦਾ, ਉਹ ਸੋਚਦਾ ਕਿ ਮੈਂ ਹੋਰ ਕੁਛ ਵਧੀਆ ਬੋਲਾਂ। ਸੋ ਤਾੜੀ ਵਧੀਆ ਤੁਹਾਡੇ ਲਈ ਵੀ ਸਾਡੇ ਲਈ ਵੀ। ਔਰ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਕਿਹੜੇ ਬੰਦਾ ਕੀ ਨਹੀਂ ਛੱਡ ਸਕਦਾ, ਉਸ ਤੋਂ ਬਾਅਦ ਫਿਰ ਦੁਕਾਨਾਂ ਜੋੜੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਇੱਕ ਮਿੰਟ ਹੀ ਲੈਣਾ, ਤੁਹਾਡਾ ਜ਼ਿਆਦਾ ਟਾਈਮ ਨਹੀਂ। ਕਹਿੰਦਾ ਸਿਰ 'ਤੇ ਪਈ ਤੋਂ ਭੱਜ ਜਾਂਦੇ ਆ ਕਮੀਨੇ, ਸਿਰ 'ਤੇ ਪਈ ਤੋਂ ਭੱਜ ਜਾਂਦੇ ਆ ਕਮੀਨੇ, ਪਰ ਅਸਲੇ ਦੇ ਕਦੇ ਨਹੀਂ ਲਿਹਾਜ਼ ਛੱਡਦੇ। ਓਏ ਛੱਡ ਦੇਣੀ ਅੜੀ ਪੁੱਤ ਜੱਟਾਂ ਦੇ ਦਲੇਰ, ਅਤੇ ਬਾਣੀਆਂ ਨਹੀਂ ਕਦੇ ਵੀ ਵਿਆਹ ਛੱਡਦੇ। ਨਵੀਂ ਨਵੀਂ ਵਿਆਹੀ ਨਹੀਂ ਸ਼ਿੰਗਾਰ ਛੱਡਦੀ, ਅਤੇ ਜਨਾਨੀ ਨਹੀਂ ਉਹ ਪੇਕਿਆਂ ਦਾ ਪਿਆਰ ਛੱਡਦੀ, ਅਤੇ ਨੂੰਹ ਨਾਲੋਂ ਸੱਸ ਕਦੇ ਛੱਡੇ ਨਾ ਲੜਾਈ, ਅਤੇ ਭੁੱਖੇ ਨੀਤ ਦੇ ਕਦੇ ਵੀ ਨਹੀਂ ਉਹ ਦਾਜ ਛੱਡਦੇ। ਛੱਡਦੇ ਨਹੀਂ ਅੜੀ ਪੁੱਤ ਜੱਟਾਂ ਦੇ ਦਲੇਰ, ਅਤੇ ਬਾਣੀਆਂ ਨਹੀਂ ਕਦੇ ਵੀ ਵਿਆਹ ਛੱਡਦੇ। ਕਹਿੰਦਾ ਪੀਣ ਵਾਲੇ ਨਹੀਂ ਉਹ ਛੱਡਦੇ ਗਲਾਸ ਨੂੰ, ਕਦੇ ਕੰਚ ਦਾ ਗਲਾਸ ਖੇਤ ਨੂੰ ਜਾਂਦਾ ਨੂੰ ਰਾਹ 'ਚ ਮਿਲ ਜਾਏ ਤਾਂ ਉਹ ਵੀ ਸਾਫ਼ ਜਿਹਾ ਕਰਕੇ ਰੱਖ ਲੈਂਦੇ ਮੋਟਰ 'ਤੇ। ਕਹਿੰਦਾ ਪੀਣ ਵਾਲੇ ਨਹੀਂ ਉਹ ਛੱਡਦੇ ਗਲਾਸ ਨੂੰ, ਅਤੇ ਛੱਡਦੇ ਜਵਾਰੀਏ ਕਦੇ ਨਾ ਤਾਸ਼ ਨੂੰ, ਆ ਗਾਉਣ ਵਾਲੇ ਕਦੇ ਨਹੀਂ ਰਿਆਜ਼ ਛੱਡਦੇ। ਛੱਡਦੇ ਨਹੀਂ ਅੜੀ ਪੁੱਤ ਜੱਟਾਂ ਦੇ ਦਲੇਰ, ਅਤੇ ਬਾਣੀਆਂ ਨਹੀਂ ਕਦੇ ਵੀ ਵਿਆਹ ਛੱਡਦੇ। ਹਾਂਜੀ ਭਾਈ ਜੀ, ਹਾਂ ਜੀ, ਹਾਂ ਬਿਲਕੁਲ, ਮੈਂ ਵੀ ਆਉਂਦਾ ਜੀ, ਸਾਰੇ ਹੀ ਆਉਂਦੇ ਆਪਾਂ। ਸੋ ਇੱਕ ਤਾੜੀ ਮਾਰ ਦਿਓ ਮੇਰੇ ਨਾਂ 'ਤੇ ਯਾਰ, ਕਹਿ ਕੇ ਤਾੜੀ ਮਾਰੇਗੀ ਤਾਂ ਕੀ ਮਾਰੀ। ਸੋ ਜਿਹੋ ਜਿਹੀਆਂ ਤੁਸੀਂ ਮੇਰੀ ਕਲਮ ਤੋਂ ਲਿਖੀਆਂ ਹੋਈਆਂ ਸੱਚੀਆਂ ਗੱਲਾਂ ਸੁਣੀਆਂ ਨੇ, ਇਹੋ ਜਿਹੀਆਂ ਹੀ ਸੱਚੀਆਂ ਗੱਲਾਂ ਲੈ ਕੇ ਹਾਜ਼ਰ ਨੇ ਮਨਜਿੰਦਰ ਗੁਲਸ਼ਨ। ਹੈਲੋ, ਸੋ ਲੋਕ ਤੱਤ ਗੀਤ ਕਹਿਣ ਲੱਗੀ ਹਾਂ ਜੀ, ਜਿਵੇਂ ਸਾਡੇ ਬਜ਼ੁਰਗ ਵੀ ਬੈਠੇ ਨੇ, ਮਾਤਾਵਾਂ ਭੈਣਾਂ ਬੱਚੇ, ਤੁਸੀਂ ਸਾਰੇ ਪੜ੍ਹੇ ਲਿਖੇ ਸੋ ਜਵਾਨ ਨੌਜਵਾਨ, ਤੁਹਾਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ। ਸੋ ਪੂਰਾ ਇਲਾਕਾ ਹੀ ਬਹੁਤ ਸਮਝਦਾਰ ਹੈ, ਪੜ੍ਹਿਆ ਲਿਖਿਆ ਐਨ ਆਰ ਆਈ ਹੈ,
ਲੋਕ ਤਤ ਗੀਤ ਕਹਿਣ ਲੱਗੀ ਆ ਉਹੀ ਗੱਲਾਂ ਜੋ ਆਮ ਸਾਡੀ ਜ਼ਿੰਦਗੀ ਚ ਰੋਜ਼ਾਨਾ ਸਾਡੇ ਨਾਲ ਹੁੰਦੀਆਂ ਨੇ ਕੀ ਕਰਨੀਆਂ ਚਾਹੀਦੀਆਂ ਤੇ ਕੀ ਨਹੀਂ ਕਰਨੀਆਂ ਚਾਹੀਦੀਆਂ ਗੌਰ ਫਰਮਾ ਕਹਿੰਦੇ ਚੁਗਲੀ ਦੀ ਕਰਾਮਾਤ ਬੜੀ ਭੈੜੀ ਭਾਈਆਂ ਚ ਵਿਗਾੜ ਦਿੰਦੀ ਹੈ ਚੁਗਲੀ ਦੀ ਕਰਾਮਾਤ ਬੜੀ ਭੈੜੀ ਭਾਈਆਂ ਚ ਵਿਗਾੜ ਦਿੰਦੀ ਹੈ ਨਜ਼ਰ ਇੱਕ ਲੈਣੀ ਕਿਤੇ ਲੱਗ ਜਾਵੇ ਪੱਥਰਾਂ ਨੂੰ ਪਾੜ ਦਿੰਦੀ ਹੈ ਬਹੁਤਾ ਚਿਰ ਬਿਜ਼ਨਸ ਨਹੀਂ ਹੋ ਚੱਲਦਾ ਬਹੁਤਾ ਚਿਰ ਬਿਜ਼ਨਸ ਨਹੀਂ ਹੋ ਚੱਲਦਾ ਦੋ ਨੰਬਰ ਦੇ ਧੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ ਕਹਿੰਦੇ ਹੋਵੇ ਚੰਗੀ ਪੰਚਾਇਤ ਹੋਵੇ ਚੰਗੀ ਪੰਚਾਇਤ ਦੂਰ ਧੜੇ ਬਾਜੀ ਤੋਂ ਪਿੰਡ ਕਰ ਜੇ ਤਰੱਕੀਆਂ ਦੋ ਚਾਰ ਹੋਣ ਵਿੱਚੋਂ ਲੱਤ ਖਿੱਚਣੇ ਹੋਣ ਨਾਲੀਆਂ ਨਾ ਪੱਕੀਆਂ ਜਿਹਨੇ ਵੇਖੀ ਹੈ ਗਰੀਬੀ ਨਹੀਂ ਉਹ ਪੈਰ ਛੱਡਦਾ ਪਤਾ ਚੰਗੇ ਬੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ ਕਹਿੰਦੇ ਜੀ ਜਿਹੜੇ ਮਿੱਠੀ ਜ਼ਬਾਨ ਵਾਲੇ ਬੰਦੇ ਹੁੰਦੇ ਨੇ ਬਹੁਤ ਵਧੀਆ ਗੱਲ ਹੈ ਪੂਰੀ ਦੁਨੀਆਂ ਨੂੰ ਜਿੱਤ ਲਈਦਾ ਮਿੱਠੀ ਜ਼ਬਾਨ ਨਾਲ ਇਹ ਉਹਨਾਂ ਦੀ ਗੱਲ ਕਰਨ ਲੱਗੇ ਹਾਂ ਜਿਹੜੇ ਜ਼ਬਾਨ ਦੇ ਬਹੁਤ ਮਿੱਠੇ ਹੁੰਦੇ ਪਰ ਦਿਲ ਦੇ ਖੋਟੇ ਹੁੰਦੇ ਆ ਕਹਿੰਦੇ ਜਿਹੜਾ ਜ਼ਿਆਦਾ ਮਿੱਠਾ ਬੋਲੂ ਉਹੀ ਜੜਾਂ ਵੱਢਦਾ ਜਿਹੜਾ ਜ਼ਿਆਦਾ ਮਿੱਠਾ ਬੋਲੂ ਉਹੀ ਜੜਾਂ ਵੱਢਦਾ ਕਰੂ ਚਾਹ ਪਲੂਸੀਆਂ ਬੱਬੂ ਘੜਿਆਣੇ ਖਾੜਾ ਨਹੀਂ ਉਹ ਜੰਮਦਾ ਮਾਰ ਕੇ ਟਬੂਸੀਆਂ ਮਾਈਕ ਫੜਦਿਆਂ ਸਾਰ ਪਤਾ ਲੱਗ ਜਾਂਦਾ ਗੁਰੂ ਜੀ ਦੇ ਚੰਡੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ ਥੈਂਕ ਯੂ ਜੀ ਸੋ ਲੋਕ ਤਤ ਗੀਤ ਜ਼ਿਆਦਾ ਬੋਲਣ ਵਾਲੇ ਦੇ ਪੱਲੇ ਹੁੰਦਾ ਕੱਖ ਨਹੀਂ ਝੂਠਾ ਬੰਦਾ ਕਦੇ ਵੀ ਮਲਾਉਂਦਾ ਅੱਖ ਨਹੀਂ ਨੰਗ ਜਦੋਂ ਬੋਲੂ ਹਾਏ ਨੰਗ ਜਦੋਂ ਬੋਲੂ ਗੱਲ ਚੱਕਵੀ ਜ਼ਬਾਨ ਵਿੱਚ ਕੋਈ ਕਹੂ ਕਹਿੰਦੇ ਨੰਗ ਜਦੋਂ ਬੋਲੂ ਗੱਲ ਚੱਕਵੀ ਜ਼ਬਾਨ ਵਿੱਚੋਂ ਕਹੂ ਹੀ ਕਹੂ ਅੱਗੇ ਕੀ ਲਿਖਿਆ ਚਾਈਨਾ ਦਾ ਮੋਬਾਈਲ ਹੀ ਅੱਗੇ ਸਸਤੇ ਬੰਦੂਕ ਚਾਈਨਾ ਦਾ ਮੋਬਾਈਲ ਹੀ ਅੱਗੇ ਸਸਤੇ ਬੰਦੂਕ ਚਾਈਨਾ ਦਾ ਮੋਬਾਈਲ ਹੀ ਅੱਗੇ ਸਸਤੇ ਬੰਦੂਕ ਚਾਈਨਾ ਦਾ ਮੋਬਾਈਲ ਅੱਗੇ ਸਸਤੇ ਬੰਦੂਕ ਚਾਈਨਾ ਦਾ ਮੋਬਾਈਲ ਅੱਗੇ ਸਸਤੇ ਬੰਦੂਕ
ਜਿਹਨੂੰ ਪਤਾ ਨੀ ਪੰਜਾਬੀ ਵਾਲੀ ਪੈਂਤੀ ਦਾ ਚਾਰ ਕਿੱਲੇ ਵੇਚ ਕੇ ਜੋ ਜਿੱਤ ਜਾਵੇ ਵੋਟਾਂ ਵਿੱਚ ਦੱਸੋ ਫਾਇਦਾ ਕੀ ਆ ਉਹਦੀ ਸਰਪੰਚੀ ਦਾ ਬਈ ਚਾਰ ਕਿੱਲੇ ਵੇਚ ਕੇ ਜੋ ਜਿੱਤ ਜਾਵੇ ਵੋਟਾਂ ਵਿੱਚ ਫਾਇਦਾ ਕੀ ਆ ਉਹਦੀ ਸਰਪੰਚੀ ਦਾ ਸਹਿਬਾ ਜਹੀ ਜੀ ਦੇ ਘਰ ਜੰਮ ਪੈਂਦੀ ਤੀ ਉਹਦੀ ਬਾਪੂ ਦੀ ਤਾਂ ਮੱਗ ਫਿਰ ਲਓ ਹੀ ਲਓ ਲਿਖੀ ਹੈ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਹਰ ਇੱਕ ਪਿੰਡ ਦੇ ਵਿੱਚ ਕੋਈ ਇੱਕ ਅੱਧਾ ਬੰਦਾ ਕੋਈ 100 ਬੰਦੇ ਚੋਂ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਹੀ ਹੈ ਜਿਵੇਂ ਦੀ ਗੱਲ ਕਰਨ ਲੱਗੇ ਕੀ ਲਿਖਿਆ ਠੋਕਰੇ ਬੰਦੇ ਤੋਂ ਸਾਰੇ ਵੱਟ ਜਾਂਦੇ ਪਾਸਾ ਐਵੇਂ ਵੜੀਆਂ ਜਿਹੜਾ ਕਰਦਾ ਚਾਰ ਪੈਗ ਲਾ ਕੇ ਰੋਬ ਦੂਜਿਆਂ ਦੇ ਮਾਰੇ ਆਪ ਹੁੰਦਾ ਘਰ ਵਾਲੀ ਕੋਲੋਂ ਡਰਦਾ ਚਾਰ ਪੈਗ ਲਾ ਕੇ ਰੋਬ ਦੂਜਿਆਂ ਦੇ ਮਾਰੇ ਆਪ ਹੁੰਦਾ ਘਰ ਵਾਲੀ ਕੋਲੋਂ ਡਰਦਾ ਉਹਦੇ ਕੁੰਡ ਦਾ ਕੀ ਫਾਇਦਾ ਜਿਹੜੀ ਸੋਹਰੀ ਵਰੀ ਆਪਦਾ ਬੋਲਦੀ ਬਹੂ ਸਸਤੀ ਬੰਦੂਕ ਧੋਖਾ ਦੋ ਹੀ ਦੋ ਤੋ ਇਹ ਲੋਕ ਤਾਂ ਰਿਕਾਰਡ ਨਹੀਂ ਹੋਇਆ ਬਿਲਕੁਲ ਸਟੇਜਾਂ ਤੇ ਤੁਸੀਂ ਸੁਣੇ ਇੱਕ ਕਲੀ ਪੇਸ਼ ਕਰਨ ਲੱਗਿਆ ਮੈਂ ਚਮਕੀਲਾ ਸਾਹਿਬ ਦੀ ਲਿਖੀ ਹੋਈ ਹੈ ਲੋਕ ਤਾਂ
ਉਸ ਤੋਂ ਬਾਅਦ ਦੁਗਾਣੇ ਗਾਵਾਂਗੇ ਜਦੋਂ ਤੱਕ ਸਾਨੂੰ ਹੁਕਮ ਹੈ ਉਦੋਂ ਤੱਕ ਤੁਹਾਡੀ ਸੇਵਾ 'ਚ ਹੈ। ਚਮਕੀਲਾ ਸਾਹਿਬ ਨੇ ਲਿਖਿਆ ਜ਼ਰੂਰ ਹੈ ਪਰ ਉਹਨਾਂ ਦੇ ਬਾਅਦ 'ਚ ਰਿਕਾਰਡ ਨਹੀਂ ਹੋਇਆ ਇਹ ਗੀਤ ਜਿਹੜਾ ਮੈਂ ਲੈ ਕੇ ਹਾਜ਼ਰ ਹੋਣ ਲੱਗੇ। ਇੱਕ ਇੱਕ ਬੋਲ ਸਿਆਣੇ ਬਜ਼ੁਰਗਾਂ ਦੀਆਂ ਕਈਆਂ ਕਥੀਆਂ ਹੋਈਆਂ ਗੱਲਾਂ ਜੋ ਸੱਥਾਂ 'ਚ ਬੈਠ ਕੇ ਪੰਚਾਇਤਾਂ 'ਚ ਬੈਠ ਕੇ ਖੁੰਡਾਂ 'ਤੇ ਬੈਠ ਕੇ ਬਜ਼ੁਰਗ ਕਰਦੇ ਨੇ ਉਹ ਗੱਲਾਂ ਲੈ ਕੇ ਹਾਜ਼ਰ ਹੋਣ ਲੱਗੇ। ਕਹਿ ਲਈ ਲੋਕਤੰਤਰ ਸੁਰ ਗਿਆ ਅਮਰ ਸਿੰਘ ਚਮਕੀਲਾ ਜੀ ਦੀ ਲਿਖੀ ਹੋਈ ਲੈ ਕੇ ਹਾਜ਼ਰ ਵਜੋਂ ਆਓ ਜੀ। ਯੁੱਗ ਆ ਗਿਆ ਮਾੜੇ ਧੰਦੇ ਦਾ ਓਏ ਪਤਾ ਲੱਗੇ ਨਾ ਤੀਵੀਂ ਬੰਦੇ ਦਾ ਲੁੱਚਿਆਂ ਨੂੰ ਹੁਣ ਸਲਾਮਾ ਅੱਜ ਬਾਜੀ ਪੈ ਗਈ ਪੁੱਠੀ ਕਲਯੁੱਗ ਹੁਣ ਹੋ ਪ੍ਰਧਾਨ ਗਿਆ ਕਲਯੁੱਗ ਹੁਣ ਹੋ ਪ੍ਰਧਾਨ ਗਿਆ ਚੋਰਾਂ ਨਾ ਰਲ ਗਈ ਕੁੱਤੀ ਚਮਕੀਲਾ ਸਾਹਿਬ ਨੇ ਲਿਖਿਆ ਲੋਕੀ ਭੁੱਲ ਗਏ ਰਾਂਝੇ ਹੀਰਾਂ ਨੂੰ ਓਏ ਅੱਜ ਵੀਰ ਮਾਰਦੇ ਵੀਰਾਂ ਨੂੰ ਕਈ ਲੁੱਟਦੇ ਆਇਸ਼ ਬਹਾਰਾਂ ਨੇ ਕਈ ਰੋਂਦੇ ਨੇ ਤਕਦੀਰਾਂ ਨੂੰ ਓਏ ਸੱਤੀ ਵੀਹ ਸੌ ਤਕੜੇ ਦਾ ਮਾੜੇ ਦੀ ਕਿਸਮਤ ਸੁੱਤੀ ਕਲਯੁੱਗ ਹੁਣ ਹੋ ਪ੍ਰਧਾਨ ਗਿਆ ਚੋਰਾਂ ਨਾ ਰਲ ਗਈ ਕੁੱਤੀ ਕਲਯੁੱਗ ਹੁਣ ਹੋ ਪ੍ਰਧਾਨ ਗਿਆ ਚੋਰਾਂ ਨਾ ਰਲ ਗਈ ਕੁੱਤੀ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਹਏ ਹੁਣ ਪੁੱਠੀਆਂ ਦਰਜਾ ਛਾਈਆਂ ਨੇ ਨਾ ਚਰਖੇ ਵਿੱਚ ਤਰਿੰਜਣਾ ਦੇ ਗੁੱਲੀ ਡੰਡਾ ਰਾਵਣਾ ਪੁੱਠੀਆਂ ਰੀਤਾਂ ਆਈਆਂ ਨੇ ਓਏ ਮੁੰਡਿਆਂ ਸਲਵਾਰਾਂ ਪਾਈਆਂ ਨੇ ਇਹ ਵੀ ਦੇਖਣ ਨੂੰ ਆਵੇਂ ਮਿਲਦੇ
ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਬਾਪੂ ਲਾਲ ਚੰਦ ਯਮਲੇ ਵਰਗੇ ਕੱਲੀ ਤੂੰ ਵੀ ਤੇ ਢੋਲਕੀ ਨਾਲ ਹੀ ਘੁੰਮਖੜ ਕੱਢ ਜਾਂਦੇ ਸੀ ਕਿੰਨੇ ਸਾਜ ਲੈਂਦੇ ਆ ਫਿਰ ਵੀ ਘੱਟ ਲੱਗਦੇ ਆ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਕੋਈ ਪੁੱਠੀਆਂ ਤਰਜਾਂ ਛਾਈਆਂ ਨੇ ਨਾ ਚਰਖੇ ਵਿੱਚ ਤਰੀਆਂ ਦੀ ਗੁੱਲੀ ਡੰਡਾ ਰਾਵਣਾ ਗੁੱਤੀ ਕਾਲੀ ਗੁਣ ਹੋ ਪਰਦਾਨ ਗਿਆ ਚੋਰਾਂ ਨਾਲ ਰਲ ਗਈ ਕੁੱਤੀ ਕਾਲੀ ਗੁਣ ਹੋ ਪਰਦਾਨ ਗਿਆ ਚੋਰਾਂ ਨਾਲ ਰਲ ਗਈ ਕੁੱਤੀ ਓਏ ਇੱਥੇ ਭਲੇ ਮਾਨਸ ਦੀ ਇੱਜ਼ਤ ਨਹੀਂ ਹੈ ਆਪਣੀ ਚਮਕੀ ਲਿਆ ਪੈ ਗਈ ਆ ਅੰਨੀ ਨੂੰ ਬੋੜਾ ਧੂਈ ਫਿਰੇ ਅੰਨੀ ਨੂੰ ਬੋੜਾ ਧੂਈ ਫਿਰੇ ਤੇ ਕਿਸੇ ਦੀ ਜਾਣੇ ਜੁੱਤੀ ਕਲਯੁਗ ਹੁਣ ਹੋ ਵਰਦਾਨ ਗਿਆ ਕਲਯੁਗ ਹੁਣ ਹੋ ਵਰਦਾਨ ਗਿਆ ਹੁਣ ਹੋ ਪਰਦਾਨ ਗਿਆ ਚੋਰਾਂ ਨਾ ਰਲ ਗਈ ਕੁੱਤੀ ਤਾੜੀ ਹੋ ਜਾਓ ਉਹਨਾਂ ਬਾਬਿਆਂ ਦੀ ਮਿਹਰਬਾਨੀ ਕਿਆ ਬਾਤ ਹੈ ਬਾਬਾ ਜੀ ਕਿਆ ਬਾਤ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਵਸਦੇ ਰਹੋ ਬਾਬਾ ਖੁਸ਼ ਰੱਖੇ ਤੁਹਾਨੂੰ ਹਾਂਜੀ ਸਮਝ ਤਾਂ ਜਾਣਾ ਦੱਸੇਗਾ ਫੇਰ ਇਹਨੂੰ ਦੱਸ ਦੇ ਇਹਨੂੰ ਦੱਸ ਦੇ ਗੱਲ ਸੁਣ ਲੈ ਦੀ ਗੱਲ ਸੁਣ ਲੈ ਮੈਨੂੰ ਵੀ ਦੱਸ ਦੀ ਬਾਤ ਚਿੱਟੇ ਵਾਲਾ ਗਾਣਾ ਕਿਆ ਬਾਤ ਕਿਆ ਬਾਤ ਬਸਰਾ ਮਾਨ ਮੇਰਾ ਛੋਟਾ ਵੀਰ ਤਰਸੇਮ ਸਿੰਘ ਜੀ ਖੱਕ ਯੂਕੇ 1100 ਰੁਪਏ ਸਪੈਸ਼ਲ ਇਨਾਮ ਭੇਜਦੇ ਨੇ ਬਾਬਾ ਚੜ੍ਹਦੀਆਂ ਕਲਾ ਵਿੱਚ ਰੱਖੇ ਕਰਨੈਲ ਸਿੰਘ ਜੀ ਘੁੰਮਣ ਸਾਹਿਬ 500 ਰੁਪਏ ਸਪੈਸ਼ਲ ਭੇਜਦੇ ਨੇ ਗੁਰਚਰਨ ਸਿੰਘ ਜੀ ਫੌਜੀ ਸਾਹਿਬ ਉਹ ਵੀ ਢੇਰ ਸਾਰਾ ਮਾਣ ਕਰਦੇ ਨੇ ਸ਼ੁਕਰੀਆ ਮਿਹਰਬਾਨੀ ਫੌਜੀਆਂ ਦਾ ਗੀਤ ਗਾਈਏ ਚਿੱਟਾ ਲਾਉਣਾ ਨਹੀਂ ਗਾਉਣਾ ਓਕੇ 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 ਅੱਛਾ ਲਾਉਣਾ ਨੀ ਗਾਉਣਾ ਓਕੇ 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 ਦੋਨੇ ਆ ਗਏ ਚਿੱਟਾ 1 ਤੇ 2 ਆ ਜੀ ਗੁਲਸ਼ਨ ਜੀ ਬਈ ਇਸ ਮੇਰੇ ਭਰਾ ਦਾ ਚਾਚਾ ਪੱਕਾ ਹੋ ਜੇ ਹਰ ਸਾਲ ਪੱਕਾ ਖਾੜਾ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਸ਼ਨ ਇੱਕ ਤਾੜੀ ਜ਼ੋਰਦਾਰ ਬਾਬਾ ਮੀਰਾ ਜੀ ਕਰ ਦਿਓ ਕਿਰਪਾ ਤੁਹਾਡੇ ਘਰ ਕੋਈ ਘਾਟਾ ਨਹੀਂ ਹੈ ਤੁਹਾਡੀਆਂ ਤਾਂ ਨਜ਼ਰਾਂ ਹੀ ਹੋਣੀਆਂ ਨੇ ਗਰੀਬਾਂ ਦਾ ਸੌਰ ਜਾਣਾ ਹੈ ਤੁਹਾਡੇ ਬੱਚੇ ਨੇ ਤੁਹਾਡੇ ਦਰਬਾਰ ਤੇ ਕੂਕਰ ਹੈ ਤੇ ਕਰ ਦਿਓ ਰਹਿਮਤ ਮੇਰੇ ਵੀਰ ਤੇ ਪੱਕੇ ਹੋ ਜਾਣ ਹੋ ਜਾਣਗੇ ਜੀ ਆ ਜੀ ਲੈ ਕੇ ਹਾਜ਼ਰ ਹੈ ਸਿਆਲ ਵਾਲਾ ਵੀ ਤੇ ਗਰਮੀਆਂ ਵਾਲਾ ਵੀ ਦੋਨੇ ਖਾੜੇ ਪੱਕੇ ਇੱਕ ਤਾੜੀ ਹੋਰ ਤੁਹਾਡੀ ਆਪਣੀ ਤੁਹਾਡੇ ਚਰਨਾਂ ਦੀ ਧੂੜ ਵਰਗੀ ਪੂਰੀ ਟੀਮ ਦਾ ਖਾੜਾ ਸਿਆਲ 'ਚ ਵੀ ਤੇ ਗਰਮੀਆਂ 'ਚ ਵੀ ਤੁਹਾਡੇ ਲਈ ਦੋ ਹੋਇਆ ਕਰਨਗੇ ਇਹਨਾਂ ਦੇ ਚਾਚਾ ਜੀ ਪੱਕੇ ਹੋ ਜਾਣ ਉਹ ਗੱਲ ਹੀ ਕੋਈ ਨੀ ਗੱਲ ਕੋਈ ਖੁਸ਼ੀਆਂ ਨਾ ਦੇਣ ਆਉਣ ਆਪਾਂ ਤਾਬਿਆ ਦਾ ਗੱਲ ਹੀ ਕੋਈ ਨੀ ਕਿਸੇ ਨੇ ਪੁੱਛਿਆ ਫੌਜੀਆਂ ਲੜੇਗਾ ਕਹਿੰਦਾ ਭਰਤੀ ਕਾਹਦੇ ਲਈ ਹੋਏ ਆ ਉਹ ਗੱਲ ਨੂੰ ਅਸੀਂ ਤਿਆਰ ਪਰ ਤਿਆਰ ਹੈ ਗੱਲ ਹੀ ਕੋਈ ਲਓ ਬਈ ਕੇਸ ਪਿਆ ਚਿੱਟੇ ਦਾ
ਹੋਗੀ ਜੋ ਤੇਲੀ ਉਹ ਤੇਲੀ ਨਹੀਂ ਨਖਰੋਗੀ ਹੋ ਗਿਆ ਮੈਨੂੰ ਬਾੜਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਹੋਗੀ ਜੋ ਪਾਣੀ ਪਾਣੀ ਨਹੀਂ ਨਖਰੋਗੀ ਹੋ ਗਿਆ ਤੈਨੂੰ ਸਾਡੀ ਸੀ ਲਵ ਸਟੋਰੀ ਕੱਲ ਹੀ ਕੁਝ ਹੋਰ ਬਣਾਤੀ ਮੰਤਰੀ ਮਾਮਾ ਮੇਰਾ ਉਹਨੇ ਸਾਰੀ ਗੇਮਕ ਮਾਰਤੀ ਉਹ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਮਿੱਠੇ ਦਾ ਸੱਚੇ ਹੋ ਗਿਆ ਪਾਰੂਗਾ ਜੱਟ ਖਲਾਰੇ ਬਚ ਕੇ ਦੂਰ ਰਹੀ ਸ਼ਕੀਨਾ ਕੱਟਦੀ ਐ ਬਦਲੋ ਹਾਰੇ ਓ ਸੁਪਨਾ ਤੇਰਾ ਸੱਚੇ ਹੋ ਗਿਆ ਪਾਰੂਗਾ ਜੱਟ ਖਲਾਰੇ ਬਚ ਕੇ ਦੂਰ ਰਹੀ ਸ਼ਕੀਨਾ ਕੱਟਦੀ ਐ ਬਦਲੋ ਹਾਰੇ ਓ ਥੋਟਾ ਨੀ ਲਾਣਾ ਲਾਣਦਾ ਕਿੱਡਾ ਏ ਜੱਟ ਪਤੰਦਰ ਝੂਠਾ ਜੇ ਕੇਸ ਪਵਾ ਕੇ ਪ੍ਰਾਉਣਾ ਕਰਵਾਤਾ ਅੰਦਰ ਮੇਰਾ ਦਿਲ ਧਰ ਧਰ ਕੰਬੇ ਗੱਲ ਤਾਂ ਵੱਧੂਗੀ ਓ ਜਿੱਦਣ ਜੱਟ ਬਾਹਰ ਆ ਗਿਆ ਤਿੰਨ ਸੌ ਦੋ ਲੱਗੂਗੀ ਦੌੜ ਲੱਗੂਗੀ ਨੀ ਚੇਤਨ ਜੱਟ ਬਾਹਰ ਆ ਗਿਆ ਸਾਡੇ ਭੈਣ ਜੀ ਬਹੁਤ ਸਾਰਾ ਮਾਣ ਕਰਕੇ ਗਏ ਨੇ ਬਾਬਾ ਜੀ ਸਾਡੇ ਵੀਰ ਦੇ ਮੰਮੀ ਜੀ ਬਈ ਛੇਤੀ ਛੇਤੀ ਸਾਡੇ ਮਾਤਾ ਜੀ ਨੂੰ ਨੌ ਰਾਣੀ ਮਿਲੇ ਤੇ ਖਾੜਾ ਇਸੇ ਤਰ੍ਹਾਂ ਹੀ ਕੀ ਬਾਤ ਤੁਸੀਂ ਹੁਣੇ ਕਹਿ ਗਏ ਮੈਨੂੰ ਕੋਈ ਵੀ ਵਿਆਹ ਹੋਏਗਾ ਠੀਕ ਹੈ ਠੀਕ ਹੈ ਠੀਕ ਹੈ ਕਿਆ ਬਾਤ ਹੈ ਓਕੇ ਓਕੇ ਕੋਈ ਨਹੀਂ ਦੂਜਿਆਂ ਦੀ ਸਹੀ ਠੀਕ ਹੈ ਇਹ ਵੀਰ ਦੇ ਘਰੇ ਬੇਟੀ ਹੈ ਬਾਬਾ ਪੁੱਤਰ ਦੀ ਰਾਤ ਬਖਸ਼ੇ ਮਿੱਠੀ ਮੁਰਾਦ ਚੜ੍ਹਦੀਆਂ ਕਲਾਂ ਵਿੱਚ ਰੱਖੇ ਇਹਨਾਂ ਦੇ ਮੰਮਾ ਜੀ ਢੇਰ ਸਾਰਾ ਮਾਣ ਕਰਦੇ ਸ਼ੁਕਰੀਆ ਮਿਹਰਬਾਨੀ ਹੋ ਕੇ ਵੇ ਕੱਤਾ ਕਾਲਾ ਚਸਕਾ
ਸ਼ਰੀਕ ਰੱਖਣੇ ਨੀ ਜਿਨ੍ਹਾਂ ਨੇ ਪਰਾਉਣੇ ਨੂੰ ਪਸਾਇਆ ਜਾਣ ਕੇ ਉਹ ਥੋੜਿਆ ਦਿਨਾਂ ਦੀ ਬਸ ਗੱਲ ਜੱਟੀਏ ਸਮਝੀ ਤੂੰ ਜੱਟ ਕਿਆ ਮਿਲਣ ਲਾਣ ਕੇ ਥੋੜਿਆ ਦਿਨਾਂ ਦੀ ਬਸ ਗੱਲ ਬਦਲੋ ਸਮਝੀ ਤੂੰ ਜੱਟ ਕਿਆ ਮਿਲਣ ਲਾਣ ਕੇ ਮੱਥੇ ਹੁੰਦਾ ਏ ਲਿਖਿਆ ਹੋਰ ਕੀ ਕਮੀਨਿਆਂ ਦੇ ਮੱਥੇ ਹੁੰਦਾ ਏ ਲਿਖਿਆ ਉੱਚਾ ਉੱਤੇ ਹੱਥ ਫੇਰ ਜਿਹੜੇ ਹੱਥ ਦੇ ਕੱਲਾ ਕੱਲਾ ਜੱਟਾ ਆ ਕੇ ਬਾਦੀ ਸੁਕਣੇ ਤੇਰੇ ਆਲੀ ਨਖਰੋ ਦੀ ਲਾਈਫ ਮੁੱਕ ਜਾਊ ਤੇਰੇ ਨਹੀਂ ਪਤੰਦਰਾ ਵੇ ਕੇਸ ਮੁੱਕਣੇ ਤੇਰੇ ਆਲੀ ਨਖਰੋ ਦੀ ਲਾਈਫ ਮੁੱਕ ਜਾਊ ਤੇਰੇ ਨਹੀਂ ਪਤੰਦਰਾ ਵੇ ਕੇਸ ਮੁੱਕਣੇ ਝੂਠਿਆ ਕੇ ਸੱਚ ਭਾਵੇਂ ਲੱਖ ਉਲਝਾ ਲਿਆ ਝੂਠਿਆ ਕੇ ਸੱਚ ਭਾਵੇਂ ਲੱਖ ਉਲਝਾ ਲਿਆ ਨੀ ਫੇਰ ਕਿਹੜਾ ਜੱਟਣਿਆ ਸਿਰ ਨੂੰ ਨਵਾਲਿਆ ਫੇਰ ਕਿਹੜਾ ਜੱਟਣਿਆ ਸਿਰ ਨੂੰ ਨਵਾਲਿਆ ਦੇਖ ਕੇ ਸ਼ਰੀਕ
ਬਲੱਡ ਵਿੱਚ ਨਹੀਂ ਮੈਰੀਆਂ ਦੇ ਮੂਹਰੇ ਖੜੂ ਹਿੱਕ ਤਾਣ ਕੇ ਥੋੜਿਆਂ ਦੇ ਨਾਂ ਦੀ ਬਸ ਗੱਲ ਜੱਟੀਏ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਥੋੜਿਆਂ ਦੇ ਨਾਂ ਦੀ ਬਸ ਗੱਲ ਨਾ ਕਰੋ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਵੇਖੀ ਨੇੜੇ ਤੋਂ ਸਿਆਣ ਕੇ ਉਹ ਥੋੜਿਆਂ ਦੇ ਨਾਲ ਬਸ ਗੱਲ ਨਾ ਕਰੋ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਤੇਰੀ ਵਾਲੀ ਨਖਰੋ ਦੀ ਲੈ ਮੁੱਕ ਜਾਊ ਆ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਤੇਰੀ ਵਾਲੀ ਨਖਰੋ ਦੀ ਲੈ ਮੁੱਕ ਜਾਊ ਓਏ ਸਮਝੀ ਤੂੰ ਜੱਟ ਕਿਆ ਮਿਲਣ ਨਾਲ ਕੇ ਚਮਕੀਲਾ ਕਿਆ ਬਾਤ ਹੈ ਚਮਕੀਲੇ ਦਾ ਗੀਤ ਗਾਉਣ ਲੱਗਿਆ ਹਾਂ ਹਾਂ ਆਹ ਦੇਖੀ ਨਵੇਂ ਵਰਗਾ ਗੀਤ ਲਾਉਣ ਲੱਗੇ ਬੇਫਿਕਰ ਬੀਬਾ ਜੀ ਹਾਂ ਮੈਂ ਲਾਉਣ ਲੱਗਾ ਇੱਕ ਬੀਬਾ ਜੀ ਗੀਤ ਲਾ ਦਿਓ ਇਸ ਤੋਂ ਪਹਿਲਾਂ ਭਾਵੇਂ ਅੱਧਾ ਹੀ ਲਾ ਦਿਓ ਕੱਖਰ ਪਰਿੰਡ ਆ ਜੇ ਆ ਜਾ ਕੇ ਮੇਰੇ ਬਾਰੇ ਘਰ ਸਾਡੇ ਤੇਰਾ ਫਿਕਰ ਬੜਾ ਓ ਅੱਖ
ਅੱਖ ਦੇ ਵਿੱਚ ਜੋ ਰੜਕਣ ਲੱਗ ਜਾਏ, ਅੱਖ ਦੇ ਵਿੱਚ ਜੋ ਰੜਕਣ ਲੱਗ ਜਾਏ ਉਹ ਬਹੁਤਾ ਚਿਰ ਬਚਦਾ ਨਹੀਂ। ਕਿਹੜੇ ਰਾਹ ਜੱਟ ਤੁਰ ਪੈਂਦਾ ਪੈਰ ਪਿਛਾਂ ਨੂੰ ਪੱਟਦਾ ਨਹੀਂ, ਕਿਹੜੇ ਰਾਹ ਜੱਟ ਤੁਰ ਪੈਂਦਾ ਪੈਰ ਪਿਛਾਂ ਨੂੰ ਪੱਟਦਾ ਨਹੀਂ। ਕੋਈ ਜੱਜ ਵਕੀਲ ਵੀ ਹੋਣਾ ਨਹੀਂ ਜਿਹੜਾ ਨਾ ਜਾਣਦਾ ਜੱਟਦਾ ਨਹੀਂ, ਕਿਹੜੇ ਰਾਹ ਜੱਟ ਤੁਰ ਪੈਂਦਾ ਪੈਰ ਪਿਛਾਂ ਨੂੰ ਪੱਟਦਾ ਨਹੀਂ, ਕਿਹੜੇ ਰਾਹ ਜੱਟ ਤੁਰ ਪੈਂਦਾ ਪੈਰ ਪਿਛਾਂ ਨੂੰ ਪੱਟਦਾ ਨਹੀਂ। ਸ਼ੇਰ ਗਿੱਲ ਨਾ ਦੱਸ ਦੇ ਜਾਂ ਪਿੰਡ ਜਗਤਪੁਰ ਆ ਜਾਵਣ ਮੇਰਾ ਗਗਨ ਸ਼ੇਰ ਗਿੱਲ ਨਾ ਦੱਸ ਦੇ। ਮੈਂ ਫੈਣ ਬਾਈ ਅਣਖੀਲੇ ਦਾ ਜੋ ਪੰਗੇ ਲੈਣੋਂ ਚੱਕਦਾ ਨਹੀਂ, ਜਿਹੜੇ ਰਾਜਟ ਤੁਰ ਪੈਂਦਾ ਪੈਰ ਪਿਛਾਂ ਨੂੰ ਪੱਟਦਾ ਨਹੀਂ। ਜਿਹੜੇ ਰਾਜਟ ਤੁਰ ਪੈਂਦਾ ਕਿ ਪੈਰ ਪਿਛਾਂ ਨੂੰ ਪੱਟਦਾ ਨਹੀਂ। ਲਾਸਟ ਗੀਤ ਭੱਜਦਾ ਵੇ ਮਿੱਤਰਾ ਟਕੂਏ ਤੇ ਟਕੂਆ ਖੜ ਕੇ ਚਮਕੀਲਾ ਸਾਹਿਬ ਨੂੰ ਯਾਦ ਕਰ।
ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਨੇ ਜੇ ਤੋਂ ਨਹੀਂ ਨਿਭਦੀ ਹੁਣ ਛੱਡਦੇ ਵੈਰ ਨੇ ਉਹ ਛੱਡਦੇ ਵੈਰ ਨੇ ਯਾਰੀ ਜੇ ਤੇ ਤੋਂ ਨਹੀਂ ਨਿਭਦੀ ਛੱਡਦੇ ਵੈਰ ਨੇ ਯਾਰੀ ਗੋਰੇ ਰੰਗਣੇ ਪਿੱਟਣੇ ਪਵਾਤੀ ਸੜਦੇ ਮੇਰੇ ਹਾਣੀ ਗੁੰਡੀਆਂ ਦੇ ਸਿੱਖੇ ਅੜ ਗਏ ਕੋਈ ਨਿੱਤਰੂ ਬੜੇ ਵੇ ਕੋਈ ਨਿੱਤਰੂ ਬੜੇ ਨੇ ਖਾਣੀ ਗੁੰਡੀਆਂ ਦੇ ਸਿੱਖੇ ਅੜ ਗਏ ਨਿੱਤਰੂ ਬੜੇ ਨੇ ਖਾਣੀ ਬਾਬਾ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਕੋਈ ਗਲਤੀ ਹੋਈ ਮਾਫ਼ ਕਰੋ ਚੰਗਾ ਲੱਗਿਆ ਤਾਂ ਯਾਦ ਰੱਖਿਓ ਮਨੋਕਾਮਨਾ ਬਾਬਾ ਸਭ ਦੀਆਂ ਪੂਰੀਆਂ ਕਰੇ ਇਸ ਤਰ੍ਹਾਂ ਤੁਹਾਡੇ ਦਰਸ਼ਨ ਕਰਦੇ ਰਹੀਏ ਤੁਸੀਂ ਸਾਨੂੰ ਬੁਲਾਉਂਦੇ ਰਹੋ ਅਸੀਂ ਆਉਂਦੇ ਰਹੀਏ ਬਾਬਾ ਖੁਸ਼ ਰੱਖੇ ਸਾਰਿਆਂ ਨੂੰ ਇਹਨਾਂ ਕੁਝ ਕਹਿ ਕੇ ਮਾਫ਼ੀ ਚਾਹੁੰਦੇ